रेडियो। हाँ जी, 1674 एम। दोस्तों इस टाइम तुसीं स्क्रीन ते वेख पा रहे होगे, साडे नाल मेलबोर्न दे एक वड्डे स्टार, जां आपां इदां वी कह लईए कि सब तों पहले जिहड़े स्टार उभरे मेलबोर्न शहर दे विचों, आस्ट्रेलिया दे विचों आपां कह लईए, मेलबोर्न कल्ला वी नहीं, उहनां दी तस्वीर तुसीं वेख पा रहे होगे। बबल राय किसे जाण पछाण दे मुहताज नहीं, सो लगातार सानूं एंटरटेन कर रहे ने। आस्ट्रेलिया दा मेलबोर्न दा जिथे नाम उच्चा कर रहे ने, उत्थे पंजाब दे विच वी जा के ते सोहणी हाजरी लवा के आउंदे ने। सो दोहरियां दोहरियां दौड़ां, ते हुण इस टाइम दे उत्ते इक नवां गाणा लै के हाजिर होए ने। अज दे दिन गाणा जे तुसीं नहीं सुणिया ते थोड़ी देर दे विच तुहानूं आपां गाणा दुबारा सुणाउने आ। सो इक नवां गाणा लै के हाजिर होए ने, उसे सिलसिले दे विच गल्लबात अज दे दिन आपां करांगे। राय साहब, स्वागत तुहाडा रेडियो हांजी ते। ਸਤਿ ਸ਼੍ਰੀ ਅਕਾਲ ਵੀਰੇ, ਤੇ ਸਾਰੇ ਵਿਊਅਰਸ ਨੂੰ ਤੇ ਲਿਸਨਰਸ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਸੋ ਵੈਰੀ ਮੱਚ। ਤੁਸੀਂ ਇੰਨੇ ਕਾਈਂਡ ਸ਼ਬਦਾਂ ਨਾਲ ਮੇਰੀ ਇੰਟਰੋ ਸ਼ੁਰੂ ਕੀਤੀ, ਸੋ ਮੈਨੂੰ ਤੁਸੀਂ ਮੈਨੂੰ ਔਖਾ ਲੱਗਦਾ ਜੀ, ਮੈਨੂੰ ਮੈਲਬਨ ਦਾ ਸਟਾਰ ਆ ਆਸਟ੍ਰੇਲੀਆ ਦਾ ਉਹ ਕਹਿੰਦਾ, ਮੈਨੂੰ ਚੰਗਾ ਲੱਗਦਾ ਜੀ, ਕਿਉਂਕਿ ਆਏ ਜੇ ਕਹਿੰਦਾ ਕਿ ਵੀ ਯਾਰ ਵੀ ਆਪਣਾ ਮੁੰਡਾ ਉਹ ਹਜੇ ਠੀਕ ਕਰ ਰਿਹਾ, ਸਟਿਲ ਡੂਇੰਗ ਗੁੱਡ, ਤਾਂ ਨਹੀਂ ਵੇਖੋ, ਇਹ ਉਹ ਚੀਜ਼ ਜ਼ਿਆਦਾ ਤਸੱਲੀ ਵਾਲੀ ਚੀਜ਼ ਲੱਗਦੀ ਜੀ। ਇਹ ਚੀਜ਼ ਵੇਖੋ, ਤੁਸੀਂ ਕਹਿ ਸਕਦੇ ਹੋ ਸਾਡੇ ਲਈ ਇਹ ਚੀਜ਼ ਬੜੀ ਵੱਡੀ ਆ, ਕਿਉਂਕਿ ਇਹਦੇ 'ਚ ਕੋਈ ਗਲਤ ਨਹੀਂ ਹੈ। ਜਿੱਥੋਂ ਤੱਕ ਮੈਨੂੰ ਯਾਦ ਹੈ, ਉਸ ਸਮੇਂ ਕੋਈ ਸਾਡੇ ਕੋਲ ਸਿੰਗਰ ਜਾਂ ਸਾਡੇ ਕੋਲ ਅਦਾਕਾਰ ਨਹੀਂ ਸੀ ਹੈਗਾ ਆਸਟ੍ਰੇਲੀਆ ਦੇ ਵਿੱਚ, ਜੋ ਕਿ ਇੱਕ ਸੱਚਾਈ ਆ। ਇਹ ਪਿਰਤ ਤੁਸੀਂ ਪਾਈ ਹੈ, ਇਹ ਕ੍ਰੈਡਿਟ ਤੁਹਾਡੇ ਨਾਲ ਹੀ ਰਹਿਣਾ। ਇਹ ਜੀ ਕਹਿੰਦੇ ਹੁੰਦੇ ਕਿ ਜੋ ਕੁਛ ਵੀ ਵਾਪਰ ਰਿਹਾ ਉਹ ਇੱਕ ਹੋ ਰਿਹਾ, ਇੱਕ ਨਿਯਮ ਕੁਦਰਤ ਦਾ ਚੱਲ ਰਿਹਾ ਹੈ ਨਾ, ਸੋ ਡੈਸਟਨੀ ਵਰਡ ਯੂਜ਼ ਕਰ ਲਈਏ ਕੁਦਰਤ, ਤਾਂ ਉਹ ਮੇਰੇ ਹਿੱਸੇ ਆ ਗਿਆ ਜੀ, ਹੈ ਨਾ। ਦੇਖ, ਤੁਹਾਨੂੰ ਪਤਾ ਕਿ ਆਪਣੀ ਤਾਂ ਬਹੁਤ ਵਾਰੀ ਗੱਲ ਇਸ ਬਾਰੇ ਹੋਈ ਹੈ ਕਿ ਮੈਂ ਕੋਈ ਉਹ ਸੋਚ ਸਮਝ ਕੇ ਵੀਡੀਓਜ਼ ਨਹੀਂ ਸੀ ਪਾਈ, ਪਹਿਲੀ ਜਿਹੜੀ ਯੂਟਿਊਬ ਤੇ ਪਾਈ ਸੀ, ਸੋ ਮੈਨੂੰ ਲੱਗਦਾ ਕਿ ਹੋਣਾ ਸੀ ਤਾਂ ਉਹ ਵਾਪਰਿਆ ਹੈ ਨਾ ਜੀ। ਪਰ ਚੰਗਾ ਲੱਗਦਾ ਕਿ ਜਦੋਂ ਮੈਨੂੰ ਕੋਈ ਕਹਿ ਦਿੰਦਾ ਕਿ ਯਾਰ ਤੇਰੇ ਜਿਹੜੇ ਵੀ ਜਿੰਨੇ ਵੀ ਉਹ ਗਾਣੇ ਜਿਹੜੇ 2008 'ਚ 9 'ਚ ਸਾਰੇ ਗਾਏ ਇੰਟਰਨੈਸ਼ਨਲ ਆਪਣੇ ਸਟੂਡੈਂਟਾਂ ਬਾਰੇ, ਆਪਣੀ ਸਾਰਿਆਂ ਦੀ ਜ਼ਿੰਦਗੀ ਬਾਰੇ, ਕਿ ਉਹ ਇੱਕ ਤਰ੍ਹਾਂ ਦੀ ਇੰਟਰਨੈਸ਼ਨਲ ਸਟੂਡੈਂਟਸ ਦੀ ਲਾਈਫ ਦੀ ਡਾਕੂਮੈਂਟੇਸ਼ਨ ਆ ਹੈ ਨਾ, ਜਿਹੜੀ ਹਜੇ ਵੀ ਰਿਲੇਟੇਬਲ ਆ ਕਿ ਜਦੋਂ ਹੁਣ ਜਿੰਨੇ ਵੀ ਨਵੇਂ ਸਟੂਡੈਂਟ ਆਉਂਦੇ ਆ ਜਾਂ ਕੈਨੇਡਾ ਤੋਂ ਵੀ ਜਾ ਕੇ, ਮੈਨੂੰ ਕਈ ਵਾਰੀ ਬਹੁਤ ਮੈਸੇਜ ਆਉਂਦੇ ਸਟੂਡੈਂਟਾਂ ਦੇ ਕਿ ਵੀਰੇ ਛੋਟੇ ਹੁੰਦੇ ਤਾਂ ਗਾਣੇ ਦਾ ਸਮਝ ਨਹੀਂ ਸੀ ਆਉਂਦਾ, ਨਿੱਕੀ ਰਹੀ ਜਾਂਦੇ ਜ਼ਿੰਮੇਵਾਰੀਆਂ ਨੇ ਭਾਰੀ, ਹੁਣ ਸਮਝ ਆਉਂਦੀ ਆ ਨਿੱਕੀ ਰਹੀ ਜਾਂਦੇ ਜ਼ਿੰਮੇਵਾਰੀਆਂ ਨੇ ਭਾਰੀ। ਹੈ ਕੀ ਯਾਰ, ਨਿੱਕੀ ਜਿਹੀ ਜਿੰਦਾ ਨਾ। ਹਾਂਜੀ ਹਾਂਜੀ, ਸੋ ਉਦੋਂ ਉਦੋਂ ਸ਼ਾਇਦ ਜਿਹੜੇ ਹਿਸਾਬ ਦੀ ਲਾਈਫ ਆਪਾਂ ਵੇਖੀ, ਅੱਜ ਕੱਲ ਬੇਸ਼ੱਕ ਬੜਾ ਕੁਝ ਜਿਹੜਾ ਵੱਖਰਾ ਵਾ, ਕਿਉਂਕਿ ਆਪਣੇ ਗਾਣੇ ਦੇ ਨਾਲ ਹੀ ਇਹ ਸਾਰਾ ਕੁਝ ਜਿਹੜਾ ਰਿਲੇਟ ਹੋਣਾ ਵਾ। ਜਿਨ੍ਹਾਂ ਨੇ ਵੇਖ ਲਿਆ ਉਹਨਾਂ ਨੂੰ ਵੀਡੀਓ 'ਚ ਵੀ ਪਤਾ ਲੱਗ ਗਿਆ ਹੋਊਗਾ, ਤੇ ਜੇ ਨਹੀਂ ਤੇ ਵੇਖ ਕੇ ਪਤਾ ਲੱਗ ਜਾਊਗਾ। ਹੁਣ ਉਦੋਂ ਦੇ ਹਿਸਾਬ ਦੇ ਨਾਲ ਕੁਝ ਇੱਕ ਵੱਡਾ ਫਰਕ ਇਹ ਪੈ ਗਿਆ ਕਿ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿੱਥੋਂ ਚੜ੍ਹਨਾ, ਕਿੱਥੇ ਉਤਰਨਾ, ਕਿਹੜੇ ਸਟੇਸ਼ਨ ਤੇ ਜਾਣਾ, ਕੀ ਆਪਾਂ ਕੰਮ ਕਾਰ ਕਰਨਾ ਕਿੱਦਾਂ। ਸੋ ਅੱਜ ਕੱਲ ਸਾਰਾ ਕੁਝ ਆਨਲਾਈਨ ਸਾਰੇ ਚੈੱਕ ਕਰਕੇ ਆਉਂਦੇ ਆ ਨਾ, ਵੱਡਾ ਫਰਕ ਹੈ ਅੱਗੇ ਨਾਲ। ਤੋ ਉਸ ਹਾਂਜੀ, ਸਮੇਂ ਮੈਂ ਜਦੋਂ ਆਪਾਂ ਆਪਣੇ ਤੋਂ ਥੋੜਾ ਜਿਹਾ ਪਿੱਛੇ ਵਾਲਾ ਬੈਚ ਜਦੋਂ ਆਉਣ ਲੱਗਾ ਸੀ, ਤਾਂ ਉੱਥੋਂ ਹਜੇ ਉਦੋਂ ਨੈਵੀਗੇਟਰ ਸਮਾਰ ਕੇ ਚੱਲੇ ਨਹੀਂ ਸੀ, ਤੇ ਮੈਨੂੰ ਆ ਕੇ ਕਿਸੇ ਨੇ ਦੱਸਿਆ, ਕਹਿੰਦਾ ਯਾਰ ਵੀ ਸਾਨੂੰ ਆਇਲਟਸ ਦੇ ਨਾਲ ਉੱਥੇ ਮੈਲਵੇ ਵੀ ਸਿਖਾਉਂਦੇ ਆ, ਹਾਂਜੀ, ਤਾਂ ਮਤਲਬ ਉਹ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਸੀਗੀ। ਮੈਂ ਕਿਹਾ ਵੀ ਯਾਰ ਐਡੀ ਤਿਆਰੀ ਵੀ ਤੁਸੀਂ ਚੜ੍ਹਨ ਤੋਂ ਪਹਿਲਾਂ ਹੀ ਬੰਦਾ ਸਟਰੀਟਾਂ ਸਟਰੂਟਾਂ ਵੀ, ਮੈਂ ਕਿਹਾ ਸਾਡੇ ਤਾਂ ਹਲੇ ਤਾਂ ਹੀ ਨਹੀਂ ਹਿਸਾਬ 'ਚ ਆਈਆਂ ਹੈਗੀਆਂ ਨਾ। ਮੈਂ ਮੈਲਬਨ ਕੈਬ ਹੀ ਨਹੀਂ ਚਲਾਉਣੀ ਸ਼ੁਰੂ ਕੀਤੀ, ਅਸੀਂ ਡਰਦੇ ਨੇ, ਕਲੀਨਿੰਗ ਹੀ ਕਰੀ ਗਿਆ ਉਨੀ ਦੇਰ, ਐਡੀਲਰ ਜਾ ਕੇ ਕੈਬ ਚਲਾਉਣੀ ਸ਼ੁਰੂ ਕੀਤੀ ਕਿ ਸ਼ਹਿਰ ਬਹੁਤ ਵੱਡਾ ਤੇ ਮੈਨੂੰ ਤਾਂ ਰਾਹ ਨਹੀਂ ਯਾਦ ਹੋਣੇ ਹੈਗੇ, ਹੈ ਨਾ ਵੀ, ਤੇ ਮੈਂ ਮਤਲਬ ਉਹਨਾਂ ਕੌਨਫੀਡੈਂਸ ਨਹੀਂ ਸੀਗਾ ਮੈਲਬਨ ਦੇ ਹਿਸਾਬ ਨਾਲ। ਉਹ ਇੱਕ ਜਿਹੜਾ ਆਪਣੇ ਹੈ ਨੀਗਾ ਰੋਇਲ ਮੈਲਬਨ ਹਸਪੀਟਲ ਕੋਲ ਜਿਹੜਾ ਸਰਕਲ ਆਫ ਡੈਥ ਜਿਹਨੂੰ ਕਹਿੰਦੇ, ਉਹ ਵੱਡਾ ਸਾਰਾ ਚੌਂਕ ਜਿਹ ਚੋਂ ਟਰਾਮਾ ਟਰੂਮਾ ਜਿਹੀਆਂ ਵੀ ਲੰਘਦੀਆਂ ਨੇ, ਜਿੱਥੇ ਖੜ ਕੇ ਜਿੱਥੇ ਖੜ ਕੇ ਫੇਲ ਕਰਦੇ ਹੁੰਦੇ ਨਵੇਂ ਡਰਾਈਵਰ ਨੂੰ। ਉਹੀ ਬਸ ਉੱਥੇ ਲਿਜਾ, ਉਹਦੇ ਡਰ ਤੋਂ ਹੀ ਮੈਂ ਕਦੇ ਉੱਥੇ ਟੈਸਟ ਨਹੀਂ ਦਿੱਤਾ, ਨਾਲ ਦੇ ਦੱਸਦੇ ਸੀ ਵੀ ਉੱਥੇ ਲੈ ਕੇ ਜਾਂਦੇ ਆ, ਉਹ ਮੈਨੂੰ ਦਿਖਾ ਲਿਆ ਇੱਕ ਵਾਰੀ, ਮੈਂ ਕਿਹਾ ਵੀ ਨਾ ਹਾਂਜੀ ਬਸ ਦਾ ਹੈ ਨਹੀਂ, ਮੈਂ ਕਿਹਾ ਵੀ ਐਡੀਲੇਡ ਠੀਕ ਸੀਗਾ, ਉੱਥੇ ਥੋੜਾ ਸਿੰਪਲ ਕੁਆਇਟ ਈਜ਼ੀ ਸੀ, ਫਿਰ ਉੱਥੋਂ ਥੋੜਾ ਟ੍ਰੇਨਡ ਹੋ ਕੇ ਫਿਰ ਦੁਬਾਰਾ ਫਿਰ ਜਦੋਂ ਮੈਲਬਨ ਆਇਆ ਫਿਰ ਕੈਬ ਚਲਾਉਣੀ ਸ਼ੁਰੂ ਕੀਤੀ। ਉੱਥੋਂ ਹੌਸਲਾ ਇਕੱਠਾ ਕਰਕੇ ਤੇ ਫੇਰ ਇੱਧਰ ਨੂੰ। ਹਾਂਜੀ, ਨਾਲੇ ਉਹ ਕੀ ਹੁੰਦਾ ਸੀਗਾ, ਉਹ ਟੌਮ ਟੌਮ ਲੈ ਕੇ ਆਇਆ ਸੀਗਾ, ਉਹਨੇ ਬਹੁਤ ਹੈਲਪ ਕੀਤੀ ਟੌਮ ਜਿਹੜਾ ਟੌਮ ਟੌਮ ਸ਼ੀਸ਼ੇ ਨਾਲ ਲੱਗਦਾ ਹੁੰਦਾ ਸੀ। ਤੇ ਮੇਰੇ ਇੱਕ ਹਾਸੇ ਵਾਲੀ ਗੱਲ ਯਾਦ ਆ ਗਈ, ਮੈਂ ਨਾ ਐਡੀਲੇਡ ਜਦੋਂ ਕੈਬ ਚਲਾਉਂਦਾ ਸੀਗਾ ਤਾਂ ਮੇਰੇ ਨਾਲ ਸਵਾਰੀਆਂ ਬੈਠੀਆਂ, ਇੱਕ ਮੂਹਰੇ ਜੈਂਟਲਮੈਨ ਕੋਈ ਗੋਰਾ ਬੈਠਾ ਸੀ, ਪਿੱਛੇ ਦੋ ਉਹਨਾਂ ਦੇ ਨਾਲ ਦੀਆਂ ਲੇਡੀ ਸੀਗੀਆਂ ਤੇ ਬਜ਼ੁਰਗ ਜੀ ਉਮਰ ਦੇ ਹੋ ਸੀਗੇ, ਤੇ ਉਹ ਦੱਸ ਰਹੀ ਨਾਲ ਦੇ ਨੂੰ ਆਪਣੇ ਨੂੰ ਬਾਬਾ ਜੀ ਨੂੰ, ਕਹਿੰਦੀ ਉਹ ਟੌਮ ਟੌਮ ਲੱਗਿਆ ਦੇਖਿਆ ਉਹਨਾਂ ਨੇ ਕੈਬ 'ਚ ਤੇ ਦੱਸਣ ਲੱਗ ਗਈ, ਕਹਿੰਦੀ ਵੀ ਬਹੁਤ ਵਧੀਆ ਲੱਗਦਾ ਮੈਨੂੰ ਜਦੋਂ ਮੈਂ ਗੱਡੀ ਚਲਾਉਣੀ ਆ ਤੇ ਮੈਨੂੰ ਕਹਿੰਦਾ ਕਿ ਹੁਣ ਤੂੰ ਲੈਫਟ ਮੁੜ ਜਾ, ਹੁਣ ਤੂੰ ਰਾਈਟ ਮੁੜ ਜਾ, ਕਹਿੰਦੀ ਜਦੋਂ ਘਰ ਮੂਹਰੇ ਜਾ ਕੇ ਕਹਿੰਦੀ ਮੈਨੂੰ ਕਹਿੰਦਾ ਵੀ ਵੀ ਯੂ ਹੈਵ ਅਰਾਈਵਡ, ਕਹਿੰਦੀ ਮੈਂ ਕਿਹਾ ਨੋ ਡਾਰਲਿੰਗ ਵੀ ਹੈਵ ਅਰਾਈਵਡ। ਮਤਲਬ ਉਹ ਕਈ ਗੱਲਾਂ ਤੁਹਾਡੇ ਚੇਤੇ ਨਹੀਂ ਰਹਿ ਜਾਂਦੀਆਂ, ਉਹ ਮੇਰੇ ਗੱਲ, ਮੈਂ ਜਦੋਂ ਵੀ ਮੈਂ ਨੈਵੀਗੇਟਰ ਦਿਮਾਗ 'ਚ ਆਉਂਦਾ ਤਾਂ ਮੇਰੇ ਉਹ ਗੱਲ ਯਾਦ ਆਉਂਦੀ ਕਿ ਜਦੋਂ ਸੀਰੀ ਕਹਿੰਦੀ ਹੈ ਨਾ ਕਿ ਯੂ ਹੈਵ ਅਰਾਈਵਡ, ਮੈਂ ਕਹਿੰਦਾ ਨੋ ਡਾਰਲਿੰਗ ਵੀ ਹੈਵ ਅਰਾਈਵਡ। ਅੱਛਾ, ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਾ ਉਸ ਸਮੇਂ ਦੀਆਂ, ਜਦੋਂ ਆਪਾਂ ਅਸਲ 'ਚ ਕੋਈ ਵੀ ਕੰਮ ਆਪਾਂ ਜਦੋਂ ਨਵਾਂ ਨਵਾਂ ਕਰਦੇ ਹਾਂ, ਤੇ ਆਹ ਤੇ ਸਾਡੇ ਲਈ ਬੜਾ ਵੱਡਾ ਇੱਕ ਨਵਾਂ ਹੈ ਨਾ, ਬੜਾ ਵੱਡਾ ਸਾਡੀ ਲਾਈਫ ਦੇ ਵਿੱਚ ਇੱਕ ਚੇਂਜ, ਆਪਾਂ ਸਾਰੇ ਇਸੇ ਲਾਈਫ ਦੇ ਵਿੱਚੋਂ ਇਸੇ ਜਰਨੀ ਦੇ ਵਿੱਚੋਂ ਆਪਾਂ ਲੰਘੇ ਹਾਂ।
ਸੋ ਉਸ ਜੀ ਸਮੇਂ ਉਸ ਸਮੇਂ ਜਦੋਂ ਇੰਨਾ ਸਟਰਗਲ ਚੱਲ ਰਿਹਾ ਸੀ ਉਦੋਂ ਕਦੀ ਸੋਚਿਆ ਹੀ ਕਿ ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਕਦੀ ਮੈਂ ਅਦਾਕਾਰੀ ਚਾਹੂੰਗਾ ਜਾਂ ਮੈਂ ਸਿੰਗਿੰਗ ਕਰੂੰਗਾ, ਇੰਨਾ ਤੇ ਮੈਨੂੰ ਪਤਾ ਸੀ ਵੀ ਭੰਗੜਾ ਮੈਂ ਪਾਊਂਗਾ, ਇੰਨਾ ਕਿਤੇ ਹੈਗਾ ਹੀ ਸ਼ਾਇਦ। ਨਹੀਂ ਵੀਰੇ, ਮੈਂ ਨਾ ਤੁਹਾਨੂੰ ਦੱਸਦਾ ਕਿ ਆਪਾਂ ਸ਼ਾਇਦ ਇਹਦੇ ਬਾਰੇ ਪਹਿਲਾਂ ਵੀ ਆਫ ਦ ਕੈਮਰਾ ਤਾਂ ਸ਼ਾਇਦ ਗੱਲ ਕੀਤੀ ਹੋਊਗੀ ਜ਼ਰੂਰ, ਕਿ ਮੈਂ ਨਾ ਬਣਦਾ ਨਹੀਂ ਸੀ ਚਾਹੁੰਦਾ ਜੀ ਸਿੰਗਰ ਜਾਂ ਐਕਟਰ ਜਾਂ ਮੈਂ ਇਸ ਪ੍ਰੋਫੈਸ਼ਨ ਨੂੰ, ਸੋਰੀ ਟੂ ਸੇ ਕਿ ਮੈਂ ਹੁਣ ਉਹ ਤੋਂ ਮੇਰਾ ਰਿਜ਼ਕਾ ਮੈਂ ਕੰਮ ਕਰ ਰਿਹਾ ਹਾਂ ਨਾ, ਜੀ ਤਾਂ ਪਰ ਮੇਰੇ ਫਾਦਰ ਸਾਹਿਬ ਥੀਏਟਰ ਕਰਦੇ ਹੁੰਦੇ ਸੀ ਤਾਂ ਮੈਂ ਨਾ ਛੋਟੇ ਹੁੰਦੇ ਜਿਵੇਂ ਘਰੇ ਮਾਹੌਲ ਜਾਂ ਡੋਮੈਸਟਿਕ ਵਾਇਲੈਂਸ ਦੀ ਦੇਖੀ ਤਾਂ ਮੇ ਬੀ ਕਹਿ ਲਓ ਕਿ ਹੈ ਨਾ ਉਹ ਜ਼ਰੂਰੀ ਨਹੀਂ ਸੀ ਕਿ ਹਰ ਘਰ, ਪਰ ਮੇਰੇ ਬੱਚੇ ਦੇ ਦਿਮਾਗ ਨੇ ਉਹ ਚੀਜ਼ ਚੱਕੀ ਕਿ ਇਹ ਸ਼ਾਇਦ ਇਸ ਪ੍ਰੋਫੈਸ਼ਨ ਕਰਕੇ ਕਿ ਜਿੰਨੇ ਵੀ ਜਣੇ ਆਉਂਦੇ ਆ ਯਾਰ ਘਰੇ ਸ਼ਾਮ ਨੂੰ ਇਹ ਸ਼ਰਾਬ ਪੀਂਦੇ ਆ, ਜੀ ਮੇਰੇ ਇਹ ਗੱਲਾਂ ਇਹ ਉਹ, ਮੈਨੂੰ ਯਾਰ ਵੀ ਮੈਂ ਅਭੀ ਇਹ ਇੱਧਰ ਨੂੰ ਨਹੀਂ ਜਾਣਾ ਹੈਗਾ ਵੀ ਹੈ ਨਾ, ਮੈਂ ਕ੍ਰਿਕਟ ਨੂੰ ਪਰਸਿਊ ਕਰਨਾ ਚਾਹੁੰਦਾ ਸੀਗਾ, ਜੀ ਤਾਂ ਪਰ ਉਹ ਮੇਰੇ ਫਾਦਰ ਸਾਹਿਬ ਦੀ ਇੰਟੈਂਸ਼ਨ ਬਹੁਤ ਸਟਰੋਂਗ ਸੀ ਮੈਨੂੰ ਇਸ ਪਾਸੇ ਨੂੰ ਤੋਰਨ ਲਈ, ਉਹਨਾਂ ਨੇ ਪੁਸ਼ ਕੀਤਾ ਮੈਨੂੰ ਛੋਟੇ ਹੁੰਦੇ ਤੋਂ ਜਿਵੇਂ ਗਾਉਣ ਦਾ ਆ, ਤਾਂ ਉਹ ਜਦੋਂ ਚਾਨਚੱਕ ਉਹ ਯੂਟਿਊਬ ਤੋਂ ਮੈਂ ਵਾਇਰਲ ਹੋਇਆ ਤਾਂ ਫਿਰ ਮੈਨੂੰ ਲੱਗਿਆ ਕਿ ਯਾਰ ਸ਼ਾਇਦ ਮੈਂ ਆਪਣਾ ਸੁਪਨਾ ਤਾਂ ਨਹੀਂ ਪੂਰਾ ਕਰ ਸਕਿਆ, ਕਿ ਮੈਨੂੰ ਆਪਣੇ ਮੈਨੂੰ ਮੌਕਾ ਦਿੱਤਾ ਹੈ ਨਾ ਮੇਰੀ ਨੇਚਰ ਨੇ ਕੁਦਰਤ ਨੇ ਲਾ ਲਓ ਕਿ ਮੈਨੂੰ ਇਹ ਪਲੇਟਫਾਰਮ ਨੂੰ ਯੂਟੀਲਾਈਜ਼ ਕਰਨਾ ਚਾਹੀਦਾ, ਫਿਰ ਲੋਕ ਵੀ ਸਾਰੇ ਕਹਿਣ ਲੱਗੇ ਵੀ ਬਾਈ ਹੋਰ ਗਾਣੇ ਨਹੀਂ ਪਾਉਂਦਾ ਤੂੰ ਲਿਖਦਾ ਨਹੀਂ, ਹਾਲਾਂਕਿ ਮੈਨੂੰ ਨਹੀਂ ਸੀ ਪਤਾ ਕਿ ਮੈਂ ਹੋਰ ਲਿਖ ਸਕਦਾ ਜਾਂ ਮੈਂ ਹੋਰ ਕੀ ਕਰੂੰਗਾ ਹੈ ਨਾ, ਜੀ ਤੇ ਪਰ ਚਲੋ ਜਦੋਂ ਕਿਸੇ ਕੰਮ ਵੱਲ ਨੂੰ ਫਿਰ ਆਪਾਂ ਤੁਰਦੇ ਹਾਂ ਫਿਰ ਉਧਰ ਨੂੰ ਠੀਕ ਹੋ ਜਾਂਦਾ, ਪਰ ਇਹ ਫੀਲਿੰਗ ਛੋਟੇ ਹੁੰਦੇ ਤੋਂ ਬਹੁਤ ਸਟਰੋਂਗ ਸੀ, ਗੱਟ ਫੀਲਿੰਗ ਸੀ ਕਿ ਮੈਂ ਫੇਮਸ ਹੋਊਂਗਾ ਵੱਡਾ ਹੋ, ਓਕੇ ਮਤਲਬ ਇਹ ਫੀਲਿੰਗ ਬਹੁਤ ਜ਼ਬਰਦਸਤ ਸੀਗੀ ਕਿ ਮੈਨੂੰ ਨਹੀਂ ਪਤਾ ਕਿ ਸ਼ਾਇਦ ਸਾਰਿਆਂ ਨੂੰ ਹੁੰਦੀ ਹੋਊਗੀ ਹੈ ਨਾ, ਗੁੱਡ ਕਿ ਤਾਂ ਕਲਾਸ 'ਚ ਬੈਠੇ ਜਿਵੇਂ ਮੇਰਾ ਨਾਂ ਸਿਮਰਨਦੀਪ ਸਿੰਘ ਆ ਪੂਰਾ, ਤਾਂ ਸਕੂਲ 'ਚ ਬੈਠੇ ਕਾਪੀ ਦੇ ਪਿਛਲੇ ਪੇਜ ਦੇ ਉੱਪਰ ਉਹ ਕਹਿੰਦੇ ਆ ਕਿ ਜੇ ਤੁਸੀਂ ਕਿਸੇ ਬੰਦੇ ਨੂੰ ਜਾਣਨਾ ਉਹਦੀ ਸਿੱਖੀਅਤ ਨੂੰ ਤਾਂ ਉਹਦੀ ਕਾਪੀ ਜਾਂ ਡਾਇਰੀ ਆ ਉਹ ਮੂਹਰੇ ਹੋਣੀ ਪਿਛਲੇ ਪਾਸੇ ਪੜ੍ਹਨੀ ਸ਼ੁਰੂ ਪਿਛਲੇ ਕਰੋ, ਪਾਸੇ ਸ਼ੁਰੂ ਕਰ, ਪਿੱਛੇ ਉਹ ਆਪਣੇ ਆਪ ਨਾਲ ਹੁੰਦਾ ਹੈ ਨਾ, ਉਹ ਪਰ ਜੀ ਜੀ ਉੱਥੇ ਆਟੋਗ੍ਰਾਫ ਕਰ ਕਰਕੇ ਸਿਮਰਨਜੀਤ ਸਿੰਘ ਰਾਏ ਉਹਦਾ ਕਰ ਕਰਕੇ ਦੇਖਦਾ ਰਹਿੰਦਾ ਹੁੰਦਾ ਸੀ, ਪਰ ਉਹ ਨਾਮ ਨਹੀਂ ਜਦੋਂ ਆਇਆ ਤਾਂ ਫਿਰ ਉਹ ਬੱਬਲ ਰਾਏ ਸਟੇਜ ਨਾਮ ਨੇਮ ਸੀਗਾ ਮੇਰਾ, ਨਹੀਂ ਗੁੱਡ ਨਹੀਂ, ਫਿਰ ਵੀ ਇਹ ਮੈਂ ਕਹੂੰਗਾ ਕਿ ਇੱਕ ਗੁੱਡ ਲੱਕ ਹੈ, ਇੱਕ ਕੁਦਰਤ ਦੀ ਨਿਆਮਤ ਹੈ, ਕਿਉਂਕਿ ਪਿਛਲੇ ਪੇਜ ਤੇ ਦਸਤਖਤ ਤੇ ਬੜਿਆਂ ਨੇ ਕੀਤੇ ਹੋਣਗੇ, ਟੈਲੈਂਟ ਅਦਾਕਾਰੀ ਹੋ ਸਕਦਾ ਬੜਿਆਂ ਚ ਬੜੀ ਹੋਵੇ, ਪਰ ਕਈ ਵਾਰੀ ਬੰਦਾ ਹਿੰਮਤ ਹੀ ਨਹੀਂ ਕਰ ਪਾਉਂਦਾ। ਸੋ ਹੁਣ ਹਾਂਜੀ ਜਿੱਦਾਂ ਤੁਸੀਂ ਯੂਟਿਊਬ ਚੈਨਲ ਦੇ ਉੱਤੇ, ਮੇਰੇ ਖਿਆਲ 14-15 ਸਾਲ ਹੋ ਗਏ ਨੇ ਇਸ ਗੱਲ ਨੂੰ ਨਾ, ਉਦੋਂ ਇਸ ਮਾਰਚ ਦੇ ਵਿੱਚ 15 ਸਾਲ ਹੋ ਜਾਣਗੇ, ਹਾਂਜੀ 15 ਸਾਲ ਹੋ ਜਾਣੇ ਨੇ ਨਾ। ਸੋ 15 ਸਾਲ ਪਹਿਲਾਂ ਇੱਕ ਯੂਟਿਊਬ ਚੈਨਲ ਦੇ ਉੱਤੇ ਇੱਕ ਗਾਣਾ ਤੁਸੀਂ ਪਾਉਣਾ ਆਪਣੇ ਚੈਨਲ ਦੇ ਉੱਤੇ, ਉਹ ਇੰਨਾ ਕੁ ਜ਼ਿਆਦਾ ਵਾਇਰਲ ਹੋ ਜਾਣਾ, ਸੋ ਉਸ ਤੋਂ ਬਾਅਦ ਬੜਿਆਂ ਦੇ ਕੰਨ ਖੜੇ ਹੋਏ ਕਿ ਆਪਾਂ ਵੀ ਏਦਾਂ ਕੁਛ ਕਰ ਸਕਦੇ ਹਾਂ, ਇੱਕ ਇੱਕ ਹੌਸਲਾ ਬੜਿਆਂ ਨੂੰ ਮਿਲਿਆ। ਮੈਨੂੰ ਪਤਾ, ਮੈਂ ਆਮ ਗੱਲਾਂ ਕਰਦੇ ਹਾਂ ਲੋਕਾਂ ਨੂੰ ਸੁਣਿਆ ਕਿ ਅੱਛਾ ਉਹ ਹੋ ਗਿਆ, ਵੇਖੋ ਅਸੀਂ ਵੀ ਆਹ ਕਰ ਸਕਦੇ ਹਾਂ, ਪਰ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਜਾ ਕੇ ਤੁਸੀਂ ਆਪਣੇ ਚੈਨਲ ਦਾ ਜਿਹੜਾ ਪ੍ਰੋਪਰ ਆਪਾਂ ਕਹੀਏ ਕਿ ਪੈਸੇ ਕਮਾਉਣ ਵਾਲਾ ਜਿਹੜਾ ਮੋਨੀਟਾਈਜੇਸ਼ਨ ਜਿਹਨੂੰ ਕਹਿ ਦਿੰਦੇ ਆ, ਜਾਂ ਇਦਾਂ ਕਹਿ ਲਈ ਕਿ ਪ੍ਰੋਫੈਸ਼ਨਲੀ ਜਿਹੜੇ ਪ੍ਰੋਜੈਕਟ ਨੇ ਉਹ ਤੁਸੀਂ ਹੁਣ ਪਹਿਲਾ ਪ੍ਰੋਜੈਕਟ ਆਪਣੇ ਚੈਨਲ ਤੋਂ ਪਾ ਰਹੇ ਹੋ, ਇਹ ਲੰਮਾ ਗੈਪ ਨਹੀਂ ਪੈ ਗਿਆ ਇਹਨੂੰ ਬਿਟਵੀਨ? ਬਹੁਤ ਸਾਰੇ ਲੋਕ ਮੈਨੂੰ ਲੱਗਦਾ ਤੁਹਾਡੇ ਤੋਂ ਵੇਖ ਵੇਖ ਕੇ ਬੜਾ ਕੁਝ ਕਰ ਗਏ। ਜੀ ਬਿਲਕੁਲ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਹੌਸਲਾ ਤਾਂ ਮੈਨੂੰ ਉਰੇ ਵੀ ਜਿੰਨੇ ਸਾਡੇ ਕੰਟੈਂਪਰੇਰੀ ਜਿਹੜੇ ਮੁੰਡੇ ਸ਼ੁਰੂ ਹੋਏ ਕੰਮ ਕਰਦੇ ਕਰ ਰਹੇ ਹਜੇ ਵੀ ਹੈ ਨਾ, ਉਹ ਵੀ ਤੇ ਇੱਕ ਦੋ ਸੀਨੀਅਰ ਵੀ ਨੇ, ਮੈਂ ਨਾਂ ਨਹੀਂ ਲੈ ਸਕਦਾ, ਜੀ ਤੇ ਮਤਲਬ ਮੈਨੂੰ ਪਤਾ ਹੈ ਕਿ ਉਹ ਮੈਨੂੰ ਉਸ ਟਾਈਮ ਦੇ ਵਿੱਚ ਮੈਸੇਜ ਹੱਲਾ ਸ਼ੇਰੀ ਫੋਨ ਫੂਨ ਆਉਂਦੇ ਹੁੰਦੇ ਸੀਗੇ ਹੈ ਨਾ, ਤੇ ਉਹਨਾਂ ਨੇ ਮੈਨੂੰ ਪਤਾ ਹੈ ਕਿ ਮੈਨੂੰ ਕਹਿ ਦਿੰਦੇ ਕਿ ਤੈਨੂੰ ਦੇਖ ਕੇ ਅਸੀਂ ਸ਼ੁਰੂ ਕੀਤਾ ਹੈ ਨਾ, ਈਵਨ ਜੱਸੀ ਵੀ ਦੱਸਦਾ ਹੁੰਦਾ ਕਿ ਅਸੀਂ ਕਹਿੰਦਾ ਯਾਰ ਮੈਂ ਵੀ ਇੱਕ ਪਿੰਡੋਂ ਬਹਿ ਕੇ ਕਿਸੇ ਦੇ ਘਰੋਂ ਵੀਡੀਓ ਪਾਈ ਸੀਗੀ ਵੀ ਆਸਟ੍ਰੇਲੀਆ ਵਾਲੇ ਮੁੰਡੇ ਵਾਂਗੂ, ਕਹਿੰਦਾ ਪਰ ਯਾਰ ਉਹ ਦੇਖੀ ਦੁਖੀ ਨਹੀਂ, ਪ੍ਰਭ ਪ੍ਰਭ ਬਹੁਤ ਮੈਨੂੰ ਕਰਦਾ ਹੁੰਦਾ ਕਿ ਉਹਨੇ ਮਤਲਬ ਉਦੋਂ ਤੋਂ ਯੂਟਿਊਬ ਨੂੰ ਫਿਰ ਕੰਟੀਨਿਊ ਰੱਖਿਆ। ਮੇਰੇ ਮੇਰੇ ਕੇਸ ਦੇ ਵਿੱਚ ਹਾਂਜੀ ਗੈਪ ਪੈ ਗਿਆ ਬਹੁਤ ਜ਼ਿਆਦਾ ਮੈਨੂੰ ਪਤਾ, ਪਰ ਮੈਨੂੰ ਲੱਗਦਾ ਕਿ ਦੋ ਤਿੰਨ ਚੀਜ਼ਾਂ ਇਹਦੇ ਵਿੱਚ, ਇੱਕ ਤਾਂ ਹੈਗਾ ਕਿ ਜਦੋਂ ਪੱਕੀ ਪਕਾਈ ਰੋਟੀ ਮਿਲਣ ਲੱਗ ਜਾਂਦੀ ਹੈ ਥੋੜ੍ਹਾ ਜਿਹਾ ਆਪਾਂ ਐਫਰਟ ਘਟਾ ਦਿੰਦੇ ਹਾਂ ਹੈ ਨਾ ਜੀ, ਤਾਂ ਜਦੋਂ ਮੇਰਾ ਉਹ ਤੇਥੋਂ ਸੁਣੀ ਹੋਰ ਲੱਭ ਗਈ ਵਾਲਾ ਗਾਣਾ ਚੱਲਿਆ, ਤਾਂ ਉਦੋਂ ਆ ਕੇ ਲੇਬਲ ਫਲੂਬਲ, ਉਦੋਂ ਮੈਨੂੰ ਇਹ ਨਹੀਂ ਸੀ ਪਤਾ ਕਿ ਇਨ ਫਿਊਚਰ ਜਾ ਕੇ ਡਿਜੀਟਲ ਐਡਾ ਵੱਡਾ ਸਟਰੋਂਗ ਹੋ ਜੂਗਾ ਕਿ ਸਾਰੇ ਇੱਥੇ ਆ ਜਾਣਗੇ, ਉਦੋਂ ਮੈਨੂੰ ਲੱਗਦਾ ਸੀ ਕਿ ਲੇਬਲਸ ਵੱਡੇ ਆ ਕਿ ਇਹ ਮੇਰੇ ਨਾਲ ਕੰਮ ਕਰਨਾ ਚਾਹੁੰਦੇ, ਮੈਨੂੰ ਪੈਸੇ ਦੇ ਰਿਹਾ ਜਿੰਨੇ ਮੈਨੂੰ ਚਾਹੀਦੇ ਆ, ਤਾਂ ਬਈ ਠੀਕ ਆ ਹੈ ਨਾ, ਠੀਕ ਹੈ। ਤਾਂ ਉਹ ਇੱਕ ਗੱਲ ਹੋਊਗੀ, ਇੱਕ ਮੇਰਾ ਥੋੜ੍ਹਾ ਜਿਹਾ ਵੈਸੇ ਹੀ ਮੈਂ ਲੇਟ ਬੈਕ ਆ ਹੈ ਨਾ, ਤਾਂ ਉਹਦੇ ਵਿੱਚ ਲਾ ਲਓ ਕਿ ਉਹਨੂੰ ਆਲਸ ਵੀ ਕਾਊਂਟ ਕਰ ਸਕਦੇ ਆ, ਜਾਂ ਇਹ ਵੀ ਲਾ ਲਓ ਕਿ ਆਪਾਂ ਜਿੱਥੇ ਇੰਨੀਆਂ ਤੰਗੀਆਂ ਤੁਰਸ਼ੀਆਂ ਜਿਹੀਆਂ ਦੇਖੀਆਂ ਇੱਥੇ ਮੈਲਬਨ 'ਚ, ਤਾਂ ਥੋੜ੍ਹੇ ਜਿਹੇ ਵਿੱਚ ਖੁਸ਼ ਹੋਣਾ ਸਿੱਖ ਲਿਆ ਬੜੇ ਸਾਲ ਪਹਿਲਾਂ ਹੀ, ਤਾਂ ਸਬਰ ਤੇ ਉਹ ਬੜੀ ਚੀਜ਼ ਹੈਗੀ, ਤਾਂ ਉਹ ਭੱਜ ਨੱਠ ਜੀ ਇੰਨੀ ਮੇਰੇ ਤੋਂ ਹੁੰਦੀ ਨਹੀਂ ਹੈਗੀ ਵੀ ਮੈਂ ਬਹੁਤ ਪੈਸੇ ਬਣਾਉਣੇ ਆ, ਮੈਂ ਆਹ ਵੀ ਲੈਣਾ ਉਹ ਵੀ ਲੈਣਾ ਆਹ ਵੀ ਚਾਹੀਦਾ, ਮਤਲਬ ਕਿ ਤੁਹਾਡੀ ਬੇਸਿਕ ਜਿਹੜਾ ਸਰਵਾਈਵਲ ਆ ਉਹ ਤੋਂ ਬੈਟਰ ਤੁਹਾਡੀ ਸਹੂਲਤਾਂ ਹੈਗੀਆਂ, ਤਾਂ ਠੀਕ ਆ, ਮਤਲਬ ਕਿ ਬਾਕੀ ਕੋਵਿਡ ਨੇ ਆਪਾਂ ਨੂੰ ਸਿਖਾਇਆ ਕਿ ਬੇਸਿਕ ਨਾਲ ਖੁਸ਼ ਰਿਹਾ ਜਾ ਸਕਦਾ ਬਹੁਤ ਵਧੀਆ, ਸੋ ਸ਼ਾਇਦ ਉਹ ਪੈਸੇ ਕਮਾਉਣ ਵਾਲੀ
ਤੇ ਉਹ ਅਸੀਂ ਮੋਮਬੱਤੀਆਂ ਜਲਾ ਕੇ ਤੇ ਕਾਲੀਆਂ ਐਨਕਾਂ ਲਾ ਕੇ ਗਾਈ ਸੀਗੀ ਸਪੈਸ਼ਲ ਕੇ ਵੀ ਵੀ ਤੁਸੀਂ ਸਾਡੀਆਂ ਅੱਖਾਂ ਤੇ ਜਿਹੜਾ ਪੱਟੀ ਬੰਨਣੀ ਚਾਹੁੰਦੇ ਹੋ ਲੈ ਵੀ ਬਿਲਕੁਲ ਬੰਨ ਲਈ ਵੀ ਲੈ, ਪਰ ਤੁਸੀਂ ਸਾਨੂੰ ਬੇਵਕੂਫ ਨਾ ਸਮਝੋ। ਉਹ ਜੀ ਸੀ ਫਿਰ ਉਸ ਤੋਂ ਬਾਅਦ ਜਦੋਂ ਧਰਨਾ ਚੱਲ ਰਿਹਾ ਸੀ ਤਾਂ ਮੈਂ ਆਪਣੇ ਯੂਟਿਊਬ ਚੈਨਲ ਤੇ ਇੱਕ ਆਡੀਓ ਬਣਾ ਕੇ ਪਾਇਆ ਸੀ ਜਾਗੋ ਫਾਰ ਮਦਰਲੈਂਡ। ਉਹ ਮੈਨੂੰ ਪਤਾ ਨਹੀਂ ਗਾ ਕਿ ਉਹ ਬਾਹਲਾ ਨਹੀਂ ਸ਼ਾਇਦ ਸੁਣਿਆ ਹੈਗਾ, ਪਰ ਮੇਰੇ ਯੂਟਿਊਬ ਚੈਨਲ ਤੇ ਹੈਗਾ ਉਹਦੇ, 3-4 ਲੱਖ ਦੇ ਆਲੇ ਦੁਆਲੇ ਮੈਨੂੰ ਲੱਗਦਾ ਵੀ ਹੋਣੇ ਆ। ਤਾਂ ਉਹ ਵੀ ਪਰ ਮੈਂ ਉਹਨੂੰ ਮੋਨੀਟਾਈਜ਼ ਨਹੀਂ ਸੀ ਕੀਤਾ, ਉਹਦੇ ਮੂਹਰੇ ਮੈਂ ਲਿਖ ਕੇ ਪਾਇਆ ਸੀਗਾ ਕਿ ਮੈਂ ਪੈਸੇ ਕਮਾਉਣ ਲਈ ਨਹੀਂ ਕਰ ਰਿਹਾ ਹੈਗਾ, ਦਿਸ ਇਜ਼ ਫੋਰ ਦਾ ਕੌਜ਼ ਓਨਲੀ। ਜੀ ਤੇ ਉਹ ਜੇ ਤੁਹਾਡਾ ਟਾਈਮ ਲੱਗਿਆ ਸੁਣਿਓ, ਮੈਨੂੰ ਲੱਗਦਾ ਕਿ ਉਹ ਚੰਗੀਆਂ ਕਰਾਰੀਆਂ ਬਹੁਤ ਗੱਲਾਂ ਠੋਕ ਠੋਕ ਲਿਖੀਆਂ ਹੋਈਆਂ ਜੀ। ਨਹੀਂ ਗੁੱਡ। ਸੋ ਉਹ ਮਤਲਬ ਉਹ ਗਰੀਡ ਹੈ ਨਹੀਂ ਗੀ ਇੰਨੀ। ਹਾਂਜੀ ਆਪ ਵੀ ਸੁਣਦੇ ਆ ਨਾਲ ਆਪਣੇ ਸਰੋਤਿਆਂ ਨੂੰ ਵੀ ਸੁਣਾਉਂਦੇ ਆ। ਅੱਛਾ ਇੱਕ ਇੱਕ ਤੇ ਇਹ ਚੀਜ਼ ਹੋ ਗਈ ਜਿਹੜੇ ਪੈਸੇ ਵਾਲੀ ਜਿਹੜੀ ਦੌੜ ਦੀ ਤੁਸੀਂ ਗੱਲ ਕੀਤੀ ਹੈ, ਮੈਨੂੰ ਲੱਗਦਾ ਹਾਂਜੀ ਉਸ ਸਮੇਂ ਦੇ ਮੁਤਾਬਿਕ, ਹੁਣ ਚਲੋ ਅਲੱਗ ਅਲੱਗ ਤਰ੍ਹਾਂ ਦੇ ਬੰਦੇ ਅਲੱਗ ਅਲੱਗ ਸਮਿਆਂ ਦੇ ਉੱਤੇ ਆਉਂਦੇ ਨੇ, ਪਰ ਉਸ ਸਮੇਂ ਖਾਸ ਤੌਰ ਦੇ ਉੱਤੇ ਪੈਸੇ ਨਾਲੋਂ ਜ਼ਿਆਦਾ ਇਹ ਸੀ ਕਿ ਸਾਨੂੰ ਫਲਾਣੇ ਬੰਦੇ ਦੇ ਨਾਲ ਸਾਡਾ ਕੋਈ ਵਾਹ ਵਾਸਤਾ ਹੋਵੇ, ਸਾਨੂੰ ਮਤਲਬ ਓਏ ਨਾ ਕੋਈ ਆਖੇ, ਇੱਕ ਮਤਲਬ ਇੱਜ਼ਤ ਜ਼ਿਆਦਾ ਪਿਆਰੀ ਬੰਦੇ ਨੂੰ। ਉਸੇ ਤਰ੍ਹਾਂ ਦੇ ਬਿਲਕੁਲ ਨਾਲ ਹਾਂਜੀ, ਜਿਹੜੀ ਬਹੁਤ ਜਿੱਦਾਂ ਹੈਗੀ ਤੁਸੀਂ ਹਾਂਜੀ ਕੰਪਨੀਜ਼ ਦੀ ਗੱਲ ਕੀਤੀ ਆ, ਮੈਨੂੰ ਲੱਗਦਾ ਇਹ ਚੀਜ਼ ਜ਼ਿਆਦਾ ਵੱਡੀ ਲੱਗਦੀ ਵੀ ਫਲਾਣੀ ਕੰਪਨੀ ਦੇ ਵਿੱਚ ਮੇਰਾ ਗਾਣਾ ਆ ਜਾਏ, ਹੈ ਨਾ, ਉਹਨਾਂ ਦੇ ਮੈਨੂੰ ਬਜਟ ਦਿੱਤਾ, ਰਾਦਰ ਦੈਨ ਕਿ ਇਧਰਲੇ ਪਾਸਿਓਂ ਕੋਈ ਆਪਾਂ ਨੂੰ ਕੋ ਪੈਸੇ ਚਾਰ ਕਮਾਉਣ ਨੂੰ ਮਿਲ ਜਾਣ। ਉਹ ਵੱਖਰੀ ਗੱਲ ਹੈ ਜਿਨ੍ਹਾਂ ਦੀ ਪਹੁੰਚ ਨਹੀਂ ਸੀ ਪੈਂਦੀ ਉਹ ਪਾਈ ਗਏ ਹੋਣਗੇ ਸ਼ਾਇਦ, ਪਰ ਉਸ ਸਮੇਂ ਦੇ ਮੁਤਾਬਿਕ ਇਹ ਨਹੀਂ ਕਿ ਵੱਡੀ ਕੰਪਨੀ 'ਚ ਜਾਣਾ ਇੱਕ ਅਚੀਵਮੈਂਟ ਸੀ। ਨਹੀਂ ਜੀ, ਉਸ ਸਮੇਂ ਦੀ ਕੰਪਨੀਆਂ ਲੋੜ ਵੀ ਸੀਗੀਆਂ ਵੀਰੇ, ਉਦੋਂ ਸਟਿਲ ਹਲੇ ਸੀਡੀਜ਼ ਬਣਦੀਆਂ ਸੀ, ਫਿਜ਼ੀਕਲ ਪੋਸਟਰ ਰੈਪਰ ਹੈ ਨਾ, ਕੈਸਟ ਜਾ ਚੁੱਕੀ ਸੀ ਜਦੋਂ ਸੋਹਣੀ ਵਾਲਾ ਗਾਣਾ ਆਇਆ ਹੈ ਨਾ। ਹਾਲਾਂਕਿ ਜਦੋਂ ਮੇਰੀ ਪਹਿਲੀ ਐਲਬਮ ਮੈਂ 0.0 ਨਾਲ ਸਾਊਪੁੱਤ ਕੀਤੀ ਸੀ ਤਾਂ ਉਦੋਂ ਕੈਸਟ ਵੀ ਬਣੀ ਸੀ ਉਹਦੀ, ਹੈ ਨਾ ਜੀ। ਤਾਂ ਉਦੋਂ ਮਤਲਬ ਕਿ ਉਹਦੀ ਡਿਸਟ੍ਰੀਬਿਊਸ਼ਨ ਕਰਨੀ, ਹਰ ਥਾਂ ਤੇ ਕੈਸਟ ਸੀਡੀ ਪਹੁੰਚਦੀ ਕਰਨੀ, ਉਹ ਹਰ ਇੱਕ ਬੰਦੇ ਦੇ ਮਤਲਬ ਟੀਵੀ ਉੱਪਰ ਸਲੋਟ ਮਿਲਦੇ ਸੀ, ਪ੍ਰੋਮੋਸ ਚੱਲਦੇ ਸੀ, ਪੈਸੇ ਮਹਿੰਗਾ ਸੀਗਾ ਕੰਮ ਬਹੁਤ ਜ਼ਿਆਦਾ। ਮਤਲਬ ਹੁਣ ਕਾਫੀ ਚੀਜ਼ਾਂ ਸੌਖੀਆਂ ਹੋ ਗਈਆਂ ਡਿਜੀਟਲ ਹੋਣ ਦੇ ਨਾਲ, ਤਾਂ ਉਹ ਇੱਕ ਤਰ੍ਹਾਂ ਦਾ ਕਹਿ ਲਓ ਕਿ ਉਹ ਆੜਤੀਏ ਸੀਗੇ ਕਿ ਹੁਣ ਮੈਂ ਆਪਣੀ ਫਸਲ ਆਪ ਬੀਜ ਮਤਲਬ ਬੀਜ ਕੇ ਉਹਨੂੰ ਪਾਲ ਕੇ ਵੱਢ ਕੇ ਸਿੱਧੀ ਮੰਡੀ 'ਚ ਸਿੱਧੀ ਸਰੋਤਿਆਂ ਮੂਹਰੇ ਲੈ ਕੇ ਆ ਸਕਦਾ, ਯੂਟਿਊਬ ਤੋਂ, ਸਟ੍ਰੀਮਿੰਗ ਐਪਸ ਤੋਂ, ਕਿਤੋਂ ਵੀ। ਉਹ ਪਹਿਲਾਂ ਥੋੜ੍ਹਾ ਜਿਹਾ ਸੀਗਾ ਕਿ ਪਹਿਲਾਂ ਵਾਇਆ ਉਹਨਾਂ ਦੀ ਆਉਣਾ ਪੈਂਦਾ ਸੀਗਾ। ਤਾਂ ਹਾਂਜੀ, ਤੇ ਉਹਦੇ ਵਿੱਚ ਪਹੁੰਚ ਵਾਲੀ ਗੱਲ ਦੀ ਵੀ ਬਹੁਤ ਹੋਆ ਕਿ ਹੈ ਨਾ, ਮੈਂ ਲੱਕੀ ਰਿਹਾ ਕਿ ਮੇਰਾ ਯੂਟਿਊਬ ਤੋਂ ਵਾਇਰਲ ਇੰਨਾ ਹੋ ਗਿਆ ਸੀ ਕਿ ਕੰਪਨੀਆਂ ਨੇ ਥੋੜ੍ਹਾ ਮੈਨੂੰ ਆਪ ਵੀ ਅਪਰੋਚ ਕੀਤਾ ਆ। ਜਦੋਂ ਉਰੇ ਆਉਂਦੇ ਸੀਗੇ ਵੱਡੀਆਂ ਕੰਪਨੀਆਂ ਦੇ ਮਾਲਕ ਇੱਥੇ ਟੂਰਾਂ ਦੇ ਉੱਪਰ, ਤਾਂ ਉਹ ਮੈਨੂੰ ਦਿਖਦਾ ਸੀਗਾ ਕਿ ਉਹ ਮੈਨੂੰ ਚਾਹੁੰਦੇ ਆ ਕਿ ਮੈਂ ਕੰਮ ਕਰਾਂ ਉਹਨਾਂ ਨਾਲ, ਪਰ ਉਹ ਬੌਂਡ ਕਰਨਾ ਚਾਹੁੰਦੇ ਸੀ। ਫਿਰ ਸੱਤੀ ਗਰੇਵਾਲ ਵੀਰੇ ਉਹਨਾਂ ਨੇ, ਤੁਹਾਨੂੰ ਪਤਾ ਇਨੀਸ਼ੀਅਲ ਸਟੇਜ ਤੋਂ ਮੈਨੂੰ ਹੈ ਨਾ, ਉਹਨਾਂ ਦੇ ਜਿੰਨੇ ਵੀ ਕੰਟੈਕਟ ਸੀਗੇ ਜਾਂ ਜੋ ਵੀ ਉਹ ਮੇਰੇ ਲਈ ਕਰ ਸਕਦੇ ਸੀ, ਉਹਨਾਂ ਨੇ ਹਮੇਸ਼ਾ ਕੀਤਾ। ਸੋ ਥੋੜ੍ਹਾ ਜਿਹਾ ਹਾਂਜੀ, ਉਹ ਹੁੰਦਾ ਕਿ ਤੁਸੀਂ ਸਹੀ ਜਗ੍ਹਾ ਤੇ ਸਹੀ ਟਾਈਮ ਤੇ ਮਤਲਬ ਸਹੀ ਜਗ੍ਹਾ ਹੋਵੋ, ਤਾਂ ਉਹ ਹੋਇਆ ਮੇਰੇ ਨਾਲ ਕਾਫੀ ਵਾਰੀ। ਹਾਂਜੀ ਅੱਛਾ ਸਮੇਂ ਦੇ ਹਿਸਾਬ ਦੇ ਨਾਲ ਇੱਕ ਓਲਾ ਵੀ ਹੀ ਵੱਡੀਆਂ ਕੰਪਨੀਆਂ ਨੇ ਬੜਾ ਚਿਰੇ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਇਧਰੋਂ ਵੀ ਇੰਨੇ ਪੈਸੇ ਇਦਾਂ ਵੀ ਆ ਜਾਂਦੇ ਆ। ਮੈਨੂੰ ਹਲੇ ਤੱਕ ਪਤਾ ਨਹੀਂ ਹੈਗਾ ਜੀ ਕਿੱਥੋਂ ਕਿੰਨੇ ਪੈਸੇ ਆਉਂਦੇ ਆ। ਮੈਂ ਤੁਹਾਨੂੰ ਦੱਸਾਂ, ਮੈਂ ਕੀ ਕਹਿੰਦੇ ਹੁੰਦੇ, ਮੈਨੂੰ ਪ੍ਰਭ ਸਮਝਾਉਂਦਾ ਹੁੰਦਾ, ਕਿਉਂਕਿ ਉਹ ਮੈਨੂੰ ਦੇਖ ਲਓ ਹੁਣ ਹੱਸਦਾ ਹੁੰਦਾ ਕਿ ਮੈਂ ਵੀ ਅਸੀਂ ਤੇਰੀਆਂ ਵੀਡੀਓਜ਼ ਦੇਖਦੇ ਹੁੰਦੇ ਸੀ। ਉਹਨੇ ਮੈਨੂੰ ਫੋਨ ਵੀ ਕੀਤੇ ਪਹਿਲਾਂ ਇਨੀਸ਼ਲੀ ਹੈ ਨਾ, ਜਦੋਂ ਕਿ ਉਹਦੇ ਡੈਡ ਤੇ ਮੇਰੇ ਡੈਡ ਥੀਏਟਰ ਦੇ ਥੀਏਟਰ ਕਰਕੇ ਕਰਕੇ ਕਿਤੇ ਦੋਸਤ ਵੀ ਸੀਗੇ ਕਿਤੇ ਨਾ ਕਿਤੇ, ਹੈ ਨਾ ਜੀ। ਜੀ ਤੇ ਪਰ ਉਹਨੇ ਮੇਰਾ ਚੈਨਲ ਮੋਨੀਟਾਈਜ਼ ਕਰਾਇਆ ਸੀ ਬਹੁਤ ਸਾਲ ਪਹਿਲਾਂ, ਕਿ ਤੈਨੂੰ ਪਤਾ ਹੈ ਕਿ ਯੂਟਿਊਬ ਤੋਂ ਪੈਸੇ ਆਉਂਦੇ ਆ, ਤੇਰਾ ਤੇਰਾ ਇੰਨਾ ਵਾਚ ਟਾਈਮ ਆ, ਤੇਰੇ ਤਾਂ ਇੰਨੇ ਉਹ ਆ, ਤੇਰੇ ਵਿਊਜ਼ ਉਹ ਆ, ਤੈਨੂੰ ਤੇਰਾ ਤਾਂ ਬਹੁਤ ਸੌਖਾ ਹੋ ਜਾਣਾ। ਉਹਨੇ ਹੀ ਕਰਾ ਕੇ ਦਿੱਤਾ ਸੀਗਾ, ਪਰ ਮੈਂ ਉਹਨੂੰ ਕਦੇ ਮੁੜ ਕੇ ਯੂਟਿਊਬ ਨੂੰ ਸੀਰੀਅਸਲੀ ਨਹੀਂ ਲਿਆ, ਐ ਵੀ ਕਹਾਂ ਨਾ। ਪਰ ਹੁਣ ਉਹ ਸਮੇਂ ਦੀ ਲੋੜ ਵੀ ਆ, ਤੇ ਮੈਨੂੰ ਲੱਗਦਾ ਕਿ ਜਿਹੜਾ ਇੱਕ ਕੰਪਨੀਆਂ ਦਾ ਪ੍ਰੈਸ਼ਰ ਹੁੰਦਾ ਸੀ ਨਾ, ਕਿ ਜਦੋਂ ਮੈਨੂੰ ਲੱਗਦਾ ਕਿ ਮੇਰਾ ਗੈਪ ਥੋੜ੍ਹਾ ਜਿਹਾ ਇਸ ਕਰਕੇ ਵੀ ਰਿਹਾ ਕਿ ਮੈਂ ਕਦੇ ਵੀ ਆਪਣੇ ਆਪ ਨੂੰ ਵੀਰੇ ਚੰਗਾ ਸਿੰਗਰ ਨਹੀਂ ਰੇਟ ਕਰਦਾ ਹੈਗਾ, ਸਟਿਲ ਨਹੀਂ ਕਰਦਾ ਹੈਗਾ। ਆਪਣੇ ਲਰਨਿੰਗ ਇੱਕ ਪ੍ਰੋਸੈਸ ਹੁੰਦੀ ਹੈ ਨਾ, ਬਸ ਆਮ ਸਟਿਲ ਲਰਨਿੰਗ ਹੈ ਨਾ। ਵੱਡਾ ਪਰ ਪਾਣੇ ਮੈਨੂੰ ਤੇ ਲੱਗਦਾ ਕਿ ਹਾਂਜੀ, ਨਹੀਂ ਜਿਹੜੀ ਜੋ ਦੇਖੋ ਜਿਹੜੀ ਚੀਜ਼ ਸੱਚ ਹੈ ਸੱਚ ਹੈ ਨਾ। ਤੇ ਮੈਂ ਮੈਨੂੰ ਪਰ ਇਹ ਲੱਗਦਾ ਜ਼ਰੂਰ ਕਿ ਜਦੋਂ ਮੈਂ ਲਿਖਦਾ ਤਾਂ ਮੇਰਾ ਇੱਕ ਲਿਖਣ ਦਾ ਅਲੱਗ ਰੰਗ ਹੈਗਾ ਹੈ ਨਾ, ਕਿ ਮੇਰੇ ਨਾਲ ਜਿਹੜੇ ਲੋਕੀ ਜੁੜੇ ਸੀ ਉਹ ਮੇਰੀ ਲਿਖਤ ਕਰਕੇ ਜੁੜੇ ਸੀਗੇ, ਬਿਲਕੁਲ ਕਿਉਂਕਿ ਮੇਰੀ ਲਿਖਤ ਦੇ ਵਿੱਚ ਇੱਕ ਲਾ ਲਓ ਕਿ ਲੋਕਾਂ ਦੀ ਗੱਲ ਸੀ। ਸੋਸ਼ਲ ਸੋਸ਼ਲ ਅਵੇਅਰਨੈਸ ਵੀ ਹੁੰਦੀ ਆ ਆਲੇ ਦੁਆਲਾ, ਜਾਂ ਤੁਸੀਂ ਮੇਰੇ ਜਿੰਨੇ ਵੀ ਗਾਣੇ ਸੁਣੋਗੇ ਉਹਦਾ, ਚਾਹੇ ਮੂਹਰੇ ਕੋਈ ਸ਼ਰਾਰਤੀ ਗੱਲ ਵੀ ਕਰਕੇ ਮੈਂ ਸਾਮਾ ਪਲਾਸ ਤੰਤਰ ਦੇ ਵਿੱਚ ਲਿਆ ਕੇ ਉਹਨੂੰ ਉੱਥੇ ਮੁਕਾਉਣਾ, ਹੈ ਨਾ, ਕਿ ਵੀ ਉਹਦਾ ਕੋਈ ਮਾੜਾ ਅਸਰ ਨਾ ਦਿਖੇ ਗਾਣੇ ਦਾ, ਨਾ ਕੋਈ ਕੋਈ ਹਾਰਮਫੁਲ ਨਾ ਲੱਗੇ ਗਾਣਾ। ਸੋ ਜੀ ਮੈਂ ਲਿਖਣਾ ਛੱਡ ਗਿਆ ਸੀ ਵਿੱਚੋਂ ਜੀ, ਤਾਂ ਉਹ ਚੀਜ਼ ਨੇ ਮੈਨੂੰ ਕਾਫੀ ਉਹੀ ਗੱਲ ਕਿ ਪੱਕੀਆਂ ਪਕਾਈਆਂ ਮਿਲਣ ਲੱਗ ਗਈਆਂ ਸੀ। ਦੂਜਾ ਕੰਪਨੀਆਂ ਦਾ ਪ੍ਰੈਸ਼ਰ ਹੁੰਦਾ ਸੀ ਆੜਤੀਆਂ ਦਾ, ਬਈ ਨਹੀਂ ਨਹੀਂ ਜੀ ਉਹ ਫਲਾਣੇ ਦਾ ਤਾਂ ਇਦਾਂ ਦਾ ਚੱਲਿਆ ਕਿ ਉਹ ਤੁਸੀਂ ਉਦਾਂ ਦਾ ਉਦਾਂ ਦਾ ਕਰੋ। ਬਣਾਓ ਕੁਛ ਉਦਾਂ ਦਾ। ਹੁਣ ਮੈਂ ਤੁਹਾਨੂੰ ਮੇਰਾ ਆਪਾਂ ਹਰ ਹਰ ਬੰਦਾ ਹਰ ਇੱਕ ਚੀਜ਼ ਹਰ ਇੱਕ ਜੋਨਰ
ਉਦਾਂ ਤਾਂ ਮੈਥੋਂ ਨਹੀਂ ਲਿਖਿਆ ਜਾਂਦਾ ਹੈ ਝਾਂਜਰਾਂ ਪਰਾਂਦੇ ਜੀ ਉਹ ਕਰਕੇ, ਕਿਉਂਕਿ ਕਾਫ਼ੀ ਵਾਰੀ ਜੁੜੇ ਜਾਂਦੇ ਹੈਗੇ ਮੇਰੇ ਲਈ, ਲਿਖਣ ਲਈ ਪਹਿਲਾਂ ਮੇਰੇ ਦਿਮਾਗ 'ਚ ਥਾਟ ਹੋਣਾ ਚਾਹੀਦਾ ਕਿ ਮੈਂ ਗੱਲ ਕੀ ਕਰਨੀ ਆ, ਕੋਈ ਗੱਲ ਹੋਣੀ ਚਾਹੀਦੀ ਆ, ਤੇ ਇਹ ਨਹੀਂ ਕਿ ਵੀ ਤੁਸੀਂ ਇਕੱਲੀ ਹੁੱਕ ਲਾਈਨ ਆ ਕਿ ਅੰਤਰੇ ਆਪਾਂ ਖਾਲੀ ਟਪਾ ਦਈਏ, ਤੇ ਉਹ ਹੁੰਦਾ ਕਿ ਉਹ ਚੜ੍ਹਦਾ ਜਾਵੇ ਗਾਣਾ ਉੱਪਰ ਨੂੰ, ਹੈ ਨਾ, ਦੇਰ ਸ਼ੁੱਡ ਬੀ ਅ ਸਟੋਰੀ ਇਨ ਦਾ ਸੌਂਗ ਕੀ, ਬਿਲਕੁਲ ਮਤਲਬ ਜੋ ਹਸਲ ਸਾਡੇ ਹਾਰਟ ਦੇ ਵਿੱਚ ਵੀ ਜੇ ਤੁਸੀਂ ਦੇਖੋ। ਹਾਂਜੀ ਤੁਹਾਡੀ ਲਾਈਫ ਚੋਂ ਨਿਕਲੇ, ਤੁਹਾਡੇ ਅੰਦਰੋਂ ਨਿਕਲੇ, ਤੁਹਾਡੇ ਆਸ-ਪਾਸ ਜੋ ਵਾਪਰ ਰਿਹਾ, ਹੁਣ ਬਿਲਕੁਲ ਜਿੱਦਾਂ ਦਾ ਤੁਹਾਡਾ ਬੈਂਡ ਖਲੋਣਿਆ ਉਸ ਹਿਸਾਬ ਦੇ ਨਾਲ ਯਾਰੀਆਂ ਦੋਸਤੀਆਂ ਗਾਣਿਆਂ ਚੋਂ ਝਲਕਦੀਆਂ ਨੇ, ਇੱਥੋਂ ਦੀ ਲਾਈਫ ਦੀ ਜੀ ਸਟਰਗਲ ਝਲਕਦੀ ਹੈ, ਸੋ ਚੀਜ਼ਾਂ ਤੁਸੀਂ ਮਾਣੀਆਂ ਨੇ, ਇਸ ਕਰਕੇ ਉਹ ਤੁਹਾਡੇ ਉਹਨਾਂ ਗਾਣਿਆਂ ਦੇ ਵਿੱਚੋਂ ਝਲਕਦੀਆਂ ਨੇ। ਅੱਛਾ, ਕਦੀ ਮਤਲਬ ਜਿੱਦਾਂ ਵਿੱਚ ਗਾਣਾ ਲਿਖਣਾ ਛੱਡ ਦਿੱਤਾ, ਹੁਣ ਜਿਹੜਾ ਬੰਦਾ ਹਾਂਜੀ ਲਿਖਦਾ ਆ ਉਹਦੇ ਲਈ ਮੈਨੂੰ ਲੱਗਦਾ ਕਿ ਉਹਦੇ ਲਈ ਲਿਖਣਾ ਹੀ ਇੱਕ ਮੈਡੀਟੇਸ਼ਨ ਹੈ, ਹਾਂਜੀ ਵਿੱਚ ਜੇ ਆਈ ਨਹੀਂ ਇਸ ਚੀਜ਼ ਨੂੰ ਲੈ ਕੇ ਸਮੱਸਿਆ। ਵੈਸੇ ਨਹੀਂ ਦੋਵੇਂ ਨਹੀਂ ਚੀਜ਼ਾਂ ਵੈਸੇ ਬਿਲਕੁਲ ਆਈ ਪੈਰਲਲ ਜੀ, ਨੇ, ਜਦੋਂ ਬੰਦਾ ਮੈਂ ਥੋੜ੍ਹਾ ਨਾ ਜਿਹਾ, ਜੀ, ਨਹੀਂ ਤੁਸੀਂ ਸਵਾਲ ਪੂਰਾ ਕਰੋ ਜੀ। ਮੈਨੂੰ ਲੱਗਦਾ ਜਦੋਂ ਪੈਰਲਲ ਇਸ ਕਰਕੇ ਵੀ ਨਹੀਂ ਕਿ ਥੋੜ੍ਹਾ ਜਿਹਾ ਬੰਦਾ ਜ਼ਿਆਦਾ ਓਕੂਪਾਈ ਹੋ ਜਾਂਦਾ ਵਾ, ਸਟ੍ਰੈਸ 'ਚ ਹੁੰਦਾ ਵਾ, ਇਸ ਕਰਕੇ ਉਹ ਕੁਛ ਪਿਆਰੀ ਚੀਜ਼ ਸੈਕਰੀਫਾਈਸ ਉਸ ਟਾਈਮ ਤੇ ਕਰ ਦਿੰਦਾ, ਉਹਨੂੰ ਲੱਗਦਾ ਕਿ ਨਹੀਂ ਇਸ ਪਾਸੇ ਮੈਂ ਧਿਆਨ ਨਾ ਲਾ ਕੇ ਮੈਂ ਇੱਧਰ ਲਾ ਲਾਂ। ਸੋ ਕਿੱਦਾਂ ਹੁਣ ਲਿਖਣ, ਪਹਿਲਾਂ ਤੁਸੀਂ ਲਿਖਦੇ ਰਹੇ ਵਿੱਚ ਛੱਡਿਆ, ਹੁਣ ਦੁਬਾਰਾ ਲਿਖਣਾ ਸ਼ੁਰੂ ਕੀਤਾ, ਇਸ ਜਰਨੀ ਬਾਰੇ ਕੁਝ ਦੱਸਣਾ ਚਾਹੋ? ਜੀ, ਮੈਂ ਜਿਹੜਾ ਲਿਖਣਾ ਛੱਡਿਆ, ਮਤਲਬ ਕਿ ਉਹ ਮੇਰੇ ਗਾਣੇ ਜਾਂ ਜੋ ਮੈਂ ਲਿਖ ਰਿਹਾ ਸੀ ਉਸ ਟਾਈਮ 'ਤੇ, ਮੈਂ ਰਿਲੀਜ਼ ਨਹੀਂ ਕੀਤਾ ਲਿਖਣਾ। ਤਾਂ ਜਿਹਨੂੰ ਤੁਸੀਂ ਆਪ ਲਿਖਦੇ ਹੋ ਇੰਨਾ ਖੂਬਸੂਰਤ, ਹੈ ਨਾ, ਤੁਹਾਨੂੰ ਪਤਾ ਕਿ ਜਦੋਂ ਤੁਹਾਡੇ ਅੰਦਰ ਕੁਛ ਹੈਗਾ ਹੈ ਤਾਂ ਜਦੋਂ ਵੀ ਤੁਹਾਡੇ ਬਲਬਲਾ ਉੱਠਣਾ, ਚਾਹੇ ਮਹੀਨੇ ਬਾਅਦ 2 ਮਹੀਨੇ ਬਾਅਦ, ਕੁਛ ਨਾ ਕੁਛ ਤਾਂ ਤੁਸੀਂ ਲਿਖੋਗੇ ਨਾ, ਤੁਹਾਨੂੰ ਬੈਟਰ ਫੀਲ ਹੁੰਦਾ ਕਿ ਬਿਲਕੁਲ ਤੁਹਾਡੀ ਸਟ੍ਰੈਸ ਆ ਜਿਹੜੀ ਕਾਗਜ਼ ਉੱਪਰ ਨਿਕਲ ਗਈ। ਤਾਂ ਜੀ, ਇਨ ਬਿਟਵੀਨ ਮੈਂ ਆਪਣੇ ਲਈ ਮੈਂ ਥੋੜ੍ਹੀ ਬਹੁਤ ਸ਼ਾਇਰੀ ਵੀ ਕਰ ਲੈਂਦਾ, ਤਾਂ ਓਕੇ, ਉਹ ਪਰਫੈਕਟ। ਲਿਖਦਾ ਉਹ ਲਿਖਦਾ ਰਿਹਾ, ਹੈ ਨਾ ਜੀ, ਜਿਵੇਂ ਮੈਂ ਪਿੱਛੇ ਜਿਹੇ ਇੱਕ ਗੱਲ ਲਿਖੀ ਸੀਗੀ। ਦੂਜਾ ਕਿ ਜਦੋਂ ਨਾ ਮੈਨੂੰ ਇਹ ਬਹੁਤ ਫੀਲ ਹੁੰਦਾ, ਇਹ ਚੀਜ਼ ਮੈਂ ਅਬਜ਼ਰਵ ਕੀਤੀ ਹੈ ਨਵੇਂ ਮੁੰਡਿਆਂ ਦੇ ਵਿੱਚ ਵੀ, ਮੈਂ ਦੇਖਦਾ ਕਿ ਜਦੋਂ ਤੁਹਾਡਾ ਮਾਹੌਲ ਚੇਂਜ ਹੁੰਦਾ ਨਾ, ਤੁਹਾਡਾ ਲਾਈਫ ਸਟਾਈਲ ਚੇਂਜ ਹੁੰਦਾ, ਕਿ ਜਿਹੜੀਆਂ ਤੰਗੀਆਂ ਤੋਂ ਨਿਕਲ ਕੇ ਤੁਸੀਂ ਸਹੂਲਤਾਂ ਵੱਲ, ਟੈਨਸ਼ਨ ਵੱਲ, ਬਾਈ ਬਾਈ ਪੈਸਾ, ਉਹ ਚੀਜ਼ ਆ ਜਾਂਦੀ ਹੈ, ਉਹ ਤੁਹਾਡਾ ਦਾਇਰਾ ਜਦੋਂ ਆਲੇ ਦੁਆਲੇ ਦਾ ਮਤਲਬ ਚੇਂਜ ਹੁੰਦਾ ਮਾਹੌਲ, ਤਾਂ ਉਹ ਚੀਜ਼ ਦਾ ਫਰਕ ਵੀ ਪੈਂਦਾ। ਕਿ ਮੈਂ ਉਦੋਂ ਇੱਕ ਲਿਖਿਆ ਸੀਗਾ 2 ਲਾਈਨਾਂ ਦਾ ਕੁਛ, ਕਿ ਮੇਰੇ ਖੋਲੇ ਗੀਤ ਅਮੀਰੀ ਨੇ, ਜਦ ਭੁੱਖਾ ਸੀ ਉਦੋਂ ਲਿਖਦਾ ਸੀ, ਜੋ ਜੋ ਚਾਹੁੰਦਾ ਸੀ ਉਹ ਗਾਉਂਦਾ ਸੀ, ਮੈਨੂੰ ਹਿੱਟ ਫਲੋਪ ਕਿੱਥੇ ਦਿਖਦਾ ਸੀ। ਤੋ ਵਾਹ, ਮਤਲਬ, ਹੈ ਨਾ, ਕਿ ਇਸ ਜਦੋਂ ਆਈਡੀਆ ਜਦੋਂ ਤੁਹਾਡਾ ਨਾਂ, ਹਾਂ, ਜਦੋਂ ਤੁਹਾਡਾ ਨਾਮ ਹੋ ਜਾਂਦਾ, ਫਿਰ ਤੁਸੀਂ ਸੋਚ ਸੋਚ ਕੇ ਕਿ ਯਾਰ, ਜਦੋਂ ਨਵੇਂ ਸੀ ਬਿਲਕੁਲ ਉਦੋਂ ਕੋਰੇ ਕਾਗਜ਼ ਸੀ, ਉਦੋਂ ਆਏ ਸੀ ਵੀ ਕੁਛ ਵੀ ਗਾ ਦੇ ਕੁਛ ਵੀ ਲਿਖਦੇ, ਫਰਕ ਨਹੀਂ ਸੀ ਗਵਾਉਣ ਨੂੰ ਪੈਂਦਾ। ਕੁਛ ਨਹੀਂ, ਹਾਂ, ਗਵਾਉਣ ਨੂੰ ਕੁਛ ਨਹੀਂ ਗਾ, ਹੈ ਨਾ, ਜਦੋਂ ਫਿਰ ਤੁਹਾਡਾ ਥੋੜਾ ਜਿਹਾ ਨਾਮ ਹੋ ਜਾਂਦਾ, ਫਿਰ ਤੁਸੀਂ ਉਹ ਚੀਜ਼ ਤੋਂ ਡਰਨ ਲੱਗ ਜਾਂਦੇ ਹੋ ਕਿ ਯਾਰ ਉਹ, ਹੈ ਨਾ, ਹੁਣ 2 ਗਾਣੇ ਚੱਲੇ ਹੋਏ ਆ, ਜੇ ਤੀਜਾ ਨਾ ਚੱਲਿਆ, ਚੌਥਾ ਨਾ ਚੱਲਿਆ, ਆਹ ਗੱਲ ਹੋ ਯਾਰ, ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਹੈਗਾ, ਹੁਣ ਮੇਰੇ ਨਾਲ ਫੈਮਿਲੀ ਆਡੀਅੰਸ ਵੀ ਜੁੜ ਗਈ, ਹੈ ਨਾ, ਜਾਂ ਜਿਵੇਂ ਹਰੇਕ, ਤੁਸੀਂ ਕਿਸੇ ਵੀ ਸਿੰਗਰ ਦਾ, ਕਿਸੇ ਵੀ ਰਾਈਟਰ ਦਾ ਦੇਖ ਲਓ, ਉਹਨੇ ਜਵਾਨੀ 'ਚ ਹੋਰ ਹਿਸਾਬ ਨਾਲ ਲਿਖਿਆ ਹੋਊਗਾ, ਉਹ ਫਿਰ ਜਿਹੜਾ ਟ੍ਰਾਂਜੈਕਸ਼ਨ ਆਉਂਦਾ ਆਉਂਦਾ ਬੁਢਾਪੇ ਤੱਕ, ਉਹ ਫਿਰ ਬੰਦਾ ਦੂਜਿਆਂ ਨੂੰ ਮੱਤ ਨਹੀਂ ਦੇਣ ਲੱਗ ਜਾਂਦਾ, ਹਾਂ, ਫਿਰ ਤੋ ਉਹ ਸਾਰਿਆਂ ਨਾਲ ਹੁੰਦਾ, ਹੈ ਨਾ, ਤਾਂ ਉਹ ਫਿਰ ਜਦੋਂ ਪਿਛਲੇ ਗਾਣੇ ਆਪਣੇ ਲਿਖੇ ਹੀ ਆਪਾਂ ਨੂੰ ਲੱਗੀ ਜਾਂਦੇ ਆ, ਯਾਰ ਵੀ ਆਹ ਗੱਲ ਕਹਿਣ ਦੀ ਕੀ ਲੋੜ ਸੀ, ਹੈ ਨਾ, ਜਦੋਂ ਜਦੋਂ ਟਰੱਕ ਪਰ ਪਿੱਛੇ ਮੈਨੂੰ ਲੱਗਦਾ ਲੋਕੇਸ਼ਨਾਂ ਚੇਂਜ ਹੋਈ ਹਾਂਜੀ ਜਾਂਦੀਆਂ ਨੇ, ਮਿਲੇਗਾ ਹਾਂਜੀ ਮੁਕੱਦਰ। ਹਾਂਜੀ ਹਾਂਜੀ ਮਿਲੇਗਾ ਮੁਕੱਦਰ, ਹੋਰ ਹੁਣ ਉਹ ਇੱਦਾਂ ਪਹਿਲਾਂ ਇੱਦਾਂ ਕਹਿੰਦੇ ਉਹ ਹੋ ਲਿਖਦੇ ਰਿਹਾ। ਕਿ ਹਾਂਜੀ ਹਾਂਜੀ ਉਡੀ ਚੱਲ ਮੋਰਨੀ ਹੈ ਨਾ, ਮਤਲਬ ਉਸ ਹਿਸਾਬ ਦੇ ਨਾਲ ਹੌਲੀ ਹੌਲੀ ਉਹ ਕੋਟੇਸ਼ਨਾਂ ਚੇਂਜ ਹੋਣ ਲੱਗ ਇੱਕ ਪਏ ਨੇ। ਇੱਕ ਹਾਂ ਇੱਕ ਮੈਂ ਤੁਹਾਨੂੰ ਕੀ ਕਹਿੰਦੇ, ਹੁਣ ਮੈਂ ਸ਼ੇਅਰ ਦੀ ਗੱਲ ਆਪਾਂ ਕੀਤੀ ਆ, ਜੀ ਤਾਂ ਪਲੀਜ਼। ਜਦੋਂ ਨਾ ਮੇਰੀ ਪਹਿਲੀ ਪਹਿਲੀ ਐਲਬਮ ਆਈ, ਹੈ ਨਾ ਜੀ, ਸਾਊ ਪੁੱਤ, ਆਪਣੇ ਕੋਲ ਟਾਈਮ ਹੈਗਾ ਨਾ ਵੀ ਹਾਂਜੀ ਹਾਂਜੀ ਖੁੱਲਾ 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 ਖੁੱਲਾ। ਸਾਊ ਪੁੱਤ ਜਦੋਂ ਮੇਰੀ ਐਲਬਮ ਆਈ ਪਹਿਲੀ ਨਾ ਜੀ, ਉਹ ਉਨੀ ਨਹੀਂ ਚੱਲੀ ਜਿੰਨੀ ਮੈਨੂੰ ਲੱਗਦਾ ਸੀਗਾ, ਹੈ ਨਾ, ਆਪਾਂ ਉਸ ਦੌਰਾਨ ਵੀ ਮਿਲਦੇ ਰਹੇ ਆਪਣੀਆਂ, ਬਿਲਕੁਲ, ਆਪਾਂ ਹੋਰ ਮੁੰਡਿਆਂ ਨਾਲ ਵੀ ਸਿੰਗਲ ਮੀਟਿੰਗਸ ਕਰਦੇ ਹੁੰਦੇ ਸੀਗੇ ਨਾ, ਸਿੰਗਲਸ ਲਈ, ਤੇ ਮੈਨੂੰ ਮੇਰੇ ਦਿਮਾਗ 'ਚ, ਮੈਂ ਇੰਨਾ ਓਵਰ ਕੌਨਫੀਡੈਂਟ ਸੀਗਾ ਉਦੋਂ, ਕਿ ਮੈਨੂੰ ਲੱਗਦਾ ਸੀ ਕਿ ਯਾਰ, ਸਾਰਿਆਂ ਨੂੰ ਤਾਂ ਪਤਾ ਕਿ ਯੂਟਿਊਬ ਵਾਲਾ ਬੱਬਲ ਰਾਇਆ, ਆਸਟ੍ਰੇਲੀਅਨ ਛੱਲੇ ਵਾਲਾ, ਵੀ ਜਿੱਦਣ ਮੇਰੀ ਟੇਪ ਆਉਣੀ ਆ ਜਾਂ ਐਲਬਮ ਆਉਣੀ, ਕੈਸੇਟ ਆਊਗੀ, ਵੀ ਇਹ ਤਾਂ ਬੱਲੇ ਬੱਲੇ ਗਾਹ ਪੈ ਜਾਣਾ। ਜੀ ਉਹ ਸੁਣੀ ਲੋਕਾਂ ਨੇ, ਪਰ ਓਨਾ ਨਹੀਂ ਗਾਹ ਪਿਆ ਜਿੰਨਾ ਮੈਂ ਆਪਣੇ ਦਿਮਾਗ 'ਚ ਬਣਾਈ ਬੈਠਾ ਸੀਗਾ। ਨਹੀਂ, ਓਕੇ, ਤਾਂ ਉਦੋਂ ਫਿਰ ਨਾਮ ਵੀ ਹੋ ਗਿਆ ਸੀਗਾ, ਪੈਸੇ ਸੋਰਸਿਸ ਜਾਂ ਉਹ ਕੁਛ ਹੈ ਨਹੀਂ ਸੀਗਾ ਸਟਿਲ, ਹੈ ਨਾ, ਕੰਮ ਉਰੇ ਮੈਂ ਉਹੀ ਕਰਦੇ ਸੀ ਆਪਾਂ, ਜਿਹੜੀਆਂ ਆਡ ਜੋਬਸ ਕਰਦੇ ਸੀਗੇ। ਜੀ, ਤਾਂ ਫਿਰ ਜਦੋਂ ਲੰਘਣਾ ਸੜਕ ਤੋਂ, ਜਾਂ ਮੈਂ ਯੂਰੇਕਾ ਟਾਵਰ ਕਾਫੀ ਦੇਰ ਕਲੀਨਿੰਗ ਕੀਤੀ ਆ, ਤਾਂ ਉਹ ਜਦੋਂ ਬਾਹਰ ਟੈਕਸੀ ਰੈਂਕ ਲੱਗਿਆ ਹੁੰਦਾ ਸੀਗਾ, ਉੱਥੇ ਸਵੇਰੇ ਸਾਜਰੇ 3:30-4 ਵਜੇ ਜਾ ਕੇ ਮੈਂ ਉਹ ਕਰਦਾ ਸੀ, ਝਾੜੂ ਸਵੀਪ ਸੂਪ ਜਿਹਾ ਲਾਉਂਦਾ ਸੀਗਾ, ਤਾਂ ਮੈਨੂੰ ਮੇਰੇ ਕੰਨਾਂ 'ਚ ਆਵਾਜ਼ਾਂ ਪੈਂਦੀਆਂ ਹੁੰਦੀਆਂ ਸੀ ਵੀ ਉਹ ਦੇਖੋ ਛੱਲੇ ਵਾਲਾ ਫਿਰਦਾ, ਉਹ ਬਸ ਇਹ ਤਾਂ ਬਸ ਖਤਮ ਹੋ ਗਿਆ ਕੰਮ, ਕਿ ਇਹ ਤਾਂ ਕਮਰੇ 'ਚ ਬੈਠ ਕੇ ਗਾਉਣ ਜੋਗਾ ਸੀ, ਇਹ ਸੀ ਉਹ ਸੀ ਦਿਸਣ ਦੇਣ, ਹੈ ਨਾ, ਤਾਂ ਉਹ ਉੱਥੋਂ ਲੈ ਕੇ ਜਿਹੜਾ ਤੇਥੋਂ ਸੋਹਣੀ ਹੋਰ ਲੱਭ ਗਈ ਗਾਣਾ ਸੀਗਾ, ਉਹਦੇ ਵਿੱਚ ਇਨ ਬਿਟਵੀਨ ਜਿੰਨਾ ਟਾਈਮ ਸੀ ਉਹ ਮੇਰੇ ਲਈ ਕਾਫੀ ਲੋ,
ਉਹ ਸੀਗਾ ਕਿ ਕਹਿੰਦਾ ਬੜੀ ਦੂਰ ਹੈ ਮੰਜ਼ਿਲ ਲੰਬੀ ਹਜੇ ਉਡਾਨ ਬਾਕੀ ਹੈ, ਉੱਡੂੰਗਾ ਜਦ ਤੱਕ ਮੇਰੇ ਵਿੱਚ ਜਾਨ ਬਾਕੀ ਹੈ, ਇਹ ਹੌਸਲਾ ਹੈ ਬੋਲਦਾ ਹਉਮੈ ਨਾ ਸਮਝਿਓ, ਪਾਉਂਗਾ ਰਹਿੰਦਾ ਜੋ ਕਸਮਾਣ ਬਾਕੀ ਹੈ, ਜੋ ਆਖ ਵਾਹ ਦੇ ਕਿ ਬਸ ਹੁਣ ਤਾਂ ਡੁੱਬ ਗਿਆ ਰਾਏ, ਨਹੀਂ ਜਾਣਦੇ ਆਉਣਾ ਹਲੇ ਤੂਫਾਨ ਬਾਕੀ ਹੈ, ਲੱਭ ਲਊਂਗਾ ਆਪਣੇ ਜੋਗੀ ਥਾਂ ਮੈਂ ਚਮਕਣ ਨੂੰ, ਮੇਰੇ ਹਿੱਸੇ ਦਾ ਖਾਲੀ ਬੜਾ ਮੇਰੇ ਹਿੱਸੇ ਦਾ ਖਾਲੀ ਬੜਾ ਸਮਾਨ ਬਾਕੀ ਹੈ। ਵਾਹ, ਬਹੁਤ ਖੂਬ, ਬਹੁਤ ਖੂਬ। ਤੇ ਬਾਕੀ ਇਹ ਉਹ ਮੌਕਾ ਹੁੰਦਾ ਵਾ ਜਦੋਂ ਬੰਦਾ ਜੇ ਸੰਭਲੇ, ਆਪਣੇ ਆਪ ਨੂੰ ਆਸਰਾ ਦੇ ਲਏ ਉਹਨਾਂ ਚੀਜ਼ਾਂ ਨੂੰ, ਆਪਣਾ ਹੌਸਲਾ ਬਣਾ ਲਏ ਤੇ ਬਣਾ ਲਏ, ਤੇ ਕਈ ਬੰਦੇ ਜਿਹੜੇ ਆ ਉੱਥੋਂ ਫਿਰ ਢੇਰੀ ਢਾਹ ਵੀ ਜਾਂਦੇ ਆ, ਕਿਉਂਕਿ ਲੋਕ ਜੀ ਚੱਲਦੇ ਦੇ ਨਾਲ ਚੱਲਦੇ ਆ, ਜਦੋਂ ਤੁਸੀਂ ਚੱਲ ਰਹੇ ਬਿਲਕੁਲ ਹੋ ਜੀ ਬਿਲਕੁਲ ਜੀ ਉਦੋਂ ਬਿਲਕੁਲ। ਲੋਕ ਤੁਹਾਡੇ ਮੈਂ ਨਾਲ ਵੀਰੇ ਬਣ। ਮੇਰਾ ਨਾ ਮੈਨੂੰ ਤਾਂ ਜੋ ਮੈਂ ਆਪਾਂ ਗੱਲ ਕਰ ਰਹੇ ਹਾਂ, ਫਰ ਵੀ 15 ਸਾਲ ਹੋ ਜਾਣੇ ਮਾਰਚ 'ਚ, ਤਾਂ ਕਾਫੀ ਦੇਰ ਹੋ ਗਈ ਜਿਵੇਂ ਸ਼ੁਰੂ ਹੋਇਆ ਨੂੰ, ਤੇ ਫੁੱਲ ਟਾਈਮ ਹਾਲਾਂਕਿ ਮੈਂ ਉਹ ਸੋਹਣੀ ਵਾਲੇ ਗਾਣੇ ਤੋਂ ਬਾਅਦ ਇੰਡੀਆ ਆ ਕੇ ਜਿਵੇਂ ਫੁੱਲ ਟਾਈਮ 뮤직 ਨੂੰ ਪਰਸੂ ਕਰਨਾ ਸ਼ੁਰੂ ਕੀਤਾ, ਤਾਂ ਮੇਰਾ ਕੈਰੀਅਰ ਨਾ ਕਦੇ ਵੀ ਬਹੁਤ ਐ ਸਮੂਥ ਨਹੀਂ ਰਿਹਾ ਹੈਗਾ ਕਿ ਹਿੱਟ 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 ਕਿ ਪਰ ਮੇਰੇ ਨਾਲ ਐ ਹੋ ਕਿ 2-3 ਗਾਣੇ ਚੱਲੇ, ਫਿਰ 2-3 ਨਹੀਂ ਚੱਲੇ, ਫਿਰ ਇੱਕ ਦੋ ਆਪਣਾ ਚੱਲ ਗਏ, ਫਿਰ 1-2 ਨਹੀਂ ਚੱਲੇ, ਫਿਰ ਫਿਲਮ ਆ ਗਈ ਹੈ ਨਾ, ਫਿਰ 2-3 ਸਾਲ ਕੋਈ ਫਿਲਮ ਨਹੀਂ ਆਈ, ਫਿਰ 2-3 ਫਿਲਮਾਂ ਆ ਗਈਆਂ, ਫਿਰ ਕੋਈ ਫਿਲਮ, ਮਤਲਬ ਮੈਂ ਅਪ ਡਾਊਨ ਕਿ ਉਹਦੇ ਨਾਲ ਕੀ ਹੈ ਕਿ ਲੋਕਾਂ ਦਾ ਬਿਹੇਵੀਅਰ ਚੇਂਜ ਹੁੰਦਾ, ਮੈਂ ਬੜੀ ਵਾਰੀ ਦੇਖ ਲਿਆ ਵੀਰੇ, ਤਾਂ ਮੈਂ ਬੜੀ ਪਹਿਲਾਂ ਹੀ ਇੱਕ ਤਾਂ ਡੈਡੀ ਦੇ ਨਾਲ ਛੋਟੇ ਹੁੰਦੇ ਤੋਂ ਰਹਿਣ ਕਰਕੇ ਮੈਂ ਉਦੋਂ ਹੀ ਲੋਕੀ ਬੜੇ ਬਣਦੇ ਟੁੱਟਦੇ ਦੇਖੇ ਸੀਗੇ, ਤਾਂ ਇੱਕ ਤੁਹਾਡੀ ਸਟੱਡੀ ਹੁੰਦੀ ਤੁਹਾਡੇ ਦਿਮਾਗ 'ਚ ਨਾ, ਕਿ ਫਿਲਮੀ ਜਵਾਕ ਸੀਗਾ, ਇੰਟਰਵਿਊ ਪੜ੍ਹਦਾ ਸੀਗਾ, ਸਾਰੇ ਦੇਖਦਾ ਸੀ ਇੰਟਰਵਿਊ, ਫਿਲਮੀ ਪੇਜ ਪੜ੍ਹਨੇ ਸਾਰਾ, ਸੋ ਉਦੋਂ ਤੋਂ ਲੈ ਕੇ ਲਾ ਲਓ ਕਿ ਉਹ ਸਟੱਡੀ ਹੀ ਸਟੱਡੀ ਹੈ ਤੁਹਾਡੀ, ਹੈ ਨਾ, ਤਾਂ ਬੜੀ ਦੇਰ ਪਹਿਲਾਂ ਹੀ ਆਲੇ ਦੁਆਲੇ ਤੋਂ ਲੋਕਾਂ ਤੋਂ ਐਕਸਪੈਕਟ ਕਰਨਾ ਬੰਦ ਕਰਤਾ ਸੀਗਾ ਕਿ ਇਹ ਮੇਰੇ ਨਾਲ ਜਦੋਂ ਕਦੇ ਮੇਰਾ ਕੰਮ ਉੱਪਰ ਥੱਲੇ ਹੋਊਗਾ ਤਾਂ ਇਹ ਖੜਨਗੇ, ਸਮਝਦੇ ਨਾ, ਸੋ ਉਹ ਫਿਰ ਉਹ ਚੀਜ਼ ਮੈਨੂੰ ਹੈਪੀ ਰੱਖਦੀ, ਮੈਨੂੰ ਦੁੱਖ ਨਹੀਂ ਹੁੰਦਾ ਹੈਗਾ, ਕਿਉਂਕਿ ਤੁਹਾਡੀਆਂ ਬਿਲਕੁਲ ਇੱਛਾਵਾਂ ਹੀ ਤੁਹਾਨੂੰ ਦੁੱਖ ਦਿੰਦੀਆਂ ਨਾ। ਬਿਲਕੁਲ ਬਿਲਕੁਲ, ਹਾਂ ਇਸ਼ਾਵਾਂ ਨੂੰ ਮਾਰ ਲਓ ਤੇ, ਜੀ ਕਿਉਂਕਿ ਉਹ ਤੁਹਾਡੇ ਅਕੋਰਡਿੰਗ ਕਈ ਚੀਜ਼, ਜਿੱਦਾਂ ਹੁਣ ਟੇਪ ਦੀ ਗੱਲ ਕੀਤੀ ਤੁਸੀਂ, ਕਿ ਤੁਹਾਡੇ ਅਕੋਰਡਿੰਗ ਉਹ ਟੇਪ ਜਿਹੜੀ ਆ ਉਹ ਨਹੀਂ ਚੱਲੀ, ਹੋ ਸਕਦਾ ਵਾ ਕਿ ਬਹੁਤ ਜਿਨ੍ਹਾਂ ਨੇ ਪਸੰਦ ਕੀਤੀ ਬਹੁਤ ਕੀਤੀ, ਹਾਂ ਪਰ ਉਹ ਇੱਕ ਆਪਣੀ ਇੱਕ ਅਕੋਰਡਿੰਗ ਉਹ ਚੀਜ਼ ਨਹੀਂ ਹੋਈ। ਜੀ, ਉਹ ਤੁਹਾਡੇ ਦਿਮਾਗ 'ਚ ਤੁਸੀਂ ਕੀ ਗੋਲ ਸੈੱਟ ਕੀਤਾ, ਇੱਕ ਨਾ ਕਪੂਰ ਸਾਹਿਬ ਦੀ ਬੁੱਕ ਆ ਖਿੜਕੀਆਂ, ਉਹਦੇ ਵਿੱਚ ਇੱਕ ਛੋਟਾ ਜਿਹਾ ਉਹਨਾਂ ਦਾ ਸੀਗਾ, ਕਹਿੰਦਾ ਦੋ ਦੋਸਤਾਂ ਨੇ ਰਲ ਕੇ ਇੱਕ ਬਿਜ਼ਨਸ ਸ਼ੁਰੂ ਕੀਤਾ, ਠੀਕ ਹੈ ਜੀ, ਉਹਨਾਂ ਨੇ 1 ਸਾਲ ਪੂਰਾ ਮਿਹਨਤ ਕਰਕੇ ਕੰਮ ਕੀਤਾ, ਪਹਿਲੇ ਦੋਸਤ ਨੂੰ ਉਮੀਦ ਸੀਗੀ ਕਿ ਸਾਨੂੰ 15 ਲੱਖ ਰੁਪਈਆ ਪ੍ਰੋਫਿਟ ਹੋਊਗਾ ਇਕੱਲੇ ਵੀ ਇਕੱਲੇ ਇਕੱਲੇ ਨੂੰ, ਠੀਕ ਹੈ ਜੀ, ਦੂਜੇ ਨੂੰ ਸੀਗਾ ਵੀ ਯਾਰ 7-8 ਲੱਖ ਰੁਪਈਆ ਬਣ ਜਾਵੇ ਵੀ ਘੈਂਟਾ ਕੰਮ, ਇੰਨੇ ਚ ਬਹੁਤ ਉਹਨਾਂ ਨੂੰ ਦਸ ਲੱਖ ਉਹਨਾਂ ਨੂੰ 10 ਲੱਖ ਰੁਪਈਏ ਦਾ ਪ੍ਰੋਫਿਟ ਹੋਇਆ, ਜੀ ਹੈ ਨਾ, ਜੀ ਤਾਂ ਹੁਣ ਉਹਨਾਂ 'ਚ ਇੱਕ ਉਦਾਸ ਸੀ ਇੱਕ ਹਾਂ, ਖੁਸ਼ ਸੀ, ਤਾਂ ਗੱਲ ਕੀ ਸੀ ਕਿ ਉਹਨਾਂ ਨੇ ਆਪਣੇ ਦਿਮਾਗ 'ਚ ਕੀ ਸੈੱਟ ਕੀਤਾ ਦਿਮਾਗ ਹੋਇਆ। ਚ ਕੀ ਸੈੱਟ ਕੀਤਾ। ਹਾਂ, ਤੋਂ ਮੈਂ ਇੱਕ ਕੋਟ ਵੀ ਪੜ੍ਹਿਆ ਸੀਗਾ, ਕਹਿੰਦਾ ਕਿ ਮਤਲਬ ਟ੍ਰਾਈ ਯੋਰ ਬੈਸਟ, ਹੈ ਨਾ, ਪਰ ਵੀ ਵਰਸਟ ਲਈ ਪਰ ਰੈਡੀ ਰਹੋ ਤੁਸੀਂ, ਹੈ ਨਾ। ਗੁੱਡ ਗੁੱਡ। ਜੀ ਅੱਛਾ, ਇਹ ਡਿਸੀਜਨ ਔਖਾ ਨਹੀਂ, ਆਸਟ੍ਰੇਲੀਆ ਸਾਰੇ ਦਾ ਸਾਰੇ ਮਤਲਬ ਜਿਹੜਾ ਵੀ ਨੌਜਵਾਨ ਹੈ ਉਹਦਾ ਇੱਕ ਸੁਪਨਾ ਆ ਕਿ ਮੈਂ ਕਿਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਬਾਹਰ ਨਿਕਲ ਜਾ, ਆਪਾਂ ਇੱਥੇ ਆ ਗਏ, ਆਪਾਂ ਚੰਗੀ ਤਰ੍ਹਾਂ ਸੈੱਟ ਵੀ ਹੋ ਗਏ, ਸਾਰਾ ਕੁਝ ਉਹ ਮਿਲ ਗਿਆ, ਚਲੋ ਇੱਕ ਸਮਾਂ ਹੁੰਦਾ ਉਦੋਂ ਆਊਟ ਜੌਬ ਕਰਨੀਆਂ ਪੈਂਦੀਆਂ, ਇਹ ਡਿਸੀਜਨ ਔਖਾ ਨਹੀਂ ਹੈ ਕਿ ਨਾਲ ਦੀ ਨਾਲ ਉੱਥੇ ਜਾ ਕੇ ਹੁਣ ਆਪਣਾ ਸ਼ੌਂਕ ਵੀ ਪੂਰਾ ਕਰਨਾ, ਹੁਣ ਤੇ ਸ਼ੌਂਕ ਨੂੰ ਨਹੀਂ ਚਲੋ ਔਖਾ ਕੋਈ ਜੀ, ਬਣਾ ਆਪਣਾ ਮੈਨੂੰ ਪ੍ਰੋਫੈਸ਼ਨ ਲੱਗਦਾ ਬਣਾ ਕਿ ਮੈਨੂੰ ਲੱਗਦਾ ਕਿ ਜੇ ਮੇਰੀ ਪਹਿਲੀ ਗੱਲ ਤਾਂ ਮੈਂ ਮੈਲਬਨ ਨਾਲ ਜੁੜਿਆ ਹੋਇਆ, ਹਜੇ ਮੇਰਾ ਘਰ ਹੈਗਾ ਕ੍ਰੈਨਬਰਨ, ਹੈ ਨਾ, ਜੀ ਤਾਂ ਮੈਂ ਇੱਥੇ ਹੀ ਹੁੰਦਾ 3-4 ਮਹੀਨੇ ਸਰਦੀਆਂ 'ਚ, ਮੈਂ ਹਾਲਾਂਕਿ ਉਹ ਸੋਸ਼ਲ ਮੀਡੀਆ 'ਤੇ ਮੈਂ ਐਕਟਿਵ ਨਹੀਂ ਗਾ, ਔਰ ਥੋੜ੍ਹਾ ਮੈਨੂੰ ਆਪਣੀ ਪਰਸਨਲ ਲਾਈਫ ਸ਼ੇਅਰ ਕਰਨੀ ਚੰਗੀ ਵੀ ਨਹੀਂ ਲੱਗਦੀ ਹੈਗੀ, ਸੋ ਮੈਂ ਜੀ ਆਪਣਾ ਚੁੱਪ ਚਾਪ ਆ ਕੇ ਅਤੇ, ਹੈ ਨਾ, ਆਪਣਾ ਚਲੇ ਜਾਈਦਾ 3-4 ਮਹੀਨੇ ਲਾ ਕੇ, ਅਤੇ ਪਰ ਇਹ ਹੈ ਕਿ ਵੀ ਕੰਮ ਕਰਨ ਲਈ ਤਾਂ ਆਸਟ੍ਰੇਲੀਆ ਆਏ ਸੀਗੇ ਵੀਰੇ, ਪਿੰਡ ਛੱਡ ਕੇ ਘਰ ਛੱਡ ਕੇ, ਜੇ ਹੁਣ ਕੰਮ ਘਰ 'ਚ ਮਿਲ ਰਿਹਾ ਤਾਂ ਫਿਰ, ਬਿਲਕੁਲ ਹੈ ਨਾ, ਹਾਂ, ਤੇ ਇਹ ਹੈ ਕਿ ਵੀ ਜਾਂ ਇਹ ਹੋਵੇ ਕਿ ਆਪਣੇ ਉੱਥੇ ਹਲੇ ਇੰਡਸਟਰੀ ਦਾ ਕੋਈ ਐਡਾ ਉਹ ਨਹੀਂ ਗਾ, ਸਕੋਪ ਨਹੀਂ ਗਾ ਇੰਟਰਟੇਨਮੈਂਟ ਇੰਡਸਟਰੀ ਦਾ ਪੰਜਾਬੀ ਲਈ ਖਾਸ ਕਰਕੇ, ਹੈ ਨਾ, ਕਿ ਵੀ ਆਪਾਂ ਜੀ ਉੱਥੇ ਰਹਿ ਕੇ ਕੰਮ ਕਰ ਸਕੀਏ, ਹਾਲਾਂਕਿ ਹੁਣ ਇਨ ਫਿਊਚਰ ਹੋ ਜੂਗਾ, ਕਿਉਂਕਿ ਜਿੱਦਾਂ ਮੈਂ ਦੱਸਿਆ ਕਿ ਹੁਣ ਕੰਪਨੀਆਂ ਦਾ ਰੋਲ ਖਤਮ ਹੋ ਗਿਆ ਕਿ ਤੁਸੀਂ ਡਿਜੀਟਲ ਜੇ ਉੱਥੇ ਗਾਣੇ ਬਣਾਉਂਦੇ ਹੋ ਚੰਗੇ, ਤੁਸੀਂ ਤੁਹਾਡੇ ਨਾਲ 뮤직 ਡਾਇਰੈਕਟਰ ਹੈਗਾ ਜਿਵੇਂ ਪੈਬ ਨਾਲ ਮੈਂ ਬਹੁਤ ਕੰਮ ਕਰਦਾ ਹਾਂ, ਹੈ ਨਾ, ਪੈਬ ਨਾਲ ਮੇਰਾ ਬਹੁਤ ਪਿਆਰ ਆ, ਜੀ ਤੁਸੀਂ ਗਾਣੇ ਬਣਾਏ, ਵੀਡੀਓ ਕੀਤਾ, ਉੱਥੋਂ ਹੀ ਰਿਲੀਜ਼ ਕਰਤਾ, ਹੈ ਨਾ, ਬਟ ਫੋਰ ਦਾ ਸ਼ੋਜ਼ ਤੁਹਾਨੂੰ ਜਾਂ ਤੁਹਾਨੂੰ ਫਿਲਮਾਂ ਲਈ, ਵੈਬ ਸੀਰੀਜ਼ ਜੋ ਵੀ ਅਸੀਂ ਕਰ ਰਹੇ ਹਾਂ ਹੁਣ ਕੰਮ, ਕਿ ਉਹਦੇ ਲਈ ਤੁਹਾਨੂੰ ਸ਼ੂਟ ਲਈ ਇੰਡੀਆ ਆਉਣਾ ਪੈਂਦਾ, ਤੇ ਜੇ ਤੁਸੀਂ ਇੱਥੇ ਹਾਜ਼ਰ ਹੋ ਇੰਡੀਆ ਤਾਂ ਹੀ ਤੁਸੀਂ ਲੋਕਾਂ ਦੇ ਦਿਮਾਗ 'ਚ ਰਹਿੰਦੇ ਹੋ, ਮਿਲਦੇ ਗਿਲਦੇ ਰਹਿੰਦੇ ਹੋ, ਦਿਖਦੇ ਹੋ, ਤੇ ਜੀ ਤੁਸੀਂ, ਹੈ ਨਾ, ਇੱਕ ਮਹੀਨੇ ਲਈ ਵੀ ਤੁਸੀਂ ਬਾਹਰ ਚਲੇ ਗਏ ਤਾਂ ਤੁਸੀਂ ਉਹ ਪਿੱਛੇ ਚਲੇ ਜਾਂਦੇ ਹੋ, ਦੇ ਤੇ ਉਹ ਸੋ ਇਹੀ 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 ਗਿਲਟ ਮੈਨੂੰ ਹਮੇਸ਼ਾ ਰਹਿੰਦਾ ਕਿ ਉਹ ਜਿਹੜਾ ਇੱਕ ਫੈਮਿਲੀ ਟਾਈਮ ਨਹੀਂ ਬੈਲੈਂਸ ਹੁੰਦਾ ਹੈਗਾ, ਬਾਕੀ ਬਾਕੀ ਸਭ ਠੀਕ ਆ, ਬਸ ਇਹ ਚੀਜ਼ ਦਾ ਮੈਨੂੰ ਓਵਰਆਲ ਰਹਿੰਦਾ ਹੁੰਦਾ। ਰਹਿਣਾ ਜ਼ਿਆਦਾ ਕਿੱਥੇ ਪਸੰਦ ਲੱਗਦਾ? ਦੇਖੋ ਜੀ, ਰਹਿਣਾ ਜ਼ਿਆਦਾ ਪਸੰਦ ਤਾਂ ਇੰਡੀਆ ਹੀ ਲੱਗਦਾ, ਇੰਡੀਆ ਲੱਗਦਾ, ਕਿਉਂਕਿ ਹਰ ਕੋਈ ਇੱਥੇ ਪੱਕਿਆ ਹੋ ਕੇ ਵੀ ਇਹੋ ਗੱਲ ਕਰਦਾ ਵਾ ਚਲੇ ਜਾਣਾ, ਹਾਲਾਂਕਿ ਹਾਂਜੀ, ਨਹੀਂ ਜਾ ਆਪਾਂ ਪਾਉਂਦਾ, ਤੁਸੀਂ
ਉਹ ਆਪਣਾ ਆਲਾ ਦੁਆਲਾ ਕਿੱਦਾਂ ਦਾ ਰਿਹਾ, ਬਚਪਨ ਜੀ ਕਿੱਦਾਂ ਤੁਸੀਂ ਵੱਡੇ ਹੋਏ, ਉਹ ਚੀਜ਼ਾਂ ਤੁਹਾਡੀ ਬਹੁਤ ਸੋਚ ਨੂੰ ਸੈੱਟ ਕਰਨੀਆਂ ਨਾ। ਤਾਂ ਮੇਰੇ ਫਾਦਰ ਸਾਹਿਬ 2-3 ਸਾਲ ਅਮੈਰੀਕਾ ਰਹਿ ਕੇ ਆਏ ਸੀਗੇ, ਉਹਨਾਂ ਨੇ, ਉਹਨਾਂ ਦਾ ਸੁਭਾਅ ਆਏ ਸੀ ਕਿ ਉਹਨਾਂ ਨੇ ਕੰਮ ਕਾਰ ਆਪ ਵੀ ਨਹੀਂ ਕੀਤਾ ਮੈਨੂੰ ਲੱਗਦਾ, ਤੇ ਉਹਨਾਂ ਨੇ ਆ ਕੇ ਅਮਰੀਕਾ ਨੂੰ ਇੰਨਾ ਕੁ ਭੰਡਿਆ ਬਈ ਉੱਥੇ ਤਾਂ ਹੈ ਹੀ ਕੁਛ ਨਹੀਂ, ਇਹ ਬਾਹਰਲੇ ਮੁਲਕ ਤਾਂ ਆਏ ਹੁੰਦੇ ਆ, ਫਲਾਨਾ ਹੁੰਦਾ, ਇੰਡੀਆ ਆਪਾਂ ਰਾਜੇ ਆ, ਫਲਾਨਾ ਜੀ ਤਾਂ ਜੀ, ਤੇ ਆਪਾਂ ਕਿਹਾ ਵੀ ਆਪਾਂ ਹੀ ਨਹੀਂ ਬਾਹਰ ਜਾਣਾ। ਛੋਟੇ ਹੁੰਦੇ ਇੱਕ ਆਪਣੇ ਬਣਾ ਲਿਆ ਨਾ ਪੁਆਇੰਟ ਜੇ ਦਿਮਾਗ ਦੇ ਵਿੱਚ। ਤਾਂ ਜਿੱਦਣ ਮੈਂ ਮੈਲਬਨ ਨੂੰ ਪਹਿਲੀ ਵਾਰੀ ਫਲਾਈਟ ਦੇ ਵਿੱਚ ਬੈਠਿਆ ਸੀਗਾ ਦਿੱਲੀ ਨੂੰ, ਤਾਂ ਉਦਣ ਮੀਂਹ ਪੈਂਦਾ ਸੀਗਾ, ਤੇ ਮੇਰੇ ਨਾਲ ਗਰੇਵਾਲ ਸੀਗਾ ਮੇਰਾ ਦੋਸਤ ਜਿਹੜਾ ਵੀਡੀਓ 'ਚ ਮੂਹਰੇ ਕਮੈਂਟਰੀ ਕਰਦਾ ਹੁੰਦਾ ਸੀ, ਉਹ ਦੇਖ ਹਲੇ ਸਹੀ ਸੀਗਾ, ਮੈਂ ਹਨਾ ਤੇ ਮੇਰੀਆਂ ਅੱਖਾਂ ਪਾਣੀ ਡੁੱਲੀ ਜਾਵੇ, ਮੈਂ ਟਾਕੀ ਦੀ ਚੋਂ ਬਾਹਰ ਬੈਠਾ ਦੇਖਾਂ ਮੀਂਹ ਪਈ ਜਾਵੇ, ਮੈਂ ਕਿਹਾ ਯਾਰ ਵੀ ਕਦੋਂ ਲੰਘਣਗੇ 2 ਸਾਲ, ਵੀ ਮੈਂ ਤਾਂ ਨਹੀਂ ਰਹਿ ਸਕਦਾ ਹੈਗਾ ਬਾਹਰ, ਵੀ ਮੈਂ ਤਾਂ ਡਿਪਲੋਮਾ ਜਾਂ ਜਦੋਂ ਪੂਰਾ ਹੋ ਗਿਆ ਤੇ ਵੀ ਆਪਾਂ ਜੋ ਮਰਜ਼ੀ ਹੋ ਵਾਹ ਜਾਵੇ ਜਿਵੇਂ ਕਿ ਮੈਂ ਮਰਜ਼ੀ, ਵੀ ਆਪਾਂ ਇੰਡੀਆ ਹੀ ਰਹਿਣਾ। ਮਤਲਬ ਪਤਾ ਨਹੀਂ ਕਿ ਦੇਖ ਲਓ ਹੁਣ ਵੀ ਕਿ ਇੰਡੀਆ ਮੈਂ ਜ਼ਿਆਦਾ ਹੁੰਦਾ ਹਨਾ, ਹਾਲਾਂਕਿ ਇਹ ਨਹੀਂ ਕਿ ਮੈਂ, ਮੈਨੂੰ ਆਸਟ੍ਰੇਲੀਆ ਰਹਿਣਾ ਬਹੁਤ ਪਸੰਦ ਆ, ਵਧੀਆ ਲੱਗਦਾ ਸਾਰਾ ਕੁਛ ਉਹ, ਪਰ ਇਹ ਆ ਕਿ ਉਰੇ ਉਰੇ ਥੋੜੀ ਜਿਵੇਂ ਸਹੂਲਤਾਂ ਜ਼ਿਆਦਾ ਉਹ ਹੋ ਜਾਂਦੀਆਂ, ਕਿ ਤੁਹਾਨੂੰ ਆਲੇ ਦੁਆਲੇ ਤੁਹਾਡੇ ਕੰਮ ਥੋੜ੍ਹਾ ਜਿਹਾ ਫੋਨਾਂ ਤੇ ਹੋ ਜਾਂਦੇ ਆ, ਤੁਹਾਡੇ ਲਈ ਬੰਦੇ ਹੈਗੇ ਕੰਮ ਕਰਨ ਲਈ ਹਨਾ, ਦੇ ਉਹ ਆ ਕੇ ਉਹ ਜਦੋਂ ਆ ਕੇ ਉੱਥੇ ਉਹ ਚੇਂਜ ਓਵਰ ਵੱਜਦਾ, ਤਾਂ ਉਹ ਮੈਨੂੰ ਉਹ ਟ੍ਰਾਂਜੈਕਸ਼ਨ ਹੋਣ ਨੂੰ ਮੈਨੂੰ 2-3 2 ਕੁ ਹਫ਼ਤੇ ਤਾਂ ਲੱਗਦੇ ਆ, ਕਿ ਸਵੇਰੇ ਆਪ ਉੱਠ ਕੇ ਪਹਿਲਾਂ ਤੁਸੀਂ ਆਪਣੀ ਚਾਹ ਕਾਫੀ ਬਣਾਉਂਦੇ ਹੋ ਹਨਾ, ਸਾਰਾ ਕੁਛ ਉਹ ਕਰਦੇ ਹੋ, ਹਾਲਾਂਕਿ ਫਿਰ ਜਦੋਂ ਉੱਥੇ ਸੈਟਲ ਹੋ ਜਾਂਦਾ, 3-4 ਮਹੀਨੇ ਉੱਥੇ ਹੋ ਜਾਂਦੇ ਆ, ਫਿਰ ਮੈਨੂੰ ਇੰਡੀਆ ਆਉਣ ਲੱਗੇ ਔਖਾ ਲੱਗਦਾ। ਸੋ ਐਵਰੀ ਟਾਈਮ ਇੱਥੋਂ ਉੱਥੇ ਜਾਂਦਾ, ਉੱਥੋਂ ਇੱਥੇ ਜਾਂਦਾ, ਤਾਂ ਉਹ ਟ੍ਰਾਂਜੈਕਸ਼ਨ ਪੀਰੀਅਡ ਜਿਹੜਾ ਹੁੰਦਾ ਉਹ ਬਹੁਤ ਡਿਸਟਰਬ ਕਰਦਾ। ਮਤਲਬ ਹੁਣ ਆਦਤ ਪੈ ਗਈ, ਪਹਿਲਾਂ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਕਰਦਾ ਹੁੰਦਾ ਸੀ। ਤਾਂ ਮੈਂ ਇੱਕ ਪਹਿਲਾਂ ਕੋਈ ਇੱਕ ਗਾਣਾ ਜਿਹਾ ਤੋਰਿਆ ਸੀਗਾ, ਉਹ 'ਚ ਜਿਵੇਂ ਆਪ ਲਾਈਨ ਲਿਖੀ ਸੀਗੀ ਕਿ ਨਾ ਇੱਥੇ ਜੋਗੇ ਰਹੇ ਤੇ ਨਾ ਉੱਥੇ ਜੋਗੇ ਰਹੇ, ਹਨਾ ਵੀ ਸਮਾਰਕ ਜੇ ਵੀ ਜਾਣੀ ਮੇਰੇ ਲਈ ਉਹ ਹੋ ਗਿਆ ਜੀ, ਹਨਾ। ਜੀ 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 ਸੋ ਇੱਕ ਭਟਕਣ ਸੋ ਵਾਪਸ ਆਪਾਂ ਗਾਣੇ ਵੱਲ ਆਉਂਦੇ ਹਾਂ ਹੁਣ। ਗਾਣਾ ਤੁਸੀਂ ਦੁਬਾਰਾ ਇੱਕ ਇੱਕ ਸਮਾਂ ਜਦੋਂ ਜਦੋਂ 15 ਸਾਲ ਤੁਸੀਂ ਦੱਸ ਰਹੇ ਹੋ ਜਾਣੇ ਆ, 15 ਸਾਲ ਪਹਿਲਾਂ ਜਿੱਥੋਂ ਤੁਸੀਂ ਸ਼ੁਰੂ ਕੀਤਾ, ਬੇਸਿਕ ਕਨਸੈਪਟ ਉਹੀ ਸੀ ਇੱਕ ਸਟੂਡੈਂਟ ਲਾਈਫ, ਹੁਣ ਫਿਰ ਇੱਕ ਨਵਾਂ ਅਧਿਆਇ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ, ਉਹ ਫਿਰ ਉੱਥੋਂ ਹੀ ਆ। ਸੋ ਜਿਹੜੀਆਂ ਅਸਲ ਦੇ ਵਿੱਚ ਤਾਰਾਂ, ਜਿੱਦਾਂ ਪਹਿਲਾਂ ਵੀ ਤੁਸੀਂ ਗੱਲ ਕੀਤੀ ਹੈ ਕਿ ਕੰਪਨੀਆਂ ਦੇ ਮੂਡ ਦੇ ਹਿਸਾਬ ਦੇ ਨਾਲ, ਉਹਨਾਂ ਦੀ ਡਿਮਾਂਡ ਦੇ ਹਿਸਾਬ ਨਾਲ ਲਗਾਉਣਾ ਪੈਂਦਾ, ਸੋ ਅਸਲ ਤਾਰਾਂ ਕਿਤੇ ਨਾ ਕਿਤੇ ਉੱਥੇ ਜੁੜੀਆਂ। ਬਿਲਕੁਲ ਜੁੜੀ ਜਾਂਦੀ ਉਹ ਚੀਜ਼, ਮੇਰਾ ਮੈਂ ਉਹਨੂੰ ਗੋਲਡਨ ਟਾਈਮ ਵੀ ਕਹੂੰਗਾ, ਕਿਉਂਕਿ ਉਹ ਜਦੋਂ ਉਹ ਜਿਹੜੀਆਂ ਸਟਰਗਲ ਕਹਿ ਲਓ ਜਾਂ ਜੋ ਵੀ ਆਪਾਂ ਸਾਰਿਆਂ ਨੇ ਉਹ ਜਿਹੜੀ ਜ਼ਿੰਦਗੀ ਆਪਾਂ ਨੇ ਦੇਖੀ, ਉਹਨੇ ਆਪਣਾ ਬੜਾ ਕਿਰਦਾਰ ਬਣਾਇਆ ਹਨਾ ਜੀ। ਸੋ ਮੈਨੂੰ ਇਹੀ ਸੀਗਾ ਕਿ ਜਿਵੇਂ ਇਹ ਗਾਣਾ ਨਾ ਨਵਗੜੀ ਵਾਲਾ ਵੀਰਾ ਜੀ ਨੇ ਮੇਰੇ ਕੋਲ ਆਇਆ ਸੀ ਜਦੋਂ ਗਾਣਾ, ਇਹ ਉਹਨਾਂ ਦਾ ਲਿਖਿਆ ਹੋਇਆ ਸੀਗਾ, ਤਾਂ ਜਿਹੜੀ ਹੁੱਕ ਲਾਈਨ ਜਦੋਂ ਮੈਂ ਸੁਣੀ, ਉਹਨਾਂ ਨੇ ਗਾਣਾ ਕਿਸੇ ਹੋਰ ਪਰਸਪੈਕਟਿਵ ਤੋਂ ਲਿਖਿਆ ਹੋਇਆ ਸੀਗਾ ਹਨਾ, ਥੋੜ੍ਹਾ ਜਿਹਾ ਕਿ ਸਾਨੂੰ ਮਿਹਨਤਾਂ ਨਹੀਂ ਸੌਣ ਦਿੰਦੀਆਂ, ਲੋਕ ਸੌਂਦੇ ਨਹੀਂ ਜੱਟ ਦੀ ਚੜ੍ਹਾਈ ਕਰਕੇ, ਤਾਂ ਹੁੱਕ ਨੂੰ ਜਦੋਂ ਮੈਂ ਸੁਣਿਆ ਤਾਂ ਮੈਨੂੰ ਤਾਂ ਮੇਰੀ ਚੀਜ਼ ਰਿਲੇਟ ਹੋਈ ਆਪਣੀ ਯਾਦ ਆਈ ਹਨਾ, ਤਾਂ ਮੈਨੂੰ ਲੱਗਿਆ ਕਿ ਯਾਰ ਨਹੀਂ ਇਹ ਤਾਂ ਗਾਣਾ ਵੀ ਉਹ ਵੀ ਮੁੰਡਾ ਬਾਹਰ ਰਹਿੰਦਾ ਹਨਾ, ਕਿ NRIs ਦਾ ਜਾਂ ਵੀ ਇੰਟਰਨੈਸ਼ਨਲ ਸਟੂਡੈਂਟਸ ਦਾ ਵੀ ਜਾਂ ਵੀ ਸਾਡਾ ਗਾਣਾ ਯਾਰ ਇਹ ਤਾਂ ਹਨਾ, ਬਾਹਰ ਵਾਲਿਆਂ ਦਾ ਗਾਣਾ, ਇਹਨੂੰ ਆਪਾਂ ਐਂ ਲਿਖੀਏ। ਫਿਰ ਮੈਂ ਉਹਨੂੰ ਰੀਰਾਈਟ ਕੀਤਾ ਹਨਾ, ਉਹਨੇ ਚਲੋ ਮੈਨੂੰ ਅਲਾਓ ਕੀਤਾ ਕਿ ਹਾਂ ਵੀਰੇ ਤੁਸੀਂ ਆਪਣੇ ਹਿਸਾਬ ਨਾਲ ਲਿਖ ਲਓ, ਜਿਹੜੀਆਂ ਚੇਂਜਸ ਕਰਨੀਆਂ ਕਰ ਲਓ। ਮਤਲਬ ਉਹ ਚੇਂਜਸ ਕਰਦੇ ਕਰਦੇ ਕਰਦੇ, ਤੇ ਇਹਦੇ ਕਹਿ ਲਓ ਕਿ ਕ੍ਰਾਫਟ ਦੇ ਉੱਪਰ ਬਹੁਤ ਕੰਮ ਹੋਇਆ ਗਾਣੇ ਨੂੰ, ਮੈਂ ਕਈ ਵਾਰੀ ਢਾ ਢਾ ਕੇ ਅਸੀਂ ਲਿਖਿਆ, ਤਾਂ ਕਈ ਵਾਰੀ ਮਿਊਜ਼ਿਕ ਬਣਿਆ, ਤੇ ਜਦੋਂ ਲਾਸਟ ਮਿਊਜ਼ਿਕ ਆ ਜਿਹੜਾ ਵਰਜਨ ਰੱਖਿਆ ਜਦੋਂ ਪ੍ਰੀਤਮਦਲ ਨੇ ਭੇਜਿਆ ਮੈਨੂੰ, ਤਾਂ ਉਹਨੇ ਫਾਈਲ ਦੇ ਨਾਲ ਲਿਖਿਆ ਸੀ ਵੀ ਇਸ ਤੋਂ ਬਾਅਦ ਹੋਰ ਨਹੀਂ ਕਿ ਬਸ PR ਸਮਝੋ ਇਹਨੂੰ, ਹਾਂ ਇਹਨੂੰ PR ਬਸ ਸਮਝੋ, ਇਹ ਬਸ ਲਾਸਟ ਮਿਊਜ਼ਿਕ ਮੇਰੇ ਵੱਲੋਂ, ਵੀ ਇਸ ਤੋਂ ਬਾਅਦ ਆਪਣਾ ਕਿਸੇ ਹੋਰ ਤੋਂ ਬਣਵਾ ਲਈ ਨੇ ਬਣਵਾਉਣਾ ਹਨਾ। ਪਰ ਉਹ ਕਰਦੇ 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 ਗਾਣਾ ਮੈਨੂੰ ਲੱਗਦਾ ਕਿ ਜੋ ਆਪਾਂ ਅੱਜ ਸੁਣ ਰਹੇ ਸਾਰੇ ਪਸੰਦ ਕਰ ਰਹੇ ਹਾਂ, ਤੁਸੀਂ ਵੀ ਐਪਰੀਸ਼ੀਏਟ ਕੀਤਾ, ਸੋ ਉਹ ਬੈਟਰ ਹੋ ਗਿਆ ਹਨਾ। ਤਾਂ ਉਹਦਾ ਮੈਂ ਪਹਿਲਾਂ ਲਾਸਟ ਅੰਤਰਾ ਉਹਦਾ ਲਿਖਿਆ ਸੀ ਆਪਣੇ ਆਪ ਲਈ ਹਨਾ, ਜੀ ਸੋਰੀ ਮੈਂ ਤੁਹਾਨੂੰ ਢਕਾ ਰਹੀ ਹੁੰਦਾ ਪਲੀਜ਼ ਜੀ। ਤਾਂ ਉਹ ਲਾਸਟ ਅੰਤਰਾ ਪਹਿਲਾਂ ਮੈਂ ਲਿਖਿਆ ਸੀਗਾ ਕਿ ਸ਼ੌਹਰਤਾਂ ਦੇ ਫੁੱਲ ਇਹ ਮਿਹਨਤਾਂ ਨਾਲ ਉੱਗੇ ਆ, ਹੱਥਾਂ ਨਾਲ ਸਿਗਟਾਂ ਦੇ ਟੋਟੇ ਤੱਕ ਚੁਗੇ ਆ, ਪੋਚੇ ਮਾਰ ਮਾਰ ਚਮਕਾਈ ਤਕਦੀਰ ਨੀ, ਔਖੇ ਵੇਲੇ ਨਾਲ ਖੜੇ ਰੱਬ ਜਿਹੇ ਵੀਰ ਨੀ, ਚਿੱਤ ਨੀ ਡਲਾਇਆ ਕਦੇ, ਹੌਸਲਾ ਨੀ ਢਾਇਆ ਕਦੇ, ਦਬਿਆ ਨੀ ਲੋਕਾਂ ਦੀ ਭਕਾਈ ਕਰਕੇ, ਸਾਨੂੰ ਮਿਹਨਤਾਂ ਨੀ ਸੌਣ ਦਿੰਦੀਆਂ, ਲੋਕ ਸੌਂਦੇ ਨੀ ਜੱਟ ਦੀ ਚੜ੍ਹਾਈ ਕਰਕੇ ਹਨਾ। ਫਿਰ ਮੈਨੂੰ ਲੱਗਿਆ ਕਿ ਯਾਰ ਵੀ ਇਹ ਤਾਂ ਮੇਰੀ ਗੱਲ ਹੋ ਗਈ ਹਨਾ, ਕਿ ਯਾਰ ਮਿਹਨਤ ਸਾਰੇ ਹੀ ਕਰਦੇ ਆ, ਕੋਈ ਮੈਂ ਕੋਈ ਨਵਾਂ ਤੀਰ ਤਾਂ ਮਾਰਿਆ ਨੀ ਹੈਗਾ, ਇਹ ਤਾਂ ਸਾਡੇ ਦੇਸ਼ ਦਾ ਮਾਡਲ ਹੀ ਆ ਕਿ ਜਿਹਨੇ ਅੱਗੇ ਆਉਣਾ ਉਹਨੂੰ ਥੱਲੇ ਵੀ ਉੱਠ ਕੇ ਆਉਣਾ ਪੈਂਦਾ, ਤਾਂ ਉਹ ਇੱਕ ਪ੍ਰੋਸੈਸ ਆ, ਉਹ ਸਾਰਿਆਂ ਨੂੰ ਕਰਨਾ ਪੈਂਦਾ ਹਨਾ, ਤੇ ਉਹ ਮੈਂ ਕੀਤਾ ਤਾਂ ਉਹ 'ਚ ਕੋਈ ਵੱਡੀ ਗੱਲ ਨਹੀਂ, ਕਿ ਅਗਲਾ ਇੱਕ ਵਾਰੀ ਸੁਣੂਗਾ ਐਪਰੀਸ਼ੀਏਟ ਕਰ ਦੂਗਾ ਕਿ ਹਾਂ ਯਾਰ ਕੀਤਾ ਹੋਊਗਾ ਹੀ ਤਾਂ ਕੰਮ ਠੀਕ ਆ, 15 ਸਾਲ ਹੋ ਗਏ, ਉਹ ਅੱਧੀ ਤਾਂ ਵੈਸੀ ਜਨਰੇਸ਼ਨ ਨਵੀਂ ਲਈ ਤਾਂ ਉਹ ਪਤਾ ਵੀ ਨਹੀਂ ਹੋਣਾ, ਮੇ ਵੀ ਸ਼ਾਇਦ ਉਹਨਾਂ ਨੂੰ ਯਾਦ ਨਹੀਂ ਹੋਣਾ। ਫਿਰ ਮੈਂ ਕਿਹਾ ਯਾਰ ਕਿ ਗੱਲ ਦੀ ਰਿਲੇਟੇਬਿਲਟੀ ਨਹੀਂ ਹੈਗੀ, ਇਹ ਗਾਣੇ ਨੂੰ ਕੋਈ ਦੁਬਾਰਾ ਕਿਉਂ ਸੁਣੂ, ਜਾਂ ਜੇ ਉਹ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਕਿ ਇੱਥੇ ਰੀਲ ਥੋੜੀ ਨਾ ਕੋਈ ਬਣਾ ਕੇ ਪਾ ਸਕਦਾ, ਇਹ ਤਾਂ ਮੇਰੀ ਗੱਲ ਆ ਨਾ ਯਾਰ। ਫਿਰ ਉਹਨੂੰ ਦੁਬਾਰਾ ਉਸ ਹਿਸਾਬ ਨਾਲ ਲਿਖਿਆ ਹਨਾ, ਕਿ ਜ਼ਰੂਰਤ ਨਾ ਕੀਤਾ ਬਿੱਲੋ ਜਿੰਨਾ
ਕਿ ਜੇ ਉਹ ਅੱਜ, ਕਿਉਂਕਿ ਹੁਣ ਸਾਰੇ ਅੱਜ ਦਿਮਾਗ 'ਚ ਹੀ ਫੀਡ ਕਰਦੇ ਕਿ ਵੀਰੇ ਦੋ ਲਾਈਨਾਂ ਵੀ ਚੱਲ ਸਕਦੀਆਂ, ਤਾਂ ਮੈਂ ਕਿਹਾ ਬਿਲਕੁਲ ਬਾਈ ਦੋ ਲਾਈਨਾਂ ਹੋਰ ਲਿਖ ਲੈਂਦੇ ਹਾਂ, ਠੀਕ ਹੈ ਨਾ। ਤਾਂ ਉਹ ਸੀਗਾ ਕਿ ਆ ਜਿਹੜੀ ਆਪਣੀ ਬੋਲੀ ਆ ਵਿੱਚ ਗਾਣੇ ਦੇ, ਕਿ ਤਾਰੇ 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 ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਟੌਹਰ ਨਾਲ ਮਾਰੇ, ਹੈ ਨਾ, ਚੋਬਰ ਚੋਟੀ ਦਾ ਸ਼ੌਂਕ ਪੂਰ ਦਾ ਸਾਰੇ, ਨੀ ਮੈਂ ਉਹੀ ਆ ਜਿਹਨੂੰ ਛੱਡ ਗਈ ਸੀ ਮੁਟਿਆਰੇ। ਫਿਰ ਉਹ ਇਹ ਵੀ ਆ ਵੀ ਹੁਣ ਹਰੇਕ ਨੂੰ ਕੋਈ ਨਾ ਕੋਈ ਛੱਡ ਕੇ ਤਾਂ ਗਈ ਹੁੰਦੀ ਨਾ ਔਖੇ ਜੀ ਵੇਲੇ ਪੈਸੇ ਪੂਸਿਆਂ ਵਾਲੇ ਮਾਮਲੇ ਦੇ ਵਿੱਚ, ਤਾਂ ਉਹ ਉਸ ਹਿਸਾਬ ਦੇ ਨਾਲ ਲਿਖਿਆ ਹੋਇਆ। ਇਹ ਫਾਇਦਾ ਵੀ ਹੋ ਜਾਂਦਾ ਵਾ, ਇੱਕ ਖੁਦ ਇੱਕ ਸਿੰਗਰ ਦਾ ਰਾਈਟਰ ਹੋਣਾ, ਉਹ ਚੀਜ਼ਾਂ ਜੀ ਕਈ ਸਮਝ ਲੈਂਦਾ ਵਾ, ਕਈ ਵਿੱਚ ਉੱਤੇ ਥੱਲੇ ਆਪਣੇ ਹਿਸਾਬ ਦੇ ਨਾਲ ਕਰ ਕਰਵਾ ਲੈਂਦਾ, ਜੀ ਜੀ ਐਡਵਾਂਟੇਜ। ਨਹੀਂ, ਬਿਲਕੁਲ ਹੈਗੀ ਹੈ ਜੀ ਇਸ ਚੀਜ਼ ਦੀ ਐਡਵਾਂਟੇਜ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਾ ਹਮੇਸ਼ਾ ਮੈਂ ਸਾਰਿਆਂ ਨਾਲ ਗੱਲ ਕਰਦਾ ਹੁੰਦਾ ਕਿ ਕੰਪੋਜੀਸ਼ਨ ਆ, ਮਿਊਜ਼ਿਕ ਉਹ ਵੀ ਬਹੁਤ ਜ਼ਰੂਰੀ ਆ, ਪਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਆਪਣੀ ਜਿਹੜੇ ਜਿੱਦਾਂ ਦੇ ਗਾਣੇ ਆਪਾਂ ਸੁਣ ਕੇ ਵੱਡੇ ਹੋਏ ਹਾਂ, ਜੋ ਜੋ ਆਪਣੇ ਪਿੰਡਾਂ ਦਾ ਜਾਂ ਛੋਟੇ ਸ਼ਹਿਰਾਂ ਦਾ ਮਾਹੌਲ ਆ, ਜਾਂ ਆਪਣੇ ਬਾਹਰ ਵੀ ਸਾਰੇ ਸੇਮ ਮਾਇੰਡ ਸੈਟ ਵਾਲੇ ਆ, ਕਿ ਉਹਨਾਂ ਲਈ ਗੱਲ ਹੋਣੀ ਘੈਂਟ ਕੋਈ ਜ਼ਰੂਰੀ ਹੈ, ਕਿ ਮਤਲਬ ਲਿਰਿਕਲੀ ਕੁਛ ਨਵਾਂ ਕੋਈ ਪੁਆਇੰਟ ਆਫ ਵਿਊ, ਮਤਲਬ ਕਿ ਐਂਗਲ ਨਵਾਂ ਹੋਣਾ ਚਾਹੀਦਾ, ਜਾਂ ਕੋਈ ਹੁੱਕ ਲਾਈਨ ਵਗੈਰਾ ਕੁਛ ਇੰਨਾ ਸਟਰੋਂਗ ਹੋਣਾ ਚਾਹੀਦਾ ਕਿ ਫਿਰ ਉਹਨਾਂ ਨੂੰ ਗਾਣਾ ਘੈਂਟ ਲੱਗਦਾ, ਐਂਡ ਰਿਲੇਟੇਬਿਲਿਟੀ ਹੋਣੀ ਚਾਹੀਦੀ ਹੈ, ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਿੰਨੇ ਵੀ ਜ਼ਿਆਦਾ ਹੁਣ ਵੀ ਜਿਹੜੇ ਨਵੇਂ ਮੁੰਡਿਆਂ ਦੇ ਵਿੱਚੋਂ ਵੀ ਜਿਹੜੇ ਨਾਮ ਆਪਾਂ ਲੈ ਸਕਦੇ ਹਾਂ ਕਿ ਚੱਲਦੇ ਆ ਜ਼ਿਆਦਾ, ਉਹ ਆਪ ਲਿਖ ਕੇ ਆਪ ਗਾਉਂਦੇ ਆ, ਤੇ ਜਦੋਂ ਤੁਸੀਂ ਆਪ ਲਿਖਦੇ ਹੋ ਤਾਂ ਪਹਿਲਾਂ ਕੰਪੋਜ਼ ਤੁਹਾਡੀ ਮਰਜ਼ੀ ਦੀ ਹੋਗੀ, ਉਹ ਵੈਸੇ ਤੁਸੀਂ ਵਧੀਆ ਗਾਓਗੇ ਉਹਨੂੰ, ਕਿਉਂਕਿ ਤੁਹਾਡੀ ਕੰਪੋਜ਼ ਆ। ਫਿਰ ਉਹ 'ਚ ਜਿਹੜੇ ਸ਼ਬਦ ਤੁਸੀਂ ਚੁਣਨੇ ਆ ਮੀਟਰ ਦੇ ਵਿੱਚ, ਉਹ ਵੀ ਉਹੀ ਤੁਸੀਂ ਚੁਣੋਗੇ ਸਹਿਜ ਸੁਭਾਅ ਕੁਦਰਤੀ, ਕਿ ਜਿਹੜੇ ਤੁਹਾਡੇ ਮੂੰਹੋਂ ਸੋਹਣੇ ਲੱਗਣਗੇ। ਬਿਲਕੁਲ, ਤਾਂ ਉਹ ਇਹ ਚੀਜ਼ ਦਾ ਬਹੁਤ ਫਾਇਦਾ ਹੁੰਦਾ ਜੀ, ਪਰ ਇਹ ਚੀਜ਼ ਦਾ ਨੁਕਸਾਨ ਇਹ ਆ ਕਿ ਜਦੋਂ ਤੁਸੀਂ ਕਿਸੇ ਹੋਰ ਨਾਲ ਗਾਣਾ ਕਰਨਾ, ਹੋਰ ਨੇ ਆਪਣੇ ਵੱਲੋਂ, ਕਿਉਂਕਿ ਜਿਹੜਾ ਬੰਦਾ ਲਿਖਦਾ ਉਹ ਥੋੜੀ ਜਿਹੀ ਰਾਈਟਰਾਂ 'ਚ ਈਗੋ ਹੁੰਦੀ ਹੈ ਕਿ ਯਾਰ ਜੋ ਮੈਂ ਲਿਖਤਾ ਕਿ ਮੈਂ ਬਹੁਤ ਵਧੀਆ ਲਿਖ ਕੇ ਲੈ ਕੇ ਆਇਆ, ਇਹ ਸਿਰ ਹੈ ਨਾ। ਹੁਣ ਤੁਸੀਂ ਖੁਦ ਲਿਖ ਸਕਦੇ ਹੋ, ਤੁਹਾਨੂੰ ਲੱਗਦਾ ਕਿ ਯਾਰ ਇਹ ਗੱਲ 'ਚ ਕੋਈ ਐਡੀ ਗੱਲ ਹੈ ਨਹੀਂ, ਕਿ ਵੀ ਹੈ ਨਾ, ਇਹ ਜੇਕਰ ਬਦਲੀ ਆਪਣੇ ਜਾ ਹਿਸਾਬ ਰਿਹਾ। ਨਾਲ ਦੇਖਿਆ ਜਾਵੇ ਕਿ ਯਾਰ ਇਹ ਸ਼ਬਦਾਂ ਦੀ ਰੀਚ ਘੱਟ ਆ, ਕਿ ਗਾਣਾ ਠੀਕ ਹੈ, ਇੰਨੀ ਕੋਡੀਅੰਸ ਦਾ ਗਾਣਾ, ਕਿ ਬਾਹਰ ਇਹਦਾ ਦਾਇਰਾ ਵੱਡਾ ਨਹੀਂ ਹੈਗਾ, ਹੈ ਨਾ, ਤਾਂ ਉਹ ਤੁਸੀਂ ਅਗਲੇ ਨੂੰ ਨਹੀਂ ਅੰਡਰਸਟੈਂਡ ਕਰਾ ਸਕਦੇ ਕਿ ਉੱਥੇ ਫਿਰ ਬੜਾ ਪੰਗਾ ਪੈਂਦਾ, ਕਿ ਤੁਸੀਂ ਹੰਬਲ ਵੇ ਜਾ ਰਹਿ ਕੇ ਉਹਨਾਂ ਨੂੰ ਜਵਾਬ ਕਿਵੇਂ ਦਿੰਦੇ ਹੋ ਕਿ ਯਾਰ ਵੀ ਵਧੀਆ ਵੀਰੇ, ਪਰ ਥੋੜਾ ਜਿਹਾ ਹੈ ਨਾ, ਉੱਥੇ ਫਿਰ ਚੋਇਸ ਦਾ ਰੌਲਾ ਅੜਕਦਾ। ਤੇ ਫਿਰ ਇੱਕ ਮੈਨੂੰ ਨਾਮ ਕਾਹਨੂੰ ਲੈਣਾ, ਕੋਈ ਬਹੁਤ ਵੱਡਾ ਮੁੰਡਾ ਆਪਣਾ ਰਾਈਟਰ ਆ, ਹੈ ਨਾ, ਹਾਂਜੀ ਤੇ ਉਹ ਤੋਂ ਕਿਸੇ ਬਹੁਤ ਵੱਡੇ ਨਾਮ ਵਾਲੇ ਬੰਦੇ ਨੇ ਗਾਣਾ ਲਿਆ, ਗਾਣਾ ਲਿਆ ਤੇ ਉਹ ਬੰਦਾ ਵੀ ਲਿਖਦਾ ਸੀ ਜਿਹਨੇ ਗਾਇਆ ਗਾਣਾ, ਉਹਨੇ ਦੋ ਓਕੇ ਚਾਰ ਲਾਈਨਾਂ ਵਿੱਚੋਂ ਚੇਂਜ ਕਰਤੀਆਂ। ਹਾਂਜੀ ਯਾਰ ਉਹ ਮੈਨੂੰ ਰਾਈਟਰ ਨੇ ਗੱਲ ਸੁਣਾਈ, ਕਹਿੰਦਾ ਮੈਨੂੰ ਦੁਬਾਰਾ ਫੋਨ ਆਇਆ ਵੀ ਐਂ ਕਰਕੇ, ਕਹਿੰਦਾ ਬਾਈ ਆਪਾਂ ਗਾਣਾ ਕਰੀਏ ਹੋਰ, ਕਹਿੰਦਾ ਵੀਰੇ ਯਾਰ ਤੁਸੀਂ ਆਪ ਹੀ ਬਹੁਤ ਵਧੀਆ ਲਿਖਦੇ ਹੋ, ਆਪੇ ਲਿਖਿਆ ਕਰੋ। ਮਤਲਬ ਕਹਿੰਦਾ ਤੂੰ ਬਿਨਾ ਪੁੱਛੇ ਬਿਨਾ ਦੱਸੇ ਮੈਨੂੰ ਮੇਰੇ ਗਾਣੇ 'ਚ ਲਾਈਨਾਂ ਬਦਲੀਆਂ ਨਾ, ਮੈਨੂੰ ਲਿਖਣਾ ਆਉਂਦਾ ਨਾ, ਕਰ ਲੈ ਫਿਰ ਤੂੰ। ਅੱਛਾ ਇਹ ਚੀਜ਼ ਜਿਹੜੇ ਜਿਹੜੇ ਨਵੇਂ ਆ ਉਹ ਤੇ ਵਿਚਾਰੇ ਮੰਨ ਜਾਂਦੇ ਹੋਣਗੇ ਨਾ ਵੀ ਚਲੋ ਠੀਕ ਆ, ਪਰ ਜਿਹੜੇ ਪੁਰਾਣੇ ਜਿਨ੍ਹਾਂ ਨੂੰ ਲੱਗਦਾ ਵਾ ਵੀ ਸਾਡਾ ਤੇ ਬਹੁਤ ਨਾਂ ਆ, ਸਾਡੇ ਤੇ ਬਹੁਤ ਗਾਣੇ ਚੱਲੇ, ਉਹਨਾਂ 'ਚ ਇਹ ਚੀਜ਼ ਮੈਨੂੰ ਲੱਗਦਾ ਜ਼ਿਆਦਾ ਵਧੇਰੇ। ਹਾਂਜੀ ਹੋ ਸਕਦਾ, ਪਰ ਨਹੀਂ ਅੰਡਰਸਟੈਂਡਿੰਗ ਦੀ ਗੱਲ ਆ, ਮੈਨੂੰ ਲੱਗਦਾ ਕਿ ਜੇ ਬੰਦੇ ਨੂੰ ਸਮਝ ਆ ਰਹੀ ਹੈ ਤੁਹਾਡੀ ਗੱਲ ਤਾਂ ਮੰਨ ਜਾਂਦੇ ਆ ਕਈ ਵਾਰੀ, ਹੈ ਨਾ। ਪਰ ਇੰਨਾ ਮੈਂ ਕਦੇ ਕੋਸ਼ਿਸ਼ ਵੀ ਨਹੀਂ ਕੀਤੀ, ਮੈਂ ਗਾਣੇ ਬਹੁਤ ਘੱਟ ਕੀਤੇ ਵੀਰੇ, ਮੈਨੂੰ ਕੰਪੈਰੀਟਿਵ ਮਤਲਬ ਕਿ ਮੇਰੇ ਨਾਲ ਦੇ ਮੁੰਡਿਆਂ ਦੇ ਜਾਂ ਸਾਡੇ ਬੈਚ ਦੇ ਕੰਪੈਰੀਟਿਵਲੀ ਮੈਂ ਬਹੁਤ ਘੱਟ ਗਾਣੇ ਕੀਤੇ ਆ, ਰੋਜ਼ ਹੀ ਉਹ ਆਉਂਦਾ ਗੱਲ ਅੱਜਕੱਲ ਕਹੀ ਜਾਂਦਾ। ਹਾਂ ਉਹ ਇੱਦਾਂ ਉਹ ਪਰ ਉਹੀ ਹੈ ਕਿ ਪਤਾ ਨਹੀਂ ਕਹਿਣਾ ਸਹੀ ਹੋਊਗਾ ਕਿ ਨਹੀਂ, ਕਿ ਫਿਲਮਾਂ ਵੀ ਇੰਨੀਆਂ ਓਵਰਫਲੋ ਕੀਤਾ ਪਿਆ ਕਿ ਥੋੜੇ ਜਿਹੇ ਚਿਹਰੇ ਆ ਉਹੀ ਬਾਰ 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 ਬਾਰ, ਬਾਰ ਬਿਲਕੁਲ ਬਿਲਕੁਲ ਹੈ ਜੀ, ਉਹੀ ਇਹੋ ਏਦਾਂ ਲੱਗਦਾ ਵੀ ਉਹੀ ਬੰਦੇ ਫੇਰ ਆ ਗਏ ਆ, ਇਹਨਾਂ ਨੂੰ ਸ਼ਾਇਦ ਪਹਿਲਾਂ ਚੇਤਾ ਭੁੱਲ ਗਿਆ ਸੀ ਪਿਆ ਵੀ ਕਰਨਾ, ਫੇਰ ਦੁਬਾਰਾ ਆ ਗਿਆ। ਸੋ ਵਿੱਚ ਵਿੱਚ ਕੁਛ ਪਰ ਨਾ ਕੁਛ ਚਲੋ ਇਸ ਮਤਲਬ, ਗੱਲ ਨੂੰ ਆਪਾਂ ਨਾ ਚਲੋ ਬੜਾ ਆਪਾਂ ਬੋਲੀਏ ਆਪਾਂ ਤਾਂ, ਵਾਪਸ ਵਾਪਸ ਮੁੜਦੇ ਆ ਆਪਾਂ। ਹਾਂ ਅੱਛਾ, ਪੁਰਾਣੇ ਰਿਸ਼ਤੇ ਗਾਣਿਆਂ ਵੀ ਦੀ ਗੱਲ ਸੰਭਾਲਣੇ ਜ਼ਰੂਰੀ ਆ, ਦੋਸਤੀਆਂ ਪੁਰਾਣੇ ਗਾਣਿਆਂ ਦੀ ਗੱਲ ਕੀਤੀ ਵੀ ਪੁਰਾਣੇ ਜਿਹੜੇ ਆਪਾਂ ਸੁਣ ਸੁਣ ਕੇ ਵੱਡੇ ਹੋਏ ਆ, ਕੁਛ ਉਹਦੇ ਵਿੱਚੋਂ ਖਾਸ ਕੋਈ ਯਾਦ ਹੋਵੇ ਜਿਹੜਾ ਮਤਲਬ ਹਾਲੇ ਵੀ ਹੁੰਦਾ ਨਾ ਵੀ ਆਪਾਂ ਉਹ ਕਦੀ ਨਹੀਂ ਭੁੱਲਦਾ ਬੰਦੇ ਮੈਂ ਨੂੰ ਕਿਹਾ ਵਿਆਹ ਜੀ ਤੇ ਬਹੁਤ ਲੱਗਦੇ ਦੂਜੇ ਨੱਚ ਬਹੁਤ ਪੀਦਾ ਵਾ। ਬਹੁਤ 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 ਮੈਂ ਕੇਜੀ ਕਲਾਸ ਦੇ ਵਿੱਚ ਪਹਿਲੀ ਵਾਰੀ ਗਾਣਾ ਗਾਇਆ ਸੀ ਸਟੇਜ ਦੇ ਉੱਪਰ ਜੀ, ਸੁਰਿੰਦਰ ਛਿੰਦਾ ਜੀ ਦਾ, ਯੈਂਕੀ ਲਵ ਯੂ ਕਰਦੇ ਰਹਿੰਦੇ, ਠੰਡੇ ਹੌਂਕੇ ਭਰਦੇ, ਘੱਸੀਆਂ ਪੁਰਾਣੀਆਂ ਪੈਂਟਾਂ ਪਾ ਕੇ, ਉਹਨੂੰ ਕਹਿੰਦੇ ਜੀਂਦਨੀ ਮਜਾਜ ਪੱਟੀ ਦੇ ਆਏ ਕਿੱਧਰੋਂ ਸ਼ਕੀਨ, ਹੈ ਨਾ। ਤਾਂ ਉਹ ਉਦੋਂ ਨਵਾਂ ਨਵਾਂ ਵੈਸਟਰਨ ਕਲਚਰ ਮਰਜ ਹੋ ਰਿਹਾ ਸੀ, ਉਹ ਗਿੱਲ ਸਰਜੀਤ ਜੀ ਦਾ ਲਿਖਿਆ ਹੋਇਆ ਗਾਣਾ ਸੀ, ਹੁਣ ਇੰਨਾ ਕੁਛ ਤਾਂ ਵੱਡੇ ਹੋ ਕੇ ਸਮਝ ਆਇਆ, ਉਦੋਂ ਤਾਂ ਰੱਟਾ ਲਾ ਕੇ ਗਾਉਂਦਾ ਹੁੰਦਾ ਸੀ ਮੈਂ, ਤੇ ਉਹ ਲਾਭ ਜੰਜੂਆ ਜੀ ਨੇ ਤਿਆਰ ਕਰਵਾਇਆ ਸੀ ਗਾਣਾ, ਉਹਨਾਂ ਨੇ ਹਾਰਮੋਨੀਅਮ ਪਲੇ ਕੀਤਾ ਸੀ ਮੇਰੇ ਨਾਲ ਸਟੇਜ ਤੇ ਵੀ, ਤੇ ਫਿਰ ਓਕੇ ਜਦੋਂ ਮੈਂ ਦੂਰਦਰਸ਼ਨ ਤੇ ਗਾਇਆ ਸੀ, ਮਾਸਟਰ ਤਰਲੋਚਨ ਜੀ ਮੇਰੇ ਅੰਕਲ ਨੇ, ਡੈਡੀ ਦੇ ਬਹੁਤ ਹੀ ਖਾਸ ਦੋਸਤ, ਉਹਨਾਂ ਨੇ ਫਿਲਮਾਂ ਵੀ ਲਿਖੀਆਂ, ਹਸ਼ਰ ਫਿਲਮ ਲਿਖੀ ਸੀ, ਨਾਟਕ ਦੂਰਦਰਸ਼ਨ ਦੇ ਕਿਤਾਬਾਂ ਵੀ ਲਿਖੀਆਂ, ਤਾਂ ਉਹਨਾਂ ਦੇ ਲਿਖੇ ਹੋਏ ਬਾਲ ਗੀਤ ਹੁੰਦੇ ਸੀ, ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਉਹ ਮੈਂ ਗਾਏ ਦੂਰਦਰਸ਼ਨ ਤੇ।
ਨਾ ਫਿਰ ਉਸ ਤੋਂ ਬਾਅਦ ਹਰਭਜਨ ਮਾਨ ਬਾਈ ਜੀ ਹੋਰਾਂ ਦੇ, ਬਨਮੋਹਣ ਵਾਰਸ ਭਾਜੀ ਹੋਣਾ ਦੇ ਭਿੱਜ ਗਈ ਕੁੜਤੀ ਲਾਲ ਸੱਜਰੇ ਚੱਲੇ ਮੁਕਲਾਵੇ, ਇਹ ਦੋ ਗਾਣੇ ਮੇਰੇ ਪੱਕੇ ਹੀ ਹੁੰਦੇ ਸੀਗੇ। ਕਿ ਡੈਡੀ ਨੇ ਕਹਿਣਾ ਜਦੋਂ ਅਸੀਂ ਕਿਸੇ ਵਿਆਹ ਸ਼ਾਦੀ ਤੇ ਜਾਣਾ ਤਾਂ ਉਦੋਂ ਸਿੰਗਰ ਲਵਾਉਣ ਦਾ ਰਿਵਾਜ ਹੁੰਦਾ ਸੀਗਾ। ਮੈਂ ਬੜੇ ਬੜੇ ਸਿੰਗਰਾਂ ਨਾਲ ਛੋਟੇ ਹੁੰਦੇ ਹੀ ਗਾਇਆ, ਇਦਾਂ ਹੀ ਕਿ ਕੋਈ ਵਿਆਹ ਤੇ ਰਣਜੀਤ ਮਾਨੀ ਸਾਹਿਬ ਨਾਲ, ਕੁਲਦੀਪ ਮਾਨਕ ਸਾਹਿਬ ਸਾਡੇ ਘਰੇ, ਉਹ ਸਾਡੇ ਡੈਡੀ ਨੇ ਮਿਊਜ਼ਿਕ ਕੰਪਨੀ ਖੋਲੀ ਸੀ ਉਦੋਂ ਆਏ, ਜਾਂ ਜੀ ਹੋਰ ਬੜੇ ਨਾਮਵਰ ਕਲਾਕਾਰ ਜਿਹੜੇ ਸਾਡੇ ਏਰੀਏ ਦੇ ਵੀ ਹੁੰਦੇ ਸੀਗੇ ਹਨਾ। ਤਾਂ ਬੜਾ ਬੱਬੂ ਮਾਨ ਵੀਰਾ ਤਾਂ ਚਲੋ ਵਾਹਵਾ ਹੀ ਸਾਡਾ ਜਿਵੇਂ ਸੀਗਾ ਹਨਾ, ਮੈਨੂੰ ਲਾ ਲਓ ਕਿ ਚਾਚੇ ਦੀ ਥਾਂ ਹੀ ਲੱਗਦਾ ਹੈ। ਮੈਂ ਵੀਰਾ ਹੀ ਕਹਿੰਦਾ ਸੀ ਛੋਟੇ ਹੁੰਦੇ ਤੋਂ, ਹੁਣ ਵੀ ਵੀਰਾ ਹੀ ਕਹੂੰਗਾ, ਜੀ ਬੱਬੂ ਵੀਰਾ ਹਨਾ। ਤਾਂ ਜੀ ਉਹਨਾਂ ਨਾਲ ਤਾਂ ਮੇਰੀਆਂ ਬਹੁਤ ਮੈਮਰੀਜ਼ ਹੈਗੀਆਂ ਹਨਾ। ਤੇ ਆਹ ਗਾਣੇ ਹੈਗੇ ਆ ਹਾਂਜੀ, ਮਤਲਬ ਸੱਜਰੇ ਬਿਲਕੁਲ ਚੱਲੇ ਮੁਕਲਾਵੇ ਤੇ ਭਿੱਜ ਗਈ ਕੁੜਤੀ ਲਾ ਲੈ, ਮੇਰੀ ਪੱਕੀ ਡਿਊਟੀ ਹੁੰਦੀ ਸੀ ਜਿਹੜੇ ਵਿਆਹ 'ਚ ਜਾਣਾ ਵੀ ਤੂੰ ਦੋ ਗਾਣੇ ਗਾਉਣੇ, ਆਪਾਂ ਇਹੀ ਦੋ ਗਾਉਂਦੇ ਸੀ। ਤੇ ਓਕੇ ਛੋਟਾ ਹੁੰਦਾ ਸੀਗਾ ਕਿਊਟ ਜਿਹਾ, ਤੇ ਰਿਸ਼ਤੇਦਾਰਾਂ ਨੇ ਫਿਰ ਕੋਈ 10 ਰੁਪਏ, 20 ਰੁਪਏ, 50 ਦਾ ਨੋਟ ਤੋਂ ਬਹੁਤ ਵੱਡਾ ਹੁੰਦਾ ਸੀ ਜੀ ਸ਼ਗਨ ਦੇਣਾ, ਤਾਂ ਫਿਰ ਉਹ ਆਪਾਂ ਇਕੱਠਾ ਕਰ ਲੈਣਾ, ਲਿਆ ਕੇ ਦਾਦੀ ਨੂੰ ਫੜਾਉਣਾ, ਤੇ ਫਿਰ ਜਦੋਂ ਦਾਦੀ ਤੋਂ ਮੰਗਣੇ ਵੀ ਮੈਂ ਪਤੰਗ ਲੈ ਕੇ ਆਉਣਾ, ਚਰਖੜੀ ਲੈ ਕੇ ਆਉਣੀ, ਉਹਨੇ ਕਹਿਣਾ ਵੀ ਨਾ, ਫਿਰ ਮੈਂ ਲੜਦਾ ਹੁੰਦਾ ਸੀ ਵੀ ਮੇਰੇ ਪੈਸੇ ਆ, ਮੇਰੇ ਪੈਸੇ, ਇਹ ਮੇਰੇ ਪੈਸੇ। ਮੇਰੇ ਪੈਸਿਆਂ ਦੇ ਸਿਰ ਤੇ ਆ ਚੀਜ਼। ਉਹ ਮੇਰ ਅੱਛਾ, ਤੇ ਕਦਰ ਹੈ ਨਾ ਆਪਣੇ ਚ। ਉਹਨਾਂ ਪੁਰਾਣਿਆਂ ਚੋਂ ਕੋਈ ਆਪਾਂ ਗੁਣਗਾ ਸਕਦੇ ਹਾਂ? ਹਾਂਜੀ ਮੈਂ ਆਹੀ ਸੁਣਾ ਦਿੰਦਾ ਜਿਹੜਾ ਮੇਰਾ ਪਹਿਲਾ ਗਾਣਾ ਸੀ, ਯਾ ਕੀ ਲਵ ਯੂ ਕਰਦੇ ਰਹਿੰਦੇ ਠੰਡੇ ਹੋ ਕੇ ਭਰਦੇ, ਕਸੀਆਂ ਪੁਰਾਣੀਆਂ ਪੈਂਟਾਂ ਪਾ ਕੇ, ਕਸੀਆਂ ਪੁਰਾਣੀਆਂ ਪੈਂਟਾਂ ਪਾ ਕੇ, ਉਹਨੂੰ ਕਹਿੰਦੇ ਜੀਨ ਨੀ ਮਜਾਜ ਪੱਟੀ ਦੇ, ਆਏ ਕਿੱਧਰੋਂ ਸ਼ਕੀਨ ਨੀ ਮਜਾਜ ਪੱਟੀ ਦੇ, ਏਦਾਂ ਸੀ ਇਹ ਚ। ਵਾਹ, ਜਿਹੜੀ ਆ ਗੁੱਡ। ਕੋਰਸ ਹੁੱਕ ਹੁੱਕ ਲਾਈਨ ਆਉਂਦੀ ਆ, ਇਹ ਉਹ ਓਰਿਜਿਨਲ ਗਾਣੇ ਦੇ ਵਿੱਚ ਵੀ ਕੁੜੀਆਂ ਨੇ ਕੋਰਸ ਬੋਲਿਆ ਹੋਇਆ ਸੀ। ਤੇ ਜਦੋਂ ਮੈਂ ਸਕੂਲ 'ਚ ਗਾਇਆ ਸੀ ਤਾਂ ਮੈਂ KG 'ਚ ਸੀ, ਤਾਂ ਮੇਰੇ ਜੀ ਨਾਲ 9ਵੀਂ 10ਵੀਂ ਕਲਾਸ ਦੀਆਂ ਵੱਡੀਆਂ ਜਿਹੜੀਆਂ ਸਾਡੀਆਂ ਸੀਨੀਅਰ ਕੁੜੀਆਂ ਸੀ, ਜੀ ਉਹਨਾਂ ਨੇ 10 ਜਣੀਆਂ ਨੇ ਕੋਰਸ ਬੋਲਿਆ ਸੀ, ਤਾਂ ਬੜੀ ਵਾਹ, ਫੀਲਿੰਗ ਮਤਲਬ ਸੀਗੀ ਉਹਦੀ। ਪੂਰੀ, ਮਤਲਬ ਓਕੇ ਰਿਪੋਰਟ ਫੀਲਿੰਗ, ਮਤਲਬ ਯਾਰ ਮਾਂ ਟਾਈਪ ਹਾਂਜੀ ਫੀਲਿੰਗ ਹੋਣੀ ਉਹਤੇ। ਹਾਂ, ਉਹ ਫਿਰ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਲਵ ਜੋ ਜੀ ਨੇ ਤਿਆਰ ਕਰਵਾਇਆ ਸੀ ਨਾ ਪ੍ਰੋਪਰ, ਕਿ ਵੀ ਗੁੱਡ, ਗਾਣੇ ਦੀ ਪਹਿਲਾਂ ਐਂਟਰੀ ਵੱਜੂਗੀ, ਫਿਰ ਤੂੰ ਗਾਉਣਾ, ਪੁੱਤ ਇੱਥੋਂ ਤੂੰ ਚੱਕਣਾ, ਇੱਥੇ ਤੂੰ ਛੱਡਣਾ, ਫਿਰ ਕੁੜੀਆਂ ਗਾਉਣਗੀਆਂ, ਫਿਰ ਉਹ ਮਤਲਬ ਰਿਹਰਸਲਾਂ ਲੱਗਦੀਆਂ ਹੁੰਦੀਆਂ ਸੀ। ਸੋ ਇਸ ਕਰਕੇ ਕਲਾਸਾਂ ਬੜੀਆਂ ਛੋਟੇ ਹੁੰਦੇ ਤੋਂ ਹੀ ਮਿਸ ਕਰਨ ਦਾ ਬੜਾ ਮੌਕਾ ਮਿਲਿਆ, ਫਿਰ ਭੰਗੜਾ ਪਾਉਣ ਲੱਗ ਗਏ ਜਦੋਂ 7ਵੀਂ 8ਵੀਂ ਤੋਂ, ਉਹਦੇ ਜੀ ਕਰਕੇ ਵੀ ਫਿਰ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਹੜਾ ਯੂਥ ਫੈਸਟੀਵਲ ਇਹ ਉਹ ਮਾਹੌਲ ਹੁੰਦਾ ਕਿ ਕਿੱਥੇ ਆਪਾਂ ਕਲਾਸ ਜਾਂਦੇ, ਫਿਰ ਤਾਂ ਹੀ ਹੁੰਦਾ ਕਿ ਵੀ ਬਸ ਸਾਨੂੰ ਇੱਥੇ ਹੀ ਰੱਖੋ, ਰਿਹਰਸਲ ਤੇ ਹੀ ਰੱਖੋ, ਇਹ ਜ਼ਿਆਦਾ ਸਾਨੂੰ ਮਜ਼ਾ ਦਿੰਦੀ ਹੈ ਚੀਜ਼। ਅੱਛਾ, ਮਜ਼ਾ ਆਉਂਦਾ ਗਾਣੇ ਸੀ। ਗਾਣੇ ਗਾਣੇ ਤੇ ਵਾਪਸ ਆਉਂਦੇ ਆਪਾਂ, ਜਿੱਦਾਂ ਗਾਣੇ ਦੇ ਵਿੱਚ ਵੀ ਮੈਨੂੰ ਮਿਹਨਤਾਂ ਨਹੀਂ ਸੌਣ ਦਿੰਦੀਆਂ ਤੇ ਲੋਕੀ ਚੜ੍ਹਾਈ ਵੇਖ ਕੇ ਸੜਦੇ ਆ। ਪਿਛਲੇ ਦਿਨੀ ਮੈਂ ਇੱਕ ਇੰਟਰਵਿਊ ਸੁਣ ਰਿਹਾ, ਉਹਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਹੈ ਵੀ ਤੁਹਾਡੇ ਕਈ ਜਿਹੜੇ ਨਜ਼ਦੀਕੀ ਨੇ ਉਹ ਇਹ ਉਹਨਾਂ ਨੂੰ ਇਹ ਚੀਜ਼ ਲੱਗਦੀ ਆ ਵੀ ਲੋਕ ਇਹ ਸੋਚਦੇ ਆ ਵੀ ਇਹ ਫੁਕਰਾ ਵਾ, ਪਰ ਅਸਲ ਦੇ ਵਿੱਚ ਨਹੀਂ ਆ। ਆਈ ਥਿੰਕ ਜੱਸੀ ਜਾਂ ਆਪਣਾ ਪ੍ਰਭ ਨੇ ਇਹ ਗੱਲ ਕਹੀ ਕਹੀ ਤੁਹਾਨੂੰ, ਮੈਂ ਪਿੱਛੇ ਕੋਈ ਇੰਟਰਵਿਊ ਸੁਣ ਰਿਹਾ ਉਹਦੇ ਵਿੱਚ ਜ਼ਿਕਰ ਸੀ। ਸੋ ਇਹ ਅੱਛਾ ਜੀ, ਗਾਣਾ ਵੀ ਕਿਤੇ ਨਾ ਕਿਤੇ ਉਹ ਚੀਜ਼ ਦਰਸਾਉਂਦਾ। ਵੈਸੇ ਮੈਂ ਆਪਣੇ ਤੌਰ ਤੇ ਮੈਂ ਆਪਣੀ ਜਿਹੜੀ ਮੇਰੀ ਆਬਜ਼ਰਵੇਸ਼ਨ ਆ ਉਹ ਚਲੋ ਮੈਂ ਬਾਅਦ ਚ ਦੱਸਦਾ ਵਾਂ। ਸੋ ਇਹ ਹਾਂਜੀ ਗਾਣਾ ਹਾਂਜੀ, ਕਿਤੇ ਨਾ ਕਿਤੇ ਉਸ ਚੀਜ਼ ਨੂੰ ਰਿਫਲੈਕਟ ਕਰ ਰਿਹਾ ਵਾ। ਨਹੀਂ, ਮੈਨੂੰ ਇਹਦੇ ਵਿੱਚ ਮੇਰਾ ਮੰਨਣਾ ਇਹ ਆ ਕਿ ਜੋ ਮੈਂ ਤੁਹਾਨੂੰ ਕਹਿ ਗਿਆ ਇਹਦੇ ਗਾਣੇ ਤੇ ਬਹੁਤ ਕੰਮ ਕੀਤਾ, ਜਦੋਂ ਇਹ ਜਿਹੜੇ ਗਾਣੇ ਦਾ ਤੁਹਾਨੂੰ ਮੈਂ ਪਹਿਲਾ ਵਰਜ਼ਨ ਸੁਣਾਵਾਂ ਤਾਂ ਉਹ ਸੀ ਜੀ ਕਿ ਮਤਲਬ ਵੀ ਹਮ ਹੈ ਹੈ ਹਮ ਹੀ ਹਮ ਹੈ ਹੈ ਨਾ, ਉਹ ਵਾਲਾ ਕੰਮ ਕਿ ਮੈਂ ਵਾਲਾ, ਉਹ ਚੀਜ਼ ਸੀ ਸੀ ਆਪਣੀ ਕੌਮ ਦੇ ਵਿੱਚ ਲਾ ਲਓ, ਆਪਣੇ ਦੇਸ਼ ਦੇ ਉਹਦੇ ਵਿੱਚ ਲਾ ਲਓ ਹਨਾ, ਆਪਣੇ ਪੰਜਾਬੀਆਂ ਦੇ ਵਿੱਚ ਲਾ ਲਓ ਕਿ ਆਪਾਂ ਮਿਹਨਤ ਕਰਦੇ ਹਾਂ ਬਹੁਤ ਜ਼ਿਆਦਾ, ਆਪਣਾ ਕੰਮ ਬਿਲਕੁਲ ਕਰਦੇ ਹਾਂ ਟਿਕਾ ਕੇ ਹਨਾ, ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਈਏ, ਤੁਹਾਨੂੰ ਪਤਾ ਪੰਜਾਬੀਆਂ ਨੇ ਕਿੰਨੇ ਮੁਲਕਾਂ ਦਾ ਕਰਜ਼ਾ ਜਿਹੜਾ ਲਾਇਆ ਹਨਾ। ਤੇ ਜਦੋਂ ਆਪਾਂ ਆਸਟ੍ਰੇਲੀਆ, ਮਤਲਬ ਤੁਸੀਂ ਤਾਂ ਚਲੋ ਸਾਡੇ ਤੋਂ ਪਹਿਲਾਂ ਰਹੇ ਹੋ, ਜਦੋਂ ਮੈਂ ਆਸਟ੍ਰੇਲੀਆ ਆਇਆ ਤੇ ਉਦੋਂ ਮਤਲਬ ਸੁਣਦੇ ਹੁੰਦੇ ਸੀ ਕਿ ਆਸਟ੍ਰੇਲੀਆ ਤੇ ਬੜਾ ਕਰਜ਼ਾ, ਤੇ ਉਹ ਸਟੂਡੈਂਟ ਇੰਡਸਟਰੀ ਨੇ ਹੌਲੀ ਹੌਲੀ ਕਰਕੇ ਚਾਹੇ ਹੋਰਾਂ ਕੰਟਰੀਆਂ ਚਾਈਨਾ ਚੂਨਾ ਨੇ ਵੀ ਉਹ ਬਹੁਤ ਹੈਲਪ ਕੀਤੀ ਕਿ ਬਿਲਕੁਲ ਆਪਾਂ ਕੰਮ ਕਰਦੇ ਹਾਂ, ਮਿਹਨਤ ਕਰਦੇ ਹਾਂ। ਜੀ ਸੈਕਿੰਡ ਚੀਜ਼ ਕਿ ਅਸੀਂ ਮਿਹਨਤ ਕਰਦੇ ਹਾਂ ਦੱਬ ਕੇ ਪੈਸੇ ਕਮਾਉਂਦੇ ਹਾਂ, ਪਰ ਕਈ ਕਮਿਊਨਿਟੀਜ਼ ਹੈਗੀਆਂ ਉਹ ਆਪਣੇ ਆਪ ਤੇ ਪੈਸਾ ਖਰਚਦੀਆਂ ਨਹੀਂ ਹੈਗੀਆਂ, ਪਰ ਪੰਜਾਬੀਆਂ ਦਾ ਕੀ ਲਾ ਲਓ ਕਿ ਹਨਾ, ਜਾਂ ਨਾਰਥ ਇੰਡੀਅਨਸ ਦਾ ਵੀ ਆਪਾਂ ਵੱਡਾ ਕਰਨਾ ਦਾਇਰਾ, ਕਿ ਲਾਈਫ ਸਟਾਈਲ ਥੋੜਾ ਅਲਾਊਡ ਆ ਆਪਣਾ, ਤਾਂ ਖਾਸ ਕਰਕੇ ਹੈਗਾ ਹੀ ਹੈਗਾ ਪੰਜਾਬੀਆਂ ਦਾ, ਬਿਲਕੁਲ ਆਪਾਂ ਆਪਣੇ ਸ਼ੌਂਕਾਂ ਦੇ ਉੱਪਰ, ਆਪਣੇ ਘਰ ਤੇ, ਆਪਣੀ ਗੱਡੀ ਤੇ, ਆਪਣੇ ਕੱਪੜੇ ਲੀੜੇ ਤੇ ਹਨਾ ਪੈਸਾ ਲਾਉਂਦੇ ਹਾਂ, ਸਾਨੂੰ ਖੁਸ਼ੀ ਹੁੰਦੀ ਉਸ ਚੀਜ਼ ਦੇ ਵਿੱਚ, ਕਿ ਜਦੋਂ ਜਿਹੜੀ ਚੀਜ਼ ਲਈ ਤੁਸੀਂ ਮਿਹਨਤ ਕੀਤੀ ਹੈ, ਜਦੋਂ ਤੁਸੀਂ ਉਹਦੇ ਨਾਲ ਕੁਛ ਅਚੀਵ ਕਰਦੇ ਹੋ, ਤਾਂ ਫਿਰ ਉਹਦੇ ਨਾਲ ਤੁਸੀਂ ਮਾਣ ਨਾਲ ਇੰਨੀ ਗੱਲ ਤਾਂ ਕਹਿ ਸਕਦੇ ਹੋ ਕਿ ਯਾਰ ਮੈਂ ਉਰੇ ਮਿਹਨਤ ਕਰਦਾ ਵੀ ਸ਼ਰੀਕੇ 'ਚ ਮੇਰਾ ਪਿਓ ਮਾਣ ਨਾਲ ਮੁੱਛ ਖੜੀ ਕਰਕੇ ਬੈਠਦਾ ਹਨਾ। ਬਿਲਕੁਲ, ਸੋ ਉਹਦੇ ਵਿੱਚ ਮੈਨੂੰ ਕੋਈ ਫੁਕਰੀ ਵਾਲੀ ਗੱਲ ਨਹੀਂ ਲੱਗਦੀ, ਪ੍ਰਾਊਡ ਵਾਲੀ ਗੱਲ ਲੱਗਦੀ, ਉਹ ਤਾਂ ਇਹੀ ਇਹੀ ਤਾਂ ਗਾਣਾ ਕਹਿੰਦਾ ਵਾ ਕਿ ਅਸੀਂ ਇਹ ਮਿਹਨਤ ਕਰਕੇ ਯਾਰ ਆਪਣੇ ਸ਼ੌਂਕ ਪੂਰੇ ਕਰ ਰਹੇ ਹਾਂ, ਲੋਕ ਫਿਰ ਵੀ ਸੜ ਰਹੇ ਨੇ, ਹੁਣ ਜਿਹੜੇ ਸੜ ਰਹੇ ਉਹਨਾਂ ਦਾ ਕੀ ਕੀਤਾ ਜਾਵੇ। ਬਿਲਕੁਲ ਬਿਲਕੁਲ, ਨਹੀਂ ਮੈਂ ਹਾਂਜੀ ਮੇਰੇ ਕਹਿਣ ਦੀ ਮੁਰਾਦ ਵੀ ਉਹੀ ਸੀ ਕਿ ਵੇਖੋ ਆਪਾਂ ਇੱਕ ਬੰਦੇ ਦੀ ਮਿਹਨਤ ਪਿੱਛੇ ਕਿੰਨੀ ਆ, ਉਹ
ਜਿਨ੍ਹਾਂ ਜਿਨ੍ਹਾਂ ਨਾਲ ਤੁਹਾਡੀ ਸਾਂਝ ਆ ਉਹ ਬੰਦੇ ਇਹ ਚੀਜ਼ ਭਲੀ ਭਾਂਤ ਜਾਣਦੇ ਹੋਣਗੇ ਕਿ ਸਾਡਾ ਇਹ ਵੀਰ ਦਿਲ ਦਾ ਇੱਕ ਹੀਰਾ ਬੰਦਾ, ਸੋ ਕਹਿੰਦੇ ਮੂੰਹ ਤੇ ਤਾਰੀਫ ਨਹੀਂ ਕਰਨੀ ਚਾਹੀਦੀ। ਸੋ ਅੰਦਰੋਂ ਮੈਂ ਥੱਲੇ ਨੂੰ ਦੇਖ ਮੈਨੂੰ ਰਿਹਾ ਨਹੀਂ ਪਤਾ ਲੋਕਾਂ ਦੀ ਆਬਜ਼ਰਵੇਸ਼ਨ ਕੀ ਆ ਬਾਹਰੋਂ ਲੀੜੇ ਕੱਪੜੇ ਵੇਖ ਕੇ, ਜੀ ਪਰ ਉਹ ਜਿਹੜੀ ਜੀ ਪਿੱਛੇ ਮਿਹਨਤ ਆ ਉਹ ਬੜੀ ਜਾਨੀ ਸ਼ਾਇਦ ਬੜਿਆਂ ਨੂੰ ਨਹੀਂ ਦਿੱਦੀ, ਅਸੀਂ ਉਹ ਮਿਹਨਤ ਵੇਖੀ ਆ, ਅਸੀਂ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਚੀਜ਼ਾਂ ਦੇ ਗਵਾਹ ਆ, ਸਾਨੂੰ ਪਤਾ ਆ ਕਿ ਅੰਦਰੋਂ ਬੰਦਾ ਦਿਲ ਦਾ ਕਿੰਨਾ ਹੀਰਾ ਵਾ। ਸੋ ਮੈਂ ਓਨੈਸਟਲੀ ਇਹ ਚੀਜ਼ ਕਹਿੰਦਾ ਵੀ ਜਿੰਨਾ ਸਾਡਾ ਵੀਰ ਡਿਜ਼ਰਵ ਕਰਦਾ ਵਾ ਉਸ ਹਿਸਾਬ ਦੇ ਨਾਲ, ਬਹੁਤ ਲੋਕ ਘੱਟ ਜਿਹੜੇ ਡਿਜ਼ਰਵਿੰਗ ਨੇ ਉਹ ਸ਼ਾਇਦ ਬਹੁਤ ਅੱਗੇ ਨੇ, ਪਤਾ ਨਹੀਂ ਮੈਨੂੰ ਉਹਦਾ ਕੀ ਰੀਜ਼ਨ ਹੈ, ਸ਼ਾਇਦ ਮਿਹਨਤ ਤੇ ਨਾਲ ਕਿਸਮਤ ਵੀ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਬੜਾ ਤਗੜਾ ਰੋਲ ਅਦਾ ਕਰਦੀ। ਸੋ ਸਾਡੇ ਵੱਲੋਂ ਗੁੱਡ ਲੱਕ, ਗੁੱਡ ਵਿਸ਼ਿਜ਼ ਇਸ ਨਵੇਂ ਗਾਣੇ ਦੇ ਇਸ ਲਈ, ਚੀਜ਼ ਨੂੰ ਨਵੇਂ ਮੈਂ ਥੋੜਾ ਚੈਲੇਂਜ। ਜਿਹਾ ਆਪਣੇ ਵੱਲੋਂ ਥੋੜਾ ਥੋੜਾ ਇਹਦਾ ਐਕਸਪਲੇਨ ਕਰ ਸਕਦਾ। ਜੀ ਜੀ ਪਲੀਜ਼ ਪਲੀਜ਼ ਪਲੀਜ਼। ਹਾਂ, ਸੋ ਜਿਹੜੀ ਉਹ ਗੱਲ ਹੈ ਨਾ ਜਿਹੜੀ ਤੁਸੀਂ ਇੰਟਰਵਿਊ ਵੀ ਸੁਣੀ ਹੋਣੀ ਆ, ਇਹ ਦਿੱਕਤ ਜਿਹੜੀ ਸ਼ੁਰੂ ਸ਼ੁਰੂ 'ਚ ਆਈ ਜ਼ਿਆਦਾ, ਜਦੋਂ ਅਸੀਂ ਵੀ ਟੂ ਯੰਗ ਸੀ ਤੇ ਸਾਡੀ ਆਡੀਅੰਸ ਵੀ ਸਾਡੀ ਸੇਮ ਉਮਰ ਦੀ ਸੀਗੀ, ਸਮਝਦੇ ਨਾ, ਉਹ ਉਦੋਂ ਕਹਿੰਦੇ ਜਦੋਂ ਮੈਂ ਉਹ, ਆ ਤੇ ਕਹਿੰਦੇ ਮੈਂ ਆਪਾਂ ਵੀ ਆ। ਹਾਂ, ਫਰਜ਼ ਕਰੋ ਕਿ ਉਸ ਚੀਜ਼ ਨੂੰ ਐਜ਼ ਐਨ ਆਡੀਅੰਸ ਮੈਂ ਵੀ ਬੜੇ ਸਿੰਗਰਾਂ ਨੂੰ ਫੁਕਰਾ ਕਿਹਾ ਜਦੋਂ ਮੈਂ ਸਕੂਲ ਕਾਲਜ 'ਚ ਪੜ੍ਹਦਾ ਸੀਗਾ, ਜੇ ਚਲੋ ਲਾ ਲਓ ਕਿ ਕੋਈ ਮੇਰੀ ਕੋਈ ਗਰਲਫ੍ਰੈਂਡ, ਕੋਈ ਸਹੇਲੀ, ਕੋਈ ਮਿੱਤਰ ਦੋਸਤ ਕੋਈ ਸੀ ਤੇ ਉਹ ਕਹਿ ਦਿੰਦੀ ਸੀ ਵੀ ਮੈਨੂੰ ਤਾਂ ਫਲਾਣੇ ਸਿੰਗਰ ਤੇ ਕਰਾਸ਼ ਆ, ਉਹ ਸਾਲਾ ਤਾਂ ਫੁਕਰਾ, ਉਹ ਅੰਦਰੋਂ ਕੋਈ ਬੰਦਾ, ਅੰਦਰੀ ਸਮਝਦੇ। ਸੋ ਉਹ ਚੀਜ਼ ਅਸੀਂ ਫੇਸ ਕੀਤੀ ਜਦੋਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਂਦੇ ਸੀਗੇ, ਤਾਂ ਉਹ ਕਈ ਵਾਰੀ ਸਾਹਮਣੇ ਵਾਲੇ ਜਿਹੜੇ ਥੋੜਾ ਜਿਹਾ ਇੱਕ ਅੱਧਾ ਗਰੁੱਪ ਹੁੰਦਾ ਨਹੀਂ ਜਿਹੜਾ, ਗੱਲ ਨਹੀਂ ਬਣੀ। ਇਹ ਤੋਂ ਵੀ ਮੈਨੂੰ ਗੱਲ ਯਾਦ ਆ ਗਈ ਹੁਣ, ਇੱਕ ਕਿਸੇ ਸੀਨੀਅਰ ਸਿੰਗਰ ਨੇ, ਬਹੁਤ ਵੱਡਾ ਨਾਮ ਆ ਤੇ ਉਹਨਾਂ ਦੇ ਫੈਨ ਆ ਮੈਂ ਬਹੁਤ ਜ਼ਬਰਦਸਤ, ਉਹਨਾਂ ਨੇ ਗੱਲ ਸੁਣਾਈ, ਕਹਿੰਦੇ ਕਿ ਯਾਰ ਕਿਸੇ ਪਿੰਡ ਦੇ ਮੇਲੇ ਦੇ ਵਿੱਚ ਕਿ ਕਾਫੀ ਕਾਫੀ ਇਕੱਠ ਸੀਗਾ, ਕਹਿੰਦੇ ਵੀ ਮੈਂ ਗਾ ਰਿਹਾ ਤੇ ਲੋਕ ਪੂਰਾ ਆਨੰਦ ਲੈ ਰਹੇ ਨੇ, ਪਰ ਹੁੰਦਾ ਹੀ ਆ ਕਿ ਇੱਕ ਅੱਧਾ ਬੰਦਾ ਹੁੰਦਾ ਸੱਜੇ ਖੱਬੇ, ਕਹਿੰਦੇ ਮੇਰੀ ਨਿਗਾਹ ਪਈ ਸੱਜੇ ਪਾਸੇ, ਮੈਂ ਕੀ ਦੇਖਦਾ, ਕਹਿੰਦਾ ਬੰਦਾ ਜਿਹਾ ਇੱਕ ਖੜਾ ਕਿਸੇ ਕੁਰਸੀ ਦੇ ਉੱਪਰ ਤੇ ਜਦੋਂ ਮੇਰੀ ਉੱਤੇ ਨਿਗਾਹ ਪਿਆ ਕਰਿਆ ਕਰੇ, ਕਹਿੰਦਾ ਮੈਂ ਇੱਕ ਵਾਰੀ ਇਗਨੋਰ ਕੀਤਾ, ਦੋ ਵਾਰੀ ਇਗਨੋਰ ਕੀਤਾ, ਹਨਾ, ਕਹਿੰਦਾ ਪਰ ਤੁਹਾਨੂੰ ਬਾਕੀ ਦੇਖਣੋਂ ਹਟ ਜਾਂਦੇ, ਤੁਹਾਨੂੰ ਉਹੀ ਦਿਖਦੀ ਚੀਜ਼ ਜਿਹੜੀ ਕਿ ਤੁਹਾਨੂੰ ਨੈਗੇਟਿਵ ਦਿਖ ਰਿਹਾ, ਹਨਾ, ਕਹਿੰਦਾ ਗਾਣਾ ਖਤਮ ਹੋਇਆ ਤੇ ਨਹੀਂ ਮੇਰੇ ਵੱਲ ਨਿਗਾਹ ਗਈ, ਮੈਨੂੰ ਕਹਿੰਦਾ ਇੱਕ ਮਿੰਟ ਯਾਰ ਰੋਕੋ ਸਾਰਾ ਕੁਛ, ਹਾਂ ਬਾਈ, ਕਹਿੰਦਾ ਤੁਹਾਨੂੰ ਕੀ ਕੀ ਹੋ ਗਿਆ, ਕਹਿੰਦਾ ਕਹਿੰਦਾ ਬਾਈ ਤੇਰੇ ਤੋਂ ਉੱਤੇ ਕੋਈ ਨਹੀਂ, ਬੰਦਾ ਪੜ ਜੂ ਕਰ ਰਿਹਾ ਵੀ ਇਹ ਤਾਂ ਵੀ ਇਹਨੂੰ ਤਾਂ ਮੈਂ ਦੇਖਦਾ, ਉਹ ਥੱਲੇ ਖੜੇ ਲੋਕਾਂ ਨੂੰ ਕਈ ਵਾਰੀ ਇਕੱਠ ਚ ਆਏ ਹੁੰਦਾ ਕਿ ਮੈਂ ਖਰੇ ਇਹਨੂੰ ਦੇਖਦਾ ਹੋਣਾ ਕਿ ਨਹੀਂ, ਉਹ ਆਪਣੇ ਜਿਹੜੇ ਚਾਰ ਪੰਜ ਆਏ ਹੁੰਦੇ ਉਹਨਾਂ 'ਚ ਤਾਂ ਇਸ਼ਾਰਾ ਹੁੰਦਾ ਨਾ ਬੰਦਾ ਵੀ, ਆਪਾਂ ਦੇਖਿਆ ਫਲਾਣੇ ਨੂੰ ਫਿਰ ਉਦਣ ਆਇਆ ਇਸ਼ਾਰਾ ਕਰਤਾ, ਫਲਾਣਾ ਇਸ਼ਾਰਾ ਕਰਤਾ, ਗਾਲ ਕੱਢਤੀ ਜਾਂ ਵਟਐਵਰ, ਸੋ ਪਹਿਲਾਂ ਪਹਿਲਾਂ ਰਿਹਾ, ਹੁਣ ਤਾਂ ਨਹੀਂ ਮੈਨੂੰ ਲੱਗਦਾ, ਹੁਣ ਤਾਂ ਅਸੀਂ ਸਕੂਲਾਂ ਕਾਲਜਾਂ 'ਚ ਜਾਂਦੇ ਹਾਂ, ਹੁਣ ਥੋੜਾ ਲੱਗਦਾ ਹੈ ਕਿ ਵੀ ਛੋਟੇ ਨੇ ਜਵਾਕ ਯਾਰ ਸਾਡੇ ਨਾਲੋਂ, ਤੇ ਹੁਣ ਹੁਣ ਉਹ ਚੀਜ਼ ਨਹੀਂ ਫੇਸ ਹੁੰਦੀ ਲੋਕਾਂ 'ਚ, ਜਿੱਦਾਂ ਜਿੱਦਾਂ ਆਪਾਂ ਵੱਧ ਵਿਚਰਦੇ ਹਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਵੱਧ ਪ੍ਰੈਜ਼ੈਂਸ ਪਹਿਲਾਂ ਨਾਲੋਂ ਰਹਿੰਦੀ ਹੈ, ਆਟੋਮੈਟਿਕਲੀ ਜੀ ਪਤਾ ਲੱਗਦਾ। ਅੱਛਾ ਇੱਕ ਚੀਜ਼ ਜਿਹੜੀ ਹੁਣ ਇੰਡੀਆ ਦਾ ਜਿਹੜਾ ਰਹਿਣ ਸਹਿਣ ਆ ਜਾਂ ਇੰਡੀਆ ਦੇ ਵਿੱਚ ਜੋ ਇੱਕ ਲਾਈਫ ਸਟਾਈਲ ਹੈ ਇੱਕ ਸਿੰਗਰ ਦਾ, ਇੱਕ ਸਟਾਰ ਦਾ, ਜੀ ਜੀ ਜੇ ਆਪਾਂ ਉਹਨੂੰ ਬਾਹਰਲੇ ਮੁਲਕਾਂ ਦੇ ਨਾਲ ਜੇ ਆਪਾਂ ਕੰਪੈਰੀਜ਼ਨ ਆਪਾਂ ਜੇ ਕਰੀਏ, ਹੁਣ ਇੱਥੇ ਸਾਨੂੰ 36 ਤਰ੍ਹਾਂ ਦੇ ਕੰਮ ਕਰਨੇ ਪੈਂਦੇ ਆ, ਮੰਨ ਲਓ ਇੱਥੇ ਆ ਕੇ ਤੁਸੀਂ ਹੋਰ ਕੁਛ ਨਾ ਕਰੋ ਤੇ ਤੁਹਾਨੂੰ ਸੌਦਾ ਤੇ ਲਿਆਉਣਾ ਪੈਣਾ ਬਾਹਰ ਅੰਦਰ, ਤੁਸੀਂ ਹਾਂਜੀ ਜਾਂਦੇ ਹੋ, ਤੁਸੀਂ ਜਿੱਦਾਂ ਉੱਥੇ ਬਾਉਂਸਰ ਲੈ ਕੇ ਦੇ ਵੱਡੇ ਤਾਮ ਝਾਮ ਦੇ ਨਾਲ ਵਿਚਰਦੇ ਆ ਸਟਾਰ, ਇੱਥੇ ਨਹੀਂ ਵਿਚਰ ਸਕਦੇ। ਸੋ ਇਹ ਇਹ ਚੀਜ਼ ਜਿਹੜੀ ਆ ਇਹ ਇੱਥੇ ਮੇਨਟੇਨ ਕਰਨੀ ਜ਼ਿਆਦਾ ਔਖੀ ਨਹੀਂ, ਇੰਡੀਆ ਦੇ ਵਿੱਚ ਉਹਦਾ ਸਟਾਰ ਪਣਾ ਵਾ ਉਹਨੂੰ ਮੇਨਟੇਨ ਕਰਨਾ ਬਹੁਤ ਔਖਾ, ਸੋ ਲੋਕਾਂ ਨੂੰ ਇਹ ਵੀ ਚੀਜ਼ ਔਡ ਲੱਗਦੀ ਹੋਊ ਕਿਤੇ ਨਾ ਕਿਤੇ। ਪਹਿਲੀ ਗੱਲ ਤਾਂ ਜੀ ਮੈਂ ਆ ਜਾਂ ਜਿਵੇਂ ਅਸੀਂ ਜਿੰਨੇ ਜਣੇ ਦੋਸਤਾਂ ਨੇ, ਜੱਸੀ ਹੋ ਗਿਆ, ਪ੍ਰਭ ਹੋ ਗਿਆ, ਅਸੀਂ ਕਦੇ ਕੋਈ ਬਾਉਂਸਰ ਆਪਣੇ ਨਾਲ ਲੈ ਕੇ ਨਹੀਂ ਤੁਰਦੇ ਹੈਗੇ ਫਰੋਮ ਡੇ ਵਨ, ਅੱਜ ਤੱਕ ਕਦੇ ਅਸੀਂ ਕੋਈ ਵੀਰ ਭਰਾ ਨੂੰ ਕਦੇ ਗੱਡੀ ਚਲਾਉਣ ਦੀ ਜੋਬ ਤੇ ਵੀ ਨਹੀਂ ਰੱਖਿਆ ਹੈਗਾ, ਸਾਡੇ ਨਾਲ ਸਾਡੇ ਦੋਸਤ ਮਿੱਤਰ ਹੀ ਹੁੰਦੇ, ਅਸੀਂ ਆਪ ਹੀ, ਕਿਉਂਕਿ ਸਾਨੂੰ ਸਾਡੀ ਪ੍ਰਾਈਵੇਸੀ ਰਹਿੰਦੀ ਉਹਦੇ ਨਾਲ, ਅਸੀਂ ਗੱਡੀ 'ਚ ਕੋਈ ਗੱਲਬਾਤ ਕਰਨੀ ਹੈ ਜਾਂ ਕੁਛ ਵੀ ਆ, ਹੈ ਨਾ, ਕਿ ਇਸ ਚੀਜ਼ ਦੇ ਵਿੱਚ ਕਦੇ ਬਿਲੀਵ ਨਹੀਂ। ਹਾਂ, ਜਦੋਂ ਅਸੀਂ ਕਿਤੇ ਸ਼ੋਅ ਤੇ ਜਾਣਾ, ਉੱਥੇ ਇੱਕ ਸਿਕਿਉਰਿਟੀ ਵਾਲੀ ਟੀਮ ਸਾਡੀ ਹੁੰਦੀ ਹੈ, ਜਿਵੇਂ ਦਿੱਲੀ ਵਗੈਰਾ, ਜਾਂ ਅਸੀਂ ਜਿਹੜੇ ਡੈਸਟੀਨੇਸ਼ਨ ਵੈਡਿੰਗਸ ਜਾਂ ਜਿਹੜੇ ਆਊਟ ਆਫ ਪੰਜਾਬ ਕਰਦੇ ਹਾਂ, ਸਾਡਾ ਉੱਥੇ ਇੱਕ ਸਿਕਿਉਰਿਟੀ ਵਾਲੀ ਟੀਮ ਹੈਗੀ ਆ, ਉਹ ਹੁੰਦੇ ਹੁੰਦੇ ਉੱਥੇ 4-5 ਬੰਦੇ, ਕਿਉਂਕਿ ਉੱਥੇ ਲੋਡ ਹੁੰਦੀ ਆ, ਜੀ ਠੀਕ ਹੈ ਨਾ ਜੀ, ਉੱਥੇ ਅਸੀਂ ਐਜ਼ ਐਨ ਆਰਟਿਸਟ ਜਾਂਦੇ ਹਾਂ, ਤੇ ਉਹ ਵੀ ਮੁੰਡਿਆਂ ਨੂੰ ਕਿਹਾ ਹੁੰਦਾ ਵਾ ਕਿ ਯਾਰ ਦੇਖੋ ਤੁਹਾਡੇ ਤੇ ਤੁਹਾਡੇ ਬਿਹੇਵੀਅਰ ਤੇ ਸਾਡੀ ਇਮੇਜ ਡਿਪੈਂਡ ਕਰਦੀ ਆ, ਕਿ ਬਿਲਕੁਲ ਜੇ ਤੁਸੀਂ ਕਿਸੇ ਨਾਲ ਬਦਤਮੀਜੀ ਕਰੋਗੇ, ਧੱਕਾ ਮੁੱਕੀ ਕਰੋਗੇ, ਤਾਂ ਉਹ ਤੁਹਾਨੂੰ ਕੋਈ ਨਹੀਂ ਜਾਣਦਾ ਹੈਗਾ, ਅਗਲੇ ਨੇ ਕਹਿਣਾ ਯਾਰ ਫਲਾਣੇ ਬੰਦੇ ਨਾਲ ਆਏ ਸੀਗੇ ਯਾਰ, ਬੜੀ ਉਹਨਾਂ ਨੇ, ਹਨਾ, ਕਿਉਂਕਿ ਐਡੀ ਕਿੱਡੀ ਗੱਲ ਆ, ਹਵਾ ਖਰਾਬ ਹੋ ਗਈ, ਉਹ ਬੰਦਾ ਉੱਥੋਂ ਹੀ ਆਉਂਦਾ ਨਾ ਕਿ ਯਾਰ ਫੋਟੋ ਹੀ ਕਰਾਉਣੀ ਸੀ, ਕੀ ਗੱਲ ਆ, ਇਹ ਆ, ਉਹ ਆ, ਸੋ ਉੱਥੇ ਹੁੰਦੀ ਟੀਮ, ਅਦਰਵਾਈਜ਼ ਕੋਈ ਸਾਡੇ ਨਾਲ ਕਦੇ ਕੋਈ ਬਾਉਂਸਰ ਨਹੀਂ। ਅਸੀਂ ਸਾਨੂੰ ਸਾਰੇ ਹੁਣ ਵੀ ਪੁੱਛਦੇ ਕਿ ਯਾਰ ਮਾਹੌਲ ਆਇਆ ਇਹ ਵਾ, ਤੁਸੀਂ ਕਦੇ ਕੋਈ ਗਨਮੈਨ ਜਾਂ ਕੁਛ ਉਹ ਕਿਉਂ ਨਹੀਂ ਹੋ, ਤੁਸੀਂ ਯਾਰ ਵੀ ਮੈਨੂੰ ਤਾਂ ਨਹੀਂ ਲੱਗਦਾ ਕਿ ਯਾਰ ਮੇਰੇ ਨਾਲ ਕਿਸੇ ਨੂੰ ਕੋਈ ਵੈਰ ਵਿਰੋਧ ਹੋਊਗਾ, ਜਾਂ ਕੋਈ ਮੈਂ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਕਿ ਮੈਂ ਇਹਨੂੰ
है ना, अपना काम कर रहे बिल्कुल हैं, कि इन्हों एज अ काम लेने हैं, क्योंकि बाहर भी इन्ना काम किया। अच्छा, मैंने कोई पूछ लवे कि यार तुसी भाई इन्ना यार ट्रैवल करते हो, इन्ने थोड़े घंटे सौ के फिर गाना हुंदा, कोई बीमार थमार होने फिर भी किवें गाने हो, किवें करते हो हर टाइम किवें? मैं कहा यार भी सवेरे 2:30-3 बजे उठ के टैक्सी चलाने नालों ना कोई काम औखा नहीं हैगा, मतलब इस प्रोफेशन दे विच, कि वो कोई एडा बिल्कुल कोई चक्कर नहीं हैगा, और हर काम दे विच खाई हुंदी हुई है। जो मैं थोनू कहा ना भी 8 घंटे की शिफ्ट आई, तुसी रुमाल तय मार मार के रखने हैं, रुमाल तय मार मार के रखने हैं, 8 घंटे के बाद तो 1 दिन 2 दिन 3 दिन 4 दिन थोनू वो काम भी भारा लगन लग जाना। पारा लग तो आके काम ज्यादा जेड़े हाँ जेड़े काम लिए थोनू बंदिश हो गई। जी। सो दोस्तों साडा लिंक थोड़ा जा टुटा वा ते फिर दोबारा तो आपां लिंक बनाउने गल्लां बातां इस टाइम साडियां बबल राय जी दे नाल चल रहियां ने। इन्हां दा नवां गाणा एक आया वा, सो नवें गाणे दा पोस्टर जिहड़ा वा इसे वीडियो दे थल्ले तुसीं वेख रहे हो हसल हार्ड। सो हो सकदा कि मैं मतलब कर जाना हुंना अक्सर ही अक्सर इहो जिहियां गलतियां मैनूं इहो जिहे नाम लैणे नहीं आउंदे हुंदे, पर इत्थे लिखिआ तुसीं पढ़ रहे होगे। सो बब्बर राय जी दा नवां गाणा आया आस्ट्रेलिया दी जो एक आस्ट्रेलिया की किसी भी कंट्री दे विच जो एक स्ट्रगल है सिंगर दी उस स्ट्रगल दे उत्ते। सो इस स्ट्रगल नूं लैके ये गाणा, सो ये गाणा रिलीज हो चुका है ते ये गाणा तुसीं सुन सकदे हो। ते जे साडा संपर्क दोबारा साडा बनदा है फिर दोबारा हुणे हुणे ते फिर आपां जरूर गलबात जिहड़ी इत्थों कंटिन्यू करदे हां। बबल राय ते नवा गाना ते नवा इन्हां दा यूट्यूब चैनल, जिहड़ा नवा ते नहीं है वैसे यूट्यूब चैनल, मैनूं लगदा इस डिजिटल लाइन दे विच जदों तों इह सफर शुरू होया वा ते उस समें तों लै के हुण तक इह सब तों जिहड़ा पुराने चैनलां दे विचों इक इन्हां दा चैनल है जिहदे उत्ते छल्ला इन्हां ने पाया ही उस समें। सो उह जिहड़ा छल्ला उस समय इन्हां ने अपने चैनल दे उत्ते पाया ही उदों तों लै के हुण तक 15 साल हो चले ने। सो उस लिहाज दे नाल सब तों पुराना चैनल है, इहनूं आपां नवां चैनल भी नहीं कह सकदे, पर हाँ प्रोफेशनली जिहड़े हुण इन्हां ने प्रोजेक्ट कीते आ उह पहली वारी इस चैनल दे उत्ते पैणे ने। ते मेरी बेनती आस्ट्रेलिया वासियां दे उत्ते मेलबर्न वासियां दे अगे वी कि जिहड़ी आपां इह गल्लां बातां कर रहे हां इहदा मकसद इह वी है कि असीं जिहड़े जानण वाले हां जिहड़े इन्हां कलाकारां दे नाल जिहड़े विच रहे हां सानूं पता है कि इन्हां ने की इन्हां ने पापड़ वेले ने किहड़े किहड़े तरीके दे नाल की कुछ साडे लई बड़ा सौखा हो जांदा वा बिना कुछ जाणिया किसी चीज़ ते कमेंट करना। सो जे इन्हां ने मेहनत की है तो साडा भी फर्ज बनता साडे शहर तों कोई नौजवान ते इत्थों सब तों पहलां चीज़ां शुरू हुंदियां ने जदों बाहर अंदर किते गलबात छेड़दी है तो उत्थे फिर इहो ही हुंदा वा अच्छा आस्ट्रेलिया वाला फलाना सिंगर फलाने उन्हां दे करके अपने कई वारी साडी जाण पछाण हुंदी है। सो इस करके साडा भी फर्ज बनता जेकर किसी ने कुछ वधिया कीता तुहानूं वधिया लगा ते जरूर अपने अपने तुसीं जिहड़े खाते ने तुहाडे सोशल मीडिया ते उहनां दे उत्ते तुसीं शेयर भी करो। हां जी राय साहब वापस एक करी जी स्वागत कर सॉरी, लिया माफी चाहता, लगा व्हाट्सएप पे कॉल आ गई सी, फोन था ओके ओके एयरप्लेन मोड पे सी। ओके जी नहीं अस मैम एक्चुअली असी अज इंटरव्यूज लाइन अप कीतियां हुई हैं, ते मैं जिथे असी जाना सीगा उत्थे थोड़ा जा पिछे चल रहा मैं समय तो, थोतों ओके भी माफी ओके चाहता, थोड़े नाल भी मेरा लेट रابطہ शुरू होया, क्योंकि वो मैं 4.5 घंटे दे फर्क नूं गिण के अपना टाइम अपने दिमाग च फिक्स कर लिया जी, हानी पर इहो जे जदों मैं फर्क देखिया कि वो तां 5.5 घंटे दा फर्क पिया, वो डेलाइट सेविंग वाला निकल गया जी दोबारा। ने बदो बदी साडे कोल इथों रहिंदे आ कई वारी गलती हो जांदी है कोई इंडिया च टाइम पुछे हाँ तां जी आपां उस हिसाब नाल कह दिंदे भाई साढ़े 4 घंटे अग्गे ला लिओ, उहने च नूं साढ़े हाँ पंज जी हाँ घंटे जी हुंदे। सो हाँ इह जी हाँ चीजां जी ते रहिंदियां ही ने। सो नवें गाणे दी गल कर रहा हां मैं जदों तुसीं जी ऑफ हो गया सी तुहाडी स्क्रीन ते जी नवें गाणे दी जी मैं गल कर रहा हां। सो नवें गाणे दीआं कुछ 4 लाइनां फिर आपां इजाजत लैंदे अगलीआं वी तुहाडीआं इंटरव्यू लाइन अप ने हाँ जी हाँ जी ते हाँ जी मैं नवें उहदे गाणे विच चो क्या जिहड़ा पसंदीदा तुहाडा अंतरा वा कोई? हाँ पसंदीदा अंतरा, मैं वैसे तो चलो सारे गाना हुआ, पर मैं जिहड़ा वो सुनाउणा जी जी। पिंड छड बाहर जदों पढ़ने नूं आए सी, नी जेबां विच गिण मेजे डालर ले आए सी, 18-18 घंटे बिलो कीती हा डरैवरी आ, महिला जिडे घर ना कसीनो तों बनाए नी, घर तां नबेड़ा ला के गेड़े उत्ते गेड़ा, दुखां दा नबेड़ा ला के गेड़े उत्ते गेड़ा, खाते तुन्ने पया बैंकां दे कमाई करके नी, सानू मेहनतां नी सौण दिंदियां, ते लोकी सौंदे नहीं ओ जट दी चढ़ाई करके नी, सानू मेहनत नहीं सौण दिंदियां। वेरी नाइस ठीक जी है जी, बहुत सोहना थैंक यू। ते आस करते हैं दोस्तों तुसीं सुन लिया होगा हुण तक। वीडियो भी बहुत प्यारी इन्हां ने बड़ी सोहनी वीडियो बनाई है। अच्छा एक चीज एक सवाल मेरे आ रहा है मन दे विच इस जी जी विषय दे उत्ते गाने वैसे तो बहुत घट लिखे गए ने पर फिर भी लिखे गए ने। चलो तुसीं जी जिदा पहला भी गाणा जिहड़ा काफी मकबूलियत उहने खट्टी गाणे ने उस तो बाद हुण फिर दोबारा उसे तरह दा एक
ਵਿਸ਼ਾ ਜਿਹੜਾ ਉਹ ਤੁਸੀਂ ਲੈ ਕੇ ਆਇਓ। ਇਸ ਵਿਸ਼ੇ ਦੇ ਉੱਤੇ ਫਿਲਮਾਂ ਬਹੁਤ ਘੱਟ ਬਣੀਆਂ ਜਾਂ ਕਿਸੇ ਨੇ ਬਣਾਇਆ ਵੀ ਆ ਕੋਈ ਮਾੜਾ ਚੰਗਾ, ਤੇ ਉਸ ਹਿਸਾਬ ਦੇ ਨਾਲ ਉਹਨੂੰ ਕੋਈ ਰਿਸਪੌਂਸ ਨਹੀਂ ਮਿਲਿਆ, ਉਹ ਡੈਪਥ ਦੇ ਵਿੱਚ ਨਹੀਂ, ਉਨੀ ਡੂੰਘਾਈ ਦੇ ਵਿੱਚ ਜਾ ਕੇ ਉਹ ਚੀਜ਼ਾਂ ਨਹੀਂ ਵਿਖਾਈਆਂ ਗਈਆਂ। ਇੰਟਰਨੈਸ਼ਨਲ ਸਟੂਡੈਂਟਸ ਦੀ ਤੁਸੀਂ ਗੱਲ ਕਰ ਰਹੇ ਹੋ? ਬਿਲਕੁਲ ਬਿਲਕੁਲ, ਆ ਜਿਹੜੇ ਵਿਸ਼ੇ ਹਾਂ, ਦੇ ਉੱਤੇ ਮੈਨੂੰ ਆ ਮੈਨੂੰ ਰਹੇ ਨੇ। ਮੈਨੂੰ ਹਮੇਸ਼ਾ ਲੱਗਦਾ ਜੀ ਕਿ ਆਪਾਂ ਨਾ ਇਸ ਵਿਸ਼ੇ ਦੇ ਉੱਪਰ, ਵੈਸੇ ਮੈਂ ਪੋਸਤੀ ਫਿਲਮ ਦੇ ਵਿੱਚ ਸਾਡਾ ਇੱਕ ਗਾਣਾ ਸੀਗਾ ਜਿਹੜਾ ਮੇਰਾ ਲਿਖਿਆ ਹੋਇਆ ਸੀਗਾ, ਤੇ ਉਹ ਮੈਂ ਲਿਖਿਆ ਸੀਗਾ ਕਿ ਮੈਂ ਆਪਣੇ ਯੂਟਿਊਬ ਦੇ ਉੱਪਰ ਗਾਉਂਗਾ ਬੈਠ ਕੇ, ਪਰ ਜਦੋਂ ਮੈਂ ਰਾਣਾ ਭਾਜੀ ਨਾਲ ਸਾਂਝਾ ਕੀਤਾ, ਉਹ ਕਹਿੰਦੇ ਯਾਰ ਇਹ ਤਾਂ ਜੀਵਾ ਮੇਰੇ ਕਿਰਦਾਰ ਦਾ ਨਾਂ ਸੀ ਪੋਸਤੀ ਫਿਲਮ 'ਚ, ਜੇ ਸ਼ਾਇਦ ਤੁਸੀਂ ਦੇਖੀ ਹੋਵੇ, ਜੀ ਤਾਂ ਕਹਿੰਦੇ ਵੀ ਇਹ ਤਾਂ ਜੀਵੇ ਜੀਵੇ ਦੇ ਮੂੰਹੋਂ ਗੱਲ ਜੱਚ ਰਹੀ ਹੈ ਕਿ ਜਿਵੇਂ ਦਾ ਉਹ ਕਿਰਦਾਰ ਆ। ਜੀ ਸੋ ਉਹ ਗਾਣਾ ਸੀਗਾ ਕਿ ਮੈਂ ਬੋਲ ਕੇ ਸੁਣਾ ਦਿੰਦਾ, ਜੀ ਉਹ ਸੀਗਾ ਕਿ ਮੈਂ ਗੱਭਰੂ ਦੇਸ਼ ਪੰਜਾਬ ਦਾ, ਮੇਰੇ ਹੱਥ 'ਚ ਆਈਫੋਨ, ਮੈਨੂੰ ਡਾਟਾ ਦਿੰਦੇ ਰੱਜ ਕੇ, ਤਾਂ ਹੀ ਝੁਕੀ ਰਹਿੰਦੀ ਆ ਧੌਣ, ਮੈਂ ਕਿਧਰੇ ਹੱਕ ਨਾ ਆਪਣੇ ਮੰਗ ਲਾਂ ਬਈ ਸਰਕਾਰਾਂ ਨਾ ਇਹ ਚਾਹੁਣ, ਮੈਂ ਗੱਭਰੂ ਦੇਸ਼ ਪੰਜਾਬ ਦਾ, ਹਨਾ। ਫਿਰ ਉਹ ਤੋਂ ਬਾਅਦ ਉਹਦਾ ਅਗਲਾ ਅੰਤਰਾ ਸੀ, ਕਹਿੰਦਾ ਮੁੰਡੇ ਕੁੜੀਆਂ ਮੇਰੇ ਨਾਲ ਦੇ, ਜਿਹੜੇ ਚੰਗਾ ਫਿਊਚਰ ਭਾਲਦੇ, ਓਪਰਚੁਨਿਟੀ ਫਾਲੋ ਕਰਦੇ ਕਰਦੇ ਮੁਲਕ ਚਲੇ ਗਏ ਬਾਹਰਲੇ, ਲੈ ਕੇ ਕਰਜ਼ੇ ਕਰਕੇ ਡਿਗਰੀਆਂ, ਹੋਰ ਕਿਹੜੇ ਖੂਹ ਵਿੱਚ ਪਾਉਣ, ਮੈਂ ਗੱਭਰੂ ਦੇਸ਼ ਪੰਜਾਬ ਦਾ, ਹਨਾ। ਤੇ ਉਹ ਤੋਂ ਬਾਅਦ ਜਿਹੜੀ ਉਰੇ ਜਿਵੇਂ ਮੈਟਰੋ ਸਿਟੀਜ਼ ਦੇ ਵਿੱਚ ਲਾ ਲਓ ਕਿ ਮੋਹਾਲੀ ਨੂੰ ਵੀ ਹੁਣ ਆਪਾਂ ਮੈਟਰੋ ਸਿਟੀ ਕਹਿ ਸਕਦੇ ਹਾਂ, ਟ੍ਰਾਈ ਸਿਟੀ, ਕਿ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਜੀ ਪਿੰਡਾਂ 'ਚ ਵੀ, ਹੁਣ ਤਾਂ ਮੈਨੂੰ ਲੱਗਦਾ ਕਿ ਇਹ ਪ੍ਰੋਬਲਮਸ ਆਉਂਦੀਆਂ। ਇਹ ਬੜਾ ਇਮੋਸ਼ਨਲੀ ਦੁਖੀ ਹੋ ਕੇ ਮੈਂ ਇੱਕ ਦਿਨ ਪੈਕਟ ਵਾਲਾ ਦੁੱਧ ਗਲਾਸ 'ਚ ਪਾਉਂਦੇ ਪਾਉਂਦੇ ਨੇ ਨਾ, ਉਹਦੇ 'ਚ ਜਦੋਂ ਪਾਊਡਰ ਜਿਹਾ ਨਿਕਲਿਆ, ਤੇ ਮੈਨੂੰ ਉਹ, ਮੈਂ ਕਿਹਾ ਯਾਰ ਕੀ ਸਾਡਾ ਖਾਣ ਪੀਣ ਵੀ ਇੰਨਾ ਉਹ ਹੈ ਪਿਆ, ਵੀ ਪੈਸਿਆਂ ਦਾ ਕੀ ਕਰ ਲਓਗੇ, ਖਾਣਾ ਤਾਂ ਉਹੀ ਜ਼ਹਿਰ ਹੀ ਖਾ ਰਹੇ ਹਾਂ ਜਿਹੜੇ, ਹਨਾ, ਜਿਹਦੇ ਨਾਲ ਬਿਮਾਰੀਆਂ ਸਾਰਾ ਕੁਛ। ਜੀ ਤਾਂ ਉਹ ਅੰਤਰਾ ਸੀਗਾ, ਕਹਿੰਦਾ ਕਹਿੰਦਾ ਮੇਰਾ ਖਾਣ ਪੀਣ ਹੁਣ ਸ਼ੁੱਧ ਨਹੀਂ, ਗੰਧਲੇ ਪਾਣੀ, ਨਕਲੀ ਦੁੱਧ ਨਹੀਂ, ਹਨਾ, ਕਹਿੰਦਾ ਗੰਦੀ ਹਵਾ ਦੇ ਵਿੱਚ ਸਾਹ ਲੈਂਦਾ, ਕਿਸੇ ਨੂੰ ਫਰਕ ਕੋਈ ਨਹੀਂ ਪੈਂਦਾ, ਲੋਕੀ ਫਲਾਂ ਫਰੂਟਾਂ ਸਬਜ਼ੀਆਂ ਨੂੰ ਗਿੱਜ ਕੇ ਟੀਕੇ ਲਾਉਣਦੀਆਂ, ਗੱਭਰੂ ਦੇਸ਼ ਪੰਜਾਬ ਦਾ, ਹਨਾ। ਸੋ ਉਹ ਸੀਗਾ, ਹਨਾ। ਤਾਂ ਉਹਦੇ ਵਿੱਚ ਵੀ ਉਹ ਗੱਲ ਕਿ ਮੁੰਡੇ ਕੁੜੀਆਂ ਜਿਹੜੇ ਬਾਹਰ ਚਲੇ ਗਏ, ਉਹ ਸਾਰਾ ਕਿ ਵੀ ਯਾਰ ਪੰਜਾਬ ਜਿਹੜਾ ਬ੍ਰੇਨ ਡਰੇਨ ਹੋ ਰਿਹਾ, ਕਿ ਜਿੰਨੀ ਆਪਣੀ ਜਿਹੜੇ ਪੜ੍ਹ ਸਕਦੇ ਆ ਜ਼ਿਆਦਾ, ਜਿਹਨੇ ਜ਼ਿਆਦਾ IQ ਵਾਲੇ ਜਵਾਕ ਆ, ਉਹ ਬਾਹਰ ਚਲੇ ਗਏ ਜਾਂ ਚਲੇ ਜਾਣਗੇ, ਕਿਉਂਕਿ ਆਪਾਂ ਵੀ ਜਦੋਂ ਕਿਸੇ ਰਿਸ਼ਤੇਦਾਰ ਨੂੰ ਮਿਲਦੇ ਹਾਂ ਜਵਾਕ ਨੂੰ, ਆਪਾਂ ਪੁੱਛਦੇ ਹਾਂ ਵੀ ਕੀ ਕਰਦਾ 11ਵੀਂ 12ਵੀਂ ਵਾਲੇ ਨੂੰ, ਕਹਿੰਦਾ ਜੀ ਪਤਾ ਨਹੀਂ ਹਲੇ ਕੀ ਕਰਨਾ, ਉਹ ਭਰਾ ਵਾਇਲਟਸ ਕਰ, ਬਾਹਰ ਬੂਰ ਚਲੇ ਜਾ, ਇੱਥੇ ਕੁਛ ਨਹੀਂ, ਹਰ ਬੰਦਾ ਹੀ ਕਹਿੰਦਾ, ਹਨਾ, ਚੱਲ ਬਿਲਕੁਲ ਹੋਰ ਨਹੀਂ ਕੋਈ ਜ਼ਿੰਦਗੀ ਦੀ ਜ਼ਿੰਮੇਵਾਰੀ ਸਮਝੇਗਾ। ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਮੈਨੂੰ ਲੱਗਦਾ ਕਿ ਨਾ ਫਿਲਮ ਮੇਕਿੰਗ ਪੈਸ਼ਨ ਨਾਲ ਨਹੀਂ ਹੋ ਰਹੀ ਹੈਗੀ ਉਨੀ, ਜਾਂ ਕੋਈ ਜੇ ਕਿਸੇ ਨੇ ਕੀਤੀ ਹੋਊ ਤਾਂ ਕਈ ਵਾਰੀ ਕਮੀਆਂ ਰਹਿ ਜਾਂਦੀਆਂ, ਤਾਂ ਮੈਨੂੰ ਲੱਗਦਾ ਕਿ ਕਾਹਲੀ ਕਰ ਜਾਂਦਾ ਕਿ ਵੀ ਫਿਲਮ ਪੈਸੇ ਜ਼ਿਆਦਾ ਕਮਾਵੇ, ਰੈਦਰ ਦੈਨ ਕਿ ਅਸੀਂ ਚੰਗਾ ਕੰਟੈਂਟ ਬਣਾਈਏ ਕਿ ਜਿਹੜਾ ਵੈਸੇ ਕ੍ਰੀਏਟਿਵਲੀ ਤੁਹਾਡੀ ਜਿਹੜੀ ਹੰਗਰ ਆ ਉਹਨੂੰ ਸੈਟੀਸਫਾਈ ਕਰੇ, ਹੈ ਨਾ। ਮਤਲਬ ਮੈਨੂੰ ਲੱਗਦਾ ਕਿ ਇਸ ਵਿਸ਼ੇ ਤੇ ਫਿਲਮਾਂ ਇਹਨੂੰ ਸੰਵਾਰ ਕੇ ਜਸਟਿਸ ਹੋਇਆ ਨਹੀਂ ਗਾ ਇਸ ਵਿਸ਼ੇ ਨਾਲ ਯਾਰ। ਮੇਰੇ ਮੇਰੇ ਵੀ ਉਹੀ ਮਾਇੰਡ 'ਚ ਆ ਰਿਹਾ ਹੈ ਕਿ ਬੜਾ ਪਿਆਰਾ ਵਿਸ਼ਾ, ਤੇ ਬਹੁਤ ਜਦੋਂ ਵੀ ਇਸ ਵਿਸ਼ੇ ਦੇ ਉੱਤੇ ਕੋਈ ਗਾਣਾ ਆਉਂਦਾ ਵਾ, ਲੋਕ ਬਹੁਤ ਪਿਆਰ ਦਿੰਦੇ ਨੇ, ਕਿਉਂਕਿ ਕੋਈ ਨਾ ਕੋਈ ਇਸ ਸਿਚੁਏਸ਼ਨ 'ਚੋਂ ਲੰਘਿਆ ਹੁੰਦਾ ਵਾ, ਮਤਲਬ ਬਹੁਤ ਵਿਰਲਾ ਹੀ ਕੋਈ ਹੋਊਗਾ, ਖਾਸ ਤੌਰ ਦੇ ਉੱਤੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ, ਅੱਜ ਕੱਲ੍ਹ ਤੇ ਕੈਨੇਡਾ ਵੀ ਇਹੋ ਹੀ ਹਾਲ ਹੈ। ਸੋ ਉਸ ਵਿਸ਼ੇ ਦੇ ਉੱਤੇ ਇੱਕ ਇੱਕ ਰਾਈਟਰ, ਹੁਣ ਤੁਸੀਂ ਵੀ ਲਿਖਦੇ ਹੋ, ਕਿ ਇੱਕ ਗਾਣੇ ਲਿਖਣ ਵਾਲਾ ਇਹ ਫਿਲਮ ਕਿਉਂ ਨਹੀਂ ਲਿਖ ਸਕਦਾ, ਜਾਂ ਕਦੀ ਇਦਾਂ ਦਾ ਕੋਈ ਵਿਚਾਰ ਆਇਆ ਹੋਵੇ? ਨਹੀਂ ਮੈਨੂੰ ਨਾ ਜੀ ਥੋੜੇ ਦਿਨ, ਮੈਂ ਦੋ ਤੋਰੇ ਹੋਏ ਆ ਸਬਜੈਕਟ ਆਪਣੇ ਦਿਮਾਗ ਦੇ ਵਿੱਚ, ਤੇ ਇੱਕ ਥੋੜਾ ਡਾਰਕ ਸਾਈਡ ਨੂੰ, ਥੋੜਾ ਥ੍ਰਿਲਰ ਵੱਲ ਨੂੰ ਵੀ ਜਾਊਗਾ, ਮਤਲਬ ਕਿ ਵੀ ਉਹ ਹੈ, ਪਰ ਇਮੋਸ਼ਨਸ ਦੀ ਗੱਲ ਹੀ ਆ ਆਪਣੀ ਸੋਸਾਇਟੀ ਦੇ ਵਿੱਚ। ਉਹ ਮੈਨੂੰ ਕੋਈ ਕਿਰਦਾਰ ਮਿਲਿਆ ਇੱਕ ਬੰਦਾ ਉਦਾਂ ਦਾ, ਮੈਨੂੰ ਲੱਗਿਆ ਕਿ ਯਾਰ ਵੀ ਗੇ ਸੀਗਾ ਉਹ, ਠੀਕ ਹੈ, ਤੇ ਉਹਦਾ ਬਾਡੀ ਲਾ ਲਓ ਕਿ ਕਾਫੀ ਮਰਦਾਨਾ, ਤੇ ਉਹ ਫੈਮਿਨਿਨ ਸੀਗਾ ਉਦਾਂ, ਵੈਸੇ ਉਹਦੇ ਚਿਹਰਾ ਮੂਰਾ ਬਾਡੀ ਲੈਂਗੁਏਜ ਉਹਦਾ ਉਦਾਂ ਸੀਗਾ, ਤੇ ਉਹ ਫਿਰ ਆਪਾਂ ਨੂੰ ਹੁੰਦਾ ਕਿ ਹੁਣ ਇਹ 'ਚੋਂ ਮੈਂ ਕੁਛ ਕੀ ਖੋਜਾਂ, ਕੀ ਇਹ ਤੋਂ ਪੁੱਛਾਂ ਮੈਂ ਗੱਲਾਂ ਬਾਤਾਂ ਉਹਦੇ ਨਾਲ, ਮੈਂ ਗੱਲਾਂ ਬਾਤਾਂ ਇਹ ਉਹ ਕੀਤੀਆਂ ਕਰਦੇ ਕਰਾਉਂਦੇ, ਮੇਰੇ ਦਿਮਾਗ ਦੇ ਵਿੱਚ ਇੱਕ ਉਹ ਆਈਡੀਆ ਡਿਵੈਲਪ ਹੋਇਆ ਹੋਇਆ, ਹਨਾ, ਉਹਨੂੰ ਮਤਲਬ ਮੈਂ ਸੋਚਦਾ ਕਿ ਰਾਈਟਰ ਨਾਲ ਬੈਠ ਕੇ ਲਿਖਾਂਗੇ। ਇੱਕ ਇੱਕ ਕਿਉਂਕਿ ਮੈਂ ਕ੍ਰਿਕਟ ਨਾਲ ਬਹੁਤ ਜੁੜਿਆ ਰਿਹਾ, ਤਾਂ ਮੇਰਾ ਇੱਕ ਹੈਗਾ ਕਿ ਆਪਣੇ ਰੂਰਲ ਖੇਡਾਂ ਦਾ ਇੱਕ ਹੈਗਾ, ਮਤਲਬ ਦੋ ਤਿੰਨ ਚੀਜ਼ਾਂ ਹੈਗੀਆਂ ਮੇਰੇ ਦਿਮਾਗ 'ਚ, ਤਾਂ ਉਹ ਲਾ ਲਓ ਕਿ ਵੀ ਜਦੋਂ ਮੈਨੂੰ ਲੱਗਦਾ ਕਿ ਸਹੀ ਟਾਈਮ ਜਦੋਂ ਆਊਗਾ ਆਪ ਹੀ ਹੋ ਜਾਊਗਾ, ਜਾਂ ਕਰਾਂਗੇ ਕਰਾਂਗੇ, ਪਰ ਜ਼ਰੂਰ ਮੈਨੂੰ ਹੈਗਾ ਕਿ ਇਨ ਫਿਊਚਰ ਜੇ ਮੈਂ ਸਹੀ ਰਿਹਾ, ਮਤਲਬ ਕੈਰੀਅਰ ਵਾਈਜ਼ ਸਹੀ ਰਿਹਾ, ਤਾਂ ਮੈਂ ਕੋਈ ਫਿਲਮ ਜ਼ਰੂਰ ਡਾਇਰੈਕਟ ਕਰੂੰਗਾ। ਨਹੀਂ ਗੁੱਡ ਹੁੰਦਾ, ਕਈ ਵਾਰੀ ਤੁਹਾਡੀ ਕਿਸਮਤ ਤੁਹਾਨੂੰ ਇੱਕ ਜਗ੍ਹਾ ਦੇ ਉੱਤੇ ਜੇ ਲੈ ਕੇ ਗਈ ਉੱਥੋਂ ਤੱਕ, ਤੇ ਉਹ ਤੁਹਾਨੂੰ ਕਿਸੇ ਉਹ ਸ਼ਾਇਦ ਇੱਕ ਰਸਤਾ ਹੀ ਹੁੰਦਾ ਵਾ, ਤੁਹਾਨੂੰ ਮੰਜ਼ਿਲ ਕਿਤੇ ਹੋਰ ਪਾਸੇ ਨੂੰ ਲੈ ਕੇ ਉਹ ਜਾਣ ਦੀ ਕੋਸ਼ਿਸ਼ ਕਰਦੇ। ਬਿਲਕੁਲ ਬਿਲਕੁਲ। ਸੋ ਆਪਾਂ ਨਹੀਂ ਬਿਲਕੁਲ ਬਿਲਕੁਲ ਕਈ ਵਾਰੀ ਸਮੇਂ ਦੇ ਨਾਲ ਸਮਝ ਪਾਉਂਦੇ, ਜਾਂ ਉਹ ਸਮਾਂ ਨਹੀਂ ਹਲੇ ਆਇਆ ਹੁੰਦਾ। ਸੋ ਮੈਨੂੰ ਲੱਗਦਾ ਜਿਹੜਾ ਇੱਕ ਨਿੱਕੀਆਂ ਜਿੰਦਾਂ ਤੋਂ ਲੈ ਕੇ ਆ ਹੁਣ ਹਸਲ ਹਾਰਟ ਤੱਕ ਦਾ ਜਿਹੜਾ ਸਫ਼ਰ, ਮੈਨੂੰ ਲੱਗਦਾ ਇੱਕ ਇਸ ਵਿਸ਼ੇ ਦੇ ਉੱਤੇ ਤੁਹਾਡੀ ਬੜੀ ਸੋਹਣੀ ਪਕੜ ਹੈ। ਤੁਸੀਂ ਸਾਡੀ ਮਤਲਬ ਸਾਡੇ ਆਸ ਪਾਸ ਜਿਹੜੀਆਂ ਚੀਜ਼ਾਂ, ਜੀ 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 ਮੈਨੂੰ ਇੱਦਾਂ ਲਿਖਣਾ, ਮੈਨੂੰ ਇਹ ਮੇਰਾ ਰੰਗ ਹੈ, ਜਿਵੇਂ ਲਾ ਲਓ ਕਿ ਮੇਰੇ ਤੋਂ ਸੋਸ਼ਲੀ ਜਿਵੇਂ ਜ਼ਿਆਦਾ ਲਿਖਿਆ ਜਾਂਦਾ। ਹੁਣ ਮੈਂ ਤੁਹਾਨੂੰ ਇੱਕ ਐਕਸਕਲੂਸਿਵ, ਚਲੋ ਹੋਰ ਇੱਕ ਗੱਲ ਦੱਸਦਾ ਵਾ,
कि मैंने सी यार जो मैं इतने आऊंगा फिर मैं इतने काम करूंगा, ऐ नहीं कि मैं एक गाना पाता फिर 6 महीने बाद दो गाने पाते। हुण मेरी अगे अपने गाने की लिखी हुई एल्बम ईपी वो भी रेडी है, उन्होंने मैं शायद एज एल्बम कढ़दा या कला कला करके कढ़ दवा ना, तो या एक जिवें मैनूं हुंदा कि जिवें बैठ के कोई सोशल गल आ गई सीधी गल की जा सकती है, कि जदों गल थोनू लगदा है कि उहदे 'च असर हैगा तो चाहे डजन मैटर उस 'च संगीत है नहीं है गल सुनी जाऊगी, है ना। सो मैं एक गाना तोरिया होया कि कम कार है नहीं लोक खिजे फिरदे, आसां दे दीवे बुझे फिरदे, है ना, कि आख के तू ओए जे जवाक नूं वी हाक मारे, गाल कढ पुछू दस ओए क्यों कहा, कहिंदा कह के वीर भाई टाइम कढ़ी चल भाई हुण आकड़ां दिखाउण वाला समां नहीं रिहा। वाह वाह, बहुत सोहना, सो बहुत वधिया। मतलब जी इहदे अग्गे मेरे दिमाग 'च मैंने हैगा मैं की एक इहदे 'ते मस्त लिखूंगा। एक चीज जरूर मैं इतने कमेंट करूंगा कि पहला आपां चिरां तों एक दूसरे नूं जाणदे हां। मैं वेख रहा कि जी हुण पहला दे नालों बबल राय की परसनैलिटी दा काफी ज्यादा फर्क है। हुण बबल राय बहुत ओपन है, कोई खास कुछ हैपन होया पिछले समय च? नहीं मैनू लगता कि जी काफ़ी चीज़ा होंदियाँ उम्र नाल थोड़े बिच आउंदियाँ, या तुसी एक्सपोजर जिवें जिवें जिंदगी दा मिलदा, या पिछले कुछ सालों तो मैं थोड़ा जिहा क्यूरियस होया, मैं किताबां कतूबां पढ़दा या मैनू जे कोई सवाल तंग करदा तां मैं खोजदा कि एक चीज़ क्यों हुंदी है किवें हुंदी है, जे चंगा, मैं इंटरनेट ते बैठदा तां मैं उदां दा कंटेंट कंज्यूम करदा जिहड़ा मेरे कुछ मैनू दिंदा है, ये नहीं कि मैं रीलां देखी जाना पागला वांगू बैठा, जी थोनू चूज करन दी भी ऑप्शन नहीं दिंदे हैगे हो कि तुसी आ देखना कि वो देखना, जो तो दिखा रहे हो तुसी देख रहे हो, है ना। यूट्यूब ते घट्टो घट तुसी इन्ना कहेगा कि तुसी चूज कर सकदे हो कि यार भी आ मेरा स्क्रीन एल्गोरिथम से ने मैनू आ होम पेज बना के दिता इस मैं आ देखना, है ना, या जे तुसी बाकी जे तुसी क्यूरियस हो तो फिर बंदा अगे तो अगे हो जाता है। सो मे बी इनसिक्योरिटीज घट गई या पता नहीं, आई डोंट नो, मे बी शायद मैच्योरिटी आ गई इट्स कह बिग सकते चेंज, हैं। बहुत पॉजिटिव चेंज आया। क्योंकि बड़ी बारी जो आप कई चीजा जिहड़ियां ने, मैं खुद रिलाइज कर रहा हूं आप किन्नी बारी आप गल की है, पर मैं लगता है ये गलबात जी है जो आप कंपेयर करा पिछलियां दे नाल, मैं अब स्पेशली मैं वो जिहड़ियां को मैं रिसेंटली सुन के हटिया वा, तो जी खुद शायद अपने आप दे वड्डा फर्क वेखोगे। मैनू लगता है जी, मैनू मतलब कि जिथे मैं जाना हूँ लोगों का मेरे नाल बिहेवियर उस हिसाब नाल हो गया कि यार ये पता नहीं कहना चाहिए कि नहीं, कि भी ये कोई सियाणी जी गल ही करूगा मेरे नाल। नहीं, खैर बहुत वधिया, गुड लक, रब तुहानूं चढ़दी कला दे विच रखे। इसे तरह जी सोहणे सोहणे प्रोजेक्ट तुसीं लैके आउंदे रहो, ते आपां इसे तरह मुलाकातां करदे रहिए। धन्नवाद तुहाडा, इन्ना खुल्ला समां तुसीं दित्ता सानूं। नहीं, थैंक यू सो वेरी मच वीरे, तुसी मैनू समा दिता कि मैं थोनू एक बारी कहा कि आप गाने बाबत गल करनी है ना, सो तुसी हमेशा बिग सपोर्ट रहे हो, थैंक यू सो वेरी मच। बाकी जदों मैं आया तो आप फिर मिल के बह के फिर होर गल्लां मार लेंगे। जी जरूर जरूर, थैंक यू ते धन्यवाद। जी क्योंकि बड़ियां गल्लां हुण लास्ट क्वेश्चन दे विच बड़ियां गल्लां जिहड़ियां आपां चलो नहीं ऑनलाइन कर सकदे, वो फिर आपां बह के करांगे। हाँ चलो ठीक है, ते सारे जिन्हें ने थैंक भी साड़ी इंटरव्यू है सुनी है जी FM ते, या सानू जिथे भी तुसी विजुअली देखिया है, इसमें जे तुसी हले तक साडे नाल जुड़े हो तो बहुत बहुत धन्यवाद, तुसी भी सानू बहुत समा दिता, ते मेरा गाना आया हसल हार्ट जे तुसी नहीं देखिया सुने हले तक तुहानू जरूर सुनियो, ते जो भी बनदा थोड़ा कमेंट होया जरूर करियो जी सिर मत्थे जी। जी जरूर जी। गाणा तुसीं जिहड़ा हुण तुहानूं आपां सुणाउने वी अगे, ते तुसीं जरूर गाणा जिहड़ा हसल हार हुण तक तुहाडे कन्नी पहुंच चुका होएगा, एक बारी जरूर सुणियो। बाकी रेडियो दे उत्ते भी गाणा जिहड़ा तुहानूं लगातार तुसीं सुणदे रहोगे, नहीं तां फिर बबल राय बड़ा सौखा जिहा नाम है, बबल राय, ते तुसीं सर्च मारोगे ते नाल दी नाल तुहानूं प्रोजेक्ट जिद्दां इन्हां ने कहा कि आने वाले दिनां दे विच होर भी तुहानूं नवीं नवीं चीज़ां जिहड़ियां ने ओह नाल दी नाल मिलदियां रहिणगियां। क्योंकि जी जदों आपां कंपनी च करना वा, होर कितें गाणा देना वा, फिर ओहदे हिसाब दे नाल तुहानूं जी चलना पैंदा। हुण तुसीं अपने हिसाब दे नाल चल के ते बड़ा कुछ जिहड़ा अनफिल्टर्ड भी लोकां दे सामने कम्म दा लिया सकदे हो। जी 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 बिल्कुल, तो मैं एक कहना चाहूंगा सारे अपने खास करके मेलबर्न वालों को कि मेलबर्न से ही गाना शूट किया, जी तो मेलबर्न के ही सारे करैक्टर अपनियां जेड़े लोकेशनां ले तालियां जी, जी 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 तुहाडे सारे अपने लोग करैक्टर ने, भी तुहाडियां अपनियां लोकेशनां थोड़ी अपनी गल है। थैंक यू वीरे, हुण थैंक आप ड्रैग ना करिए। हाँ जी थैंक यू सो वेरी मच, सत श्री अकाल वीरे, थैंक यू जी, थैंक यू, यू। धन्यवाद। सो दोस्तों, ये सन बबल राय, ते इन्हां दा गाना तुसीं YouTube चैनल दे उत्ते जाके ते सुन सकदे हो, रेडियो ते भी तुहाडे नाल आपां सांझ पाउंदे रहांगे। आस करदे हां कि इंटरव्यू तुसीं पसंद कीती होगी। इजाजत।